ਹੈਲੋ ਸਸਿਕਾਲ एवरीवन इट्स योर ਬOY ARJUN ਐਂਡ ਵੈਲਕਮ ਟੂ ਗਰੋਇੰਗ ਵਿਦ ARJUN ਸਪੌਂਸਰਡ ਬਾਈ ਫਲਾਈਸ ਟ੍ਰੈਵਲਸ ਐਂਡ ਕੋ-ਸਪੌਂਸਰਡ ਬਾਈ ਇੰਡੀਅਨ ਬੀਸਟਰੋ ਅੱਜ ਦਾ ਜਿਹੜਾ ਪੋਡਕਾਸਟ ਹੈ ਜੀ ਉਹ ਆ ਸਾਡਾ ਇਨੌਗਰੇਸ਼ਨਲ ਪੋਡਕਾਸਟ ਸਾਡਾ ਪਹਿਲਾ ਪੋਡਕਾਸਟ ਹੈ ਸਾਡੀ ਜਰਨੀ ਦਾ ਤੇ ਉਹ ਇੱਕ ਬਹੁਤ ਹੀ ਪਿਆਰੀ ਰੂ ਬੜੇ ਹੀ ਹੰਬਲ ਇਨਸਾਨ ਇੰਡੀਅਨ ਬੀਸਟਰੋ ਦੇ ਮਾਲਕ ਪਰਮਜੀਤ ਸਿੰਘ ਉਹਨਾਂ ਨਾਲ ਤੁਸੀਂ ਗੱਲ ਕਰੋਗੇ ਤੁਹਾਨੂੰ ਲੱਗੇਗਾ ਨਹੀਂ ਮਾਲਕ ਨੇ ਬੜੇ ਹੀ ਹੰਬਲ ਸੋਲ ਨੇ ਬੜੀ ਹੀ ਹਾਰਟਫੇਲਡ ਸਟੋਰੀ ਉਹਨਾਂ ਦੀ ਸੋ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਇੰਟਰੋ ਦੇ ਵਿੱਚ ਵੀ ਆਰ ਗੋਇੰਗ ਟ Enjoy the podcast and have fun. Hello Sashikal everybody. How's everybody doing? As I was telling everybody on my Instagram story that I will be starting a new show called Growing with Arjun. It's the Ajoda Pella episode, inaugurational episode. It could not have been any better by having this human being amazing. ਹੰਬਲ ਇਨੇ ਵਧੀਆ ਬੰਦੇ ਨੇ ਪਰਮਜੀਤ ਸਿੰਘ ਭਾਜੀ ਕੀ ਹਾਲ ਹੈ ਤੁਹਾਡਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਪਰਮਜੀਤ ਸਿੰਘ ਹੈ ਸੋ ਫਸਟ ਆਫ ਆਲ ਥੈਂਕ ਯੂ ਤੁਸੀਂ ਮੈਨੂੰ ਇਨਵਾਈਟ ਕੀਤਾ ਆਫ ਕੋਰਸ ਭਾਈ ਥੈਂਕ ਯੂ ਤੁਸੀਂ ਆਏ ਮੈਂ ਬਹੁਤ ਖੁਸ਼ਕਿਸਮਤ ਸਮਝਦਾ ਕਿ ਇਹੋ ਜੇ ਪਲੇਟਫਾਰਮ ਤੇ ਤੁਸੀਂ ਮੈਨੂੰ ਐਜ਼ ਅ ਤੁਸੀਂ ਵਧੀਆ ਮੈਨੂੰ ਕਮਾਂਡ ਦਿੱਤਾ ਕਿ ਮੈਂ ਆ ਕੇ ਤੁਹਾਡੇ ਨਾਲ ਰੂਬਰੂ ਹੋ ਸਕਾਂ ਨਹੀਂ ਆਫ ਕੋਰਸ ਅਰਜੁਨ ਭਾਜੀ ਸਾਡੇ ਬਹੁਤ ਹੀ ਵਧੀਆ ਸ਼ਖਸੀਅਤ ਨੇ ਇਹ ਫੈਮਿਲੀ ਬੈਕਗ੍ਰਾਉਂਡ ਨਾਲ ਅਸੀਂ ਕਾਫੀ ਦੇਰ ਤੋਂ ਰੂਬਰੂ ਹੁੰਨੇ ਆ ਤੇ ਇਹ ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਰਹਿੰਦੇ ਆ ਸੇਮ ਸੇਮ ਟੂ ਭਾਜੀ ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਮੈਂ ਇਹੀ ਦੱਸਣਾ ਚਾਹਨਾ ਜਿੱਦਾਂ ਭਾਜੀ ਕਹਿ ਰਹੇ ਕਿ ਅਸੀਂ ਕਾਫੀ ਟਾਈਮ ਹੋ ਗਿਆ ਸਾਨੂੰ ਇਕੱਠਿਆਂ ਨੂੰ ਅਸੀਂ ਮੇਰੀ ਜਿਹੜੀ ਇੰਗੇਜਮੈਂਟ ਹੈ ਉਹਦੇ ਉੱਤੇ ਭਾਜੀ ਦਾ ਫੂਡ ਸੀਗਾ ਤੇ ਭਾਜੀ ਰੈਸਟੋਰੈਂਟ ਓਨ ਕਰਦੇ ਨੇ ਜਿਹਦਾ ਨਾਂ ਹੈਗਾ ਇੰਡੀਅਨ ਬੀਸਟਰੋ ਤੇ ਹੁਣ ਭਾਜੀ ਆਪਾਂ ਸੈਕੰਡ ਬ੍ਰਾਂਚ ਖੋਲੀ ਹੈ ਜਿਹਦਾ ਨਾਂ ਹੈਗਾ ਹਵੇਲੀ ਇੰਡੀਅਨ ਗ੍ਰਿਲ ਆਬਰਨ ਹਵੇਲੀ ਤੇ ਇਹ ਹਵੇਲੀ ਭਾਜੀ ਉਹ ਇੰਡੀਆ ਵਾਲੀ ਤੋਂ ਤੁਹਾਡੇ ਆਏ ਦਿਮਾਗ 'ਚ ਹਾਂਜੀ ਐਕਚੁਅਲੀ ਜਿਹੜਾ ਕਨਸੈਪਟ ਹੈ ਨਾ ਜਦੋਂ ਸੀ ਰੈਸਟੋਰੈਂਟ ਦੀ ਫੀਲਡ ਵਿੱਚ ਪਏ ਸੀ ਤੇ ਆ ਕਿ ਸਪੈਸ਼ਲੀ ਯੂਐਸ ਵਿੱਚ ਹਾਂਜੀ ਕੈਂਟ ਵਾਸ਼ਿੰਗਟਨ 'ਚ ਤੇ ਸਾਡਾ ਇੱਕ ਕਨਸੈਪਟ ਸੀ ਕਿ ਮੈਂ ਅੱਜ ਚਲੋ ਤੁਹਾਡੇ ਨਾਲੇ ਸ਼ੇਅਰ ਕਰਦਾ ਆਪਣੀ ਦਿਲ ਦੀ ਗੱਲ ਹਨਾ ਤੇ ਮੇਰੀ ਵਾਈਫ ਤੇ ਮੈਂ ਡਿਸਕਸ ਕਰਦੇ ਸੀ ਮੈਂ ਇਸ ਰੈਸਟੋਰੈਂਟ ਬਿਜ਼ਨਸ ਤੋਂ ਥੋੜਾ ਜਿਹਾ ਪਿੱਛੇ ਹੋ ਗਿਆ ਸੀ ਕਿ ਐਕਚੁਅਲੀ ਮੈਂ ਮੈਂ ਕਰਨਾ ਨਹੀਂ ਸੀ ਚਾਹੁੰਦਾ ਦੁਬਾਰਾ ਇਸ ਫੀਲਡ ਵਿੱਚ देयर वाज ਲਾਈਕ ਅ ਲੌਂਗ ਸਟੋਰੀ ਸ਼ੋਰਟ ਕਿ ਕਈ ਵਾਰ ਬੰਦੇ ਦੀ ਜ਼ਿੰਦਗੀ 'ਚ ਕੋਈ ਕੰਮ ਕਰਦੇ ਆ ਕਰਦੇ ਆ ਕਈ ਚੀਜ਼ਾਂ ਆ ਜਾਂਦੀਆਂ ਕਿ ਬੰਦਾ ਥੋੜਾ ਰੈਸਟ ਚਾਹੁੰਦਾ ਜਾਂ ਉਹ ਤੋਂ ਕਟਆਫ ਹੋਣਾ ਚਾਹੁੰਦਾ ਪਰ ਮੈਂ ਜਦੋਂ ਵੀ ਹਵੇਲੀ ਜਾਂਦਾ ਸੀ ਜਾਂ ਮੇਰਾ ਕਿਉਂਕਿ ਮੇਰਾ ਫੀਲਡ ਸਪੋਰਟਸ ਵਿੱਚ ਮੈਂ ਰਿਹਾ ਹਾਂ ਹਾਂਜੀ ਸਪੋਰਟਸ ਸੋ ਸੋਕਰ ਵਿੱਚ ਕਾਫੀ ਨਾਮ ਕਮਾਇਆ ਮੈਂ ਤੇ ਮੇਰੇ ਵੱਡੇ ਭਾਈ ਸਾਹਿਬ ਰਣਜੀਤ ਸਿੰਘ ਆਸਟ੍ਰੇਲੀਆ 'ਚ ਨੇ ਹਾਂਜੀ ਅਜੀਬ ਯੂ ਫੁੱਟਬਾਲ ਦੀ ਸੇਵਾ اسی ਤਰ੍ਹਾਂ ਕਰਦੇ ਨੇ ਬੱਚਿਆਂ ਦੇ ਨਾਲ ਪਰ ਸਾਡੇ ਵਿੱਚ ਸੀ ਕਿ ਮੈਂ ਉਹ ਹਵੇਲੀ ਜਦੋਂ ਵੀ ਲੰਘਦਾ ਸੀ ਜਾਂਦਾ ਆਂਦਾ ਸੀ ਤਾਂ ਮੇਰੇ ਮਾਈਂਡ ਵਿੱਚ ਸੀ ਕਿ ਮੈਂ ਅਗਰ ਕਦੀ ਵੀ ਜ਼ਿੰਦਗੀ 'ਚ ਮੌਕਾ ਮਿਲਿਆ ਮੈਨੂੰ ਹਾਂਜੀ ਤਾਂ ਦੁਨੀਆ ਵਿੱਚ ਸਾਰੇ ਕੰਮ ਹੁੰਦੇ ਨੇ ਅਮਰੀਕਾ ਕੈਨੇਡਾ ਦੀ ਧਰਤੀ ਤੇ ਸਾਰਾ ਕੁਝ ਦੇਖ ਲਿਆ ਪਰ ਹਵੇਲੀ ਐਕਚੁਅਲ ਪੰਜਾਬ ਹਵੇਲੀ ਇਥੇ ਨਹੀਂ ਦੇਖੀ ਅਜੇ ਤੱਕ ਬਿਲਕੁਲ ਪਰ ਪਰਿਵਾਰ ਵਿੱਚ ਪਰਿਵਾਰ ਦੀ ਥੋੜੀ ਗਰੀਬੀ ਹੋਣ ਕਰਕੇ ਰਾਈਟ ਜਾਂ ਆਪਣੇ ਆਪ ਨੂੰ ਇੱਕ ਕਾਮਜਾ ਬਣਾਉਣ ਲਈ ਜੋ ਮਿਹਨਤ ਕਰਦਾ ਰਿਹਾ ਇੱਥੇ ਜੀ ਇਸ ਨਾਮ ਨੂੰ ਹਾਸਲ ਕਰਨਾ ਵੀ ਸਾਡੀ ਇੱਕ ਬਹੁਤ ਵੱਡੀ ਉਪਲਬਧੀ ਸੀ ਪਰ ਤੁਸੀਂ ਸੱਚ ਜਾਣਿਓ ਖੁਸ਼ਕਿਸਮਤੀ ਦੇ ਨਾਲ ਇਹ ਐਕਚੁਅਲੀ ਰੈਸਟੋਰੈਂਟ ਹਵੇਲੀ ਇੰਡੀਅਨ ਗ੍ਰਿਲ ਕਿਸੇ ਨੇ ਖੋਲ੍ਹ ਲਿਆ ਸੀਗਾ ਅੱਛਾ ਇਹ ਨਾਮ ਤੇ ਇਹ ਰੈਸਟੋਰੈਂਟ ਕਿਸੇ ਨੇ ਖੋਲ੍ਹ ਲਿਆ ਸੀਗਾ ਤੇ ਇਦਾਂ ਦੀ ਬੈਕਸਟੋਰੀ ਮੇਰੇ ਇੰਡੀਅਨ ਵੈਸਟਰਨ ਰੈਸਟੋਰੈਂਟ ਜਿਹੜਾ ਕੈਂਟਡਮੋਇੰਸ ਵਿੱਚ ਵਾ ਰਾਈਟ ਉਹਦੀ ਸਟੋਰੀ ਵੀ ਸੇਮ ਆ ਇਹ ਇੰਡੀਅਨ ਬਿਸਟਰੋ ਕੈਂਡਮੂਇੰਸ ਵਿੱਚ ਇਹ ਵੀ ਕਿਸੇ ਨੇ ਖੋਲ ਲਿਆ ਸੀਗਾ ਐਕਚੁਅਲੀ ਇਹ ਐਕਚੁਅਲੀ ਬਿਕੋਜ਼ ਮੈਂ ਮੇਰੇ ਬੜੇ ਖਾਸ ਦੋਸਤ ਨੇ ਕੇਕੇ ਵਾਲੇ ਮੈਨੀ ਭਾਜੀ ਨੇ ਹਾਂਜੀ ਇਹ ਸਾਨੂੰ ਸੁਣਨ ਚਾਹੀ ਸੀ ਕਿ ਇਹ ਇੰਡੀਅਨ ਬਿਸਟਰੋ ਖੁੱਲ ਚੁੱਕਾ ਹੈ ਪਰ ਉਹਦੇ ਨਾਲ ਤੁਹਾਡਾ ਨਾਮ ਅਸੋਸੀਏਟਡ ਨਹੀਂ ਸੀਗਾ ਪਰ ਇਹਦੀ ਕੀ ਸਟੋਰੀ ਹੈ ਲੈ ਕੀ ਕੀ ਹੋਇਆ ਕੀ ਇੰਡੀਅਨ ਬਿਸਟਰੋ ਦੀ ਸਟੋਰੀ ਐਕਚੁਅਲੀ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਆ ওকে ਸੋ ਮੇਰਾ ਸਫਰ ਜਿਹੜਾ ਸੀ ਅਮਰੀਕਾ ਦਾ ਸ਼ੁਰੂ ਹੋਇਆ ਅੱਜ ਤੋਂ ਆਲਮੋਸਟ 10 ਸਾਲ ਹੋ ਗਏ ਰਾਈਟ ਸੋ ਜਦੋਂ ਅਮਰੀਕਾ ਦੀ ਧਰਤੀ ਤੇ ਪਹੁੰਚਿਆ ਤੇ ਮੇਰੇ ਕੁਝ ਰਿਸ਼ਤੇਦਾਰ ਸੀਗੇ ਜੀ ਜਿਹੜੇ ਮਿਲਵਾਕੀ ਵਿਸਕੋਂਸਨ ਵਿੱਚ ਐਜ਼ ਅ ਹੈੱਡ ਸ਼ੈਫ ਮੈਂ ਤੁਹਾਨੂੰ ਦੇ ਨਾਲ ਆਪਣਾ ਕੰਮ ਕੀਤਾ ਕੰਮ ਸਿੱਖਿਆ ਵੀ ਬਹੁਤ ਆ ਉਹਨਾਂ ਨੇ ਸਟਾਰਟਿੰਗ ਵਿੱਚ ਬੜੀ ਮੇਰੀ ਹੈਲਪ ਕੀਤੀ ਆ ਜੀ ਤੇ ਮੈਨੂੰ ਇੱਕ ਵਧੀਆ ਪਲੇਟਫਾਰਮ ਮਿਲੇ ਆ ਕਿਉਂਕਿ ਕੰਮ ਮੈਂ ਇੰਡੀਆ ਤੋਂ ਆਪਣੇ ਪੇਰੈਂਟਸ ਤੋਂ ਸਿੱਖਿਆ ਸੀਗਾ ਜੀ ਪਰ ਇੱਕ ਕੰਮ ਨੂੰ ਕਰਨ ਦਾ ਜਿਹੜਾ ਐਕਚੁਅਲ ਵਿੱਚ ਪਲੇਟਫਾਰਮ ਤੁਹਾਨੂੰ ਚਾਹੀਦਾ ਹੁੰਦਾ ਉਹ ਮੈਨੂੰ ਮਿਲਵਾਕੀ ਵਿੱਚ ਮੇਰੇ ਚਾਚਾ ਜੀ ਸੀਗੇ ਮਨਜੀ ਸਿੰਘ ਜੀ ਉਹਨਾਂ ਦੇ ਨਾਲ ਮੈਨੂੰ ਉੱਥੇ ਕੰਮ ਕਰਨ ਦਾ ਮੌਕਾ ਮਿਲਿਆ ਪਰ ਇਹ ਇੱਕਦਮ ਜਿੱਦਾਂ ਆਪਾਂ ਹੁਣੇ ਗੱਲ ਕਰ ਰਹੇ ਸੀ ਕਿ ਮੈਨੂੰ ਤੁਸੀਂ ਆਪਣੇ ਵੱਡੇ ਭਾਈ ਸਾਹਿਬ ਬਾਰੇ ਵੀ ਦੱਸਿਆ ਹਾਂ ਜੀ ਤੇ ਇਹ ਕਿਉਂਕਿ ਮੈਂ ਤੁਹਾਨੂੰ ਦੇਖਦਾ ਹੁੰਦਾ ਤੁਸੀਂ ਸਪੋਰਟਸ ਦੀਆਂ ਜਰਸੀਆਂ ਪਾਈਆਂ ਹੁੰਦੀਆਂ ਹਾਂ ਜੀ ਇੱਕਦਮ ਸਪੋਰਟਸ ਤੋਂ ਹੋਟਲ ਮੈਨੇਜਮੈਂਟ ਜਾਂ ਜਿਹੜਾ ਆਹ ਫੂਡ ਇੰਡਸਟਰੀ ਵਿੱਚ ਸਵਿਚ ਕਿਦਾਂ ਆਇਆ ਇਹ ਇੰਡੀਆ ਦੇ ਵਿੱਚ ਹੀ ਹੋਇਆ ਕਿ ਲਾਈਕ ਇੱਥੇ ਆ ਕੇ ਇਹ ਐਕਚੁਅਲੀ ਬਹੁਤ ਇੰਟਰਸਟਿੰਗ ਸਟੋਰੀ ਹੈ ਆਫਕੋਰਸ ਇਹ ਤਾਂ ਸਟੋਰੀਆਂ ਲਾਈਕ ਆਪਾਂ ਸਟੋਰੀਆਂ ਸੁਣਨਾ ਚਾਹੁੰਦੇ ਆਪਾਂ ਮੈਂ ਜਦੋਂ ਐਕਚੁਅਲੀ ਛੋਟੇ ਹੁੰਨੇ ਸੀ ਤੇ ਪੰਜਾਬ ਦੀ ਧਰਤੀ ਤੇ ਇੱਕ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੇ ਆ ਹਨਾ ਤੇ ਇੰਨਾ ਫੂਡ ਜਾਂ ਚੀਜ਼ਾਂ ਜੋ ਸਾਨੂੰ ਇੱਥੇ ਅਮਰੀਕਾ ਦੀ ਧਰਤੀ ਤੇ ਅਸੀਂ ਆਪਣੇ ਬੱਚਿਆਂ ਨੂੰ ਦੇ ਸਕਦੇ ਆ ਜਾਂ ਅਸੀਂ ਖਾਣੇ ਆ ਤਾਂ ਆਈ ਥਿੰਕ ਉੱਥੇ ਇੰਨਾ ਜ਼ਿਆਦਾ ਸਾਡੇ ਕੋਲ ਕੋਈ ਅਪੋਰਚ्युनिटीਜ਼ ਨਹੀਂ ਹੁੰਦੀਆਂ ਕਿ ਆਪਾਂ ਉਹਨੂੰ ਕੈਸ਼ ਆਊਟ ਕਰੀਏ ਪਰ ਸਟਿਲ ਅਸੀਂ ਇੱਕ ਵਧੀਆ ਪਰਿਵਾਰ ਨੂੰ ਬਿਲੋਂਗ ਕਰਦੇ ਸੀ ਪਰ ਫੂਡ ਦਾ ਸ਼ੌਕੀਨ ਸੀਗਾ ਕੰਮ ਵਧੀਆ ਸੀ ਤੇ ਡੈਡੀ ਮੇਰੇ ਖਾਨਦਾਨੀ ਹਲਵਾਈ ਸੀਗੇ ਉਹ ਠੀਕ ਹੈ ਡੈਡੀ ਖਾਨਦਾਨੀ ਹਲਵਾਈ ਸੀ ਤੇ ਸਾਡਾ ਕੰਮ ਸੀ ਕਿ ਜਿੱਦਾਂ ਪਿੰਡਾਂ ਵਿੱਚ ਆਮ ਦੇਸੀ ਸਟਾਈਲ ਵਿਆਹ ਸ਼ਾਦੀਆਂ ਪਾਰਟੀਆਂ ਪ੍ਰੋਗਰਾਮ ਹੁੰਦੇ ਆ ਖੰਡ ਪਾਠ ਹੁੰਦੇ ਆ ਅਸੀਂ ਉਹ ਕੇਟਰਿੰਗਸ ਕਰਦੇ ਸੀ ਮੈਂ ਸਪੋਰਟਸ ਕਰਦਾ ਸੀ ਸਕੂਲ ਤੋਂ ਤੇ ਮੇਰੇ ਵੱਡੇ ਭਾਈ ਸਾਹਿਬ ਨੇ ਮੈਨੂੰ ਬੜਾ ਪ੍ਰੇਰਿਤ ਕੀਤਾ ਸਪੋਰਟਸ ਉਹ ਸਪੋਰਟਸ ਵਿੱਚ ਸਾਕਰ ਫੁੱਟਬਾਲ ਖੇਡਣ ਲਈ ਜੀ ਤੇ ਮੇਰਾ ਪਿੰਡ ਪੱਲੀ ਚੱਕੀ ਬੰਗਿਆਂ ਤੋਂ ਗੜ੍ਹ ਸ਼ੰਕਰ ਰੋਡ ਦੇ ਉੱਤੇ ਪਿੰਡ ਹੈ ਮੇਰਾ ਜੀ ਤੋਂ ਖੇਡਦੇ ਖੇਡਦੇ ਦੌਰਾਨ ਮੇਰੇ ਡੈਡੀ ਥੋੜੇ ਸਮਾਰਟ ਸੀਗੇ ਜੇ ਪੜ੍ਹੇ ਲਿਖੇ ਦਾ ਵਿਚਾਰੇ ਕੀ ਅਵਰਦਸ ਕਲਾਸਾਂ ਪੜ੍ਹੇ ਹੋਣਗੇ ਤੇ ਉਹਨਾਂ ਨੇ ਸੋਚਿਆ ਕਿ ਜਦੋਂ ਸਾਨੂੰ ਭੁੱਖ ਲੱਗਦੀ ਸੀ ਨਾ ਤੇ ਮੇਰੇ ਫਾਦਰ ਮੈਨੂੰ ਕਹਿੰਦੇ ਵੀ ਜੇ ਤੂੰ ਆਪਣੇ ਯਾਰਾਂ ਦੋਸਤਾਂ ਨੂੰ ਦੋ ਚਾਰ ਨੂੰ ਲੈ ਕੇ ਕਿਤੇ ਨਾਲ ਆਜਵੇਂ ਮੇਰੇ ਕਿ ਮੇਰੀ ਹੈਲਪ ਕਰ ਦਵੇਂ ਕੇਟਰਿੰਗ ਤੇ ਤੇ ਅਸੀਂ بڑے ਹੁੰਦੇ ਸੀ ਬਸ ਵੀ ਖੇਡਿਆ ਕਰਿਆ ਆਪਣਾ ਪੜ੍ਹਿਆ ਲਿਖਿਆ ਇੰਨਾ ਇੰਜੋਏ ਕਰਨ ਵਾਲੇ ਪਰ ਮੇਰੇ ਫਾਦਰ ਨੇ ਮੈਨੂੰ ਮੈਸੇਜ ਦਿੱਤਾ ਕਿ ਜੇ ਤੂੰ ਕਿਤੇ ਆ ਕੇ ਆਪਣੇ ਦੋ ਚਾਰ ਮਿੱਤਰਾਂ ਨੂੰ ਲੈ ਆ ਕੇ ਮੇਰੀ ਹੈਲਪ ਕਰੇਂਗਾ ਤੇ ਨਾਲ ਦੀ ਨਾਲ ਮੈਂ ਤੈਨੂੰ ਫੂਡ ਵੀ ਦੇ ਦਾਂਗਾ ਤੇ ਤੈਨੂੰ ਕੰਮ ਵੀ ਸਿਖਾਵਾਂਗਾ ਹਾਂ ਇਸਕਾ ਤੇ ਉਹ ਫੂਡ ਲੈਣ ਦੀ ਖਾਣ ਦੀ ਆਪਣੀ ਇੱਕ ਚਾਹ ਦੇ ਵਿੱਚ ਜਾਂ ਭੁੱਖ ਵਿੱਚ ਆਪਾਂ ਅਸਿਗਾ ਕਿ ਸਪੋਰਟਸ ਕਰਦੇ ਆ ਫੂਡ ਦੀ ਜਿਆਦਾ ਲੋਡ ਹੁੰਦੀ ਆ ਮੀਟ ਚਿਕਨ ਵਗੈਰਾ ਜੋ ਵੀ ਤੁਸੀਂ ਵੈਜ ਨਾਨ ਵੈਜ ਖਾਣੇ ਰਾਈਟ ਤੇ ਉਸੇ ਬਹਾਨੇ ਨਾਲ ਮੇਰੇ ਡੈਡੀ ਮੈਨੂੰ ਕੰਮ ਤੇ ਫੂਡ ਦੇਣ ਦੇ ਬਹਾਨੇ ਮੈਨੂੰ ਘੰਟਾ ਦੋ ਘੰਟੇ ਨੂੰ ਪੱਠੀਆਂ ਤੇ ਖੜਾ ਕਰ ਦਿੰਦੇ ਸੀਗੇ ਕੀ ਤੁਰਕੇ ਭੁੰਨ ਇਹ ਬੇਸਿਕ ਚੀਜ਼ਾਂ ਏਦਾਂ ਏਦਾਂ ਉਸ ਵੇਲੇ ਨੌਲੇਜ ਨਹੀਂ ਸੀਗੀ ਪਰ ਮੇਰੇ ਫਾਦਰ ਨੂੰ ਕਿਤੇ ਨਾ ਕਿਤੇ ਨੌਲੇਜ ਸੀ ਵੀ ਇਹ ਕਦੀ ਨਾ ਕਦੀ ਜ਼ਿੰਦਗੀ 'ਚ ਘਰ ਦਾ ਕੰਮ ਕੰਮ ਆਊਗਾ ਸੋ ਇਸੇ ਤਰੀਕੇ ਸੀ ਹੌਲੀ-ਹੌਲੀ ਆਪਣੀ ਜ਼ਿੰਦਗੀ ਨੂੰ ਕੰਟੀਨਿਊ ਰੱਖਿਆ ਜੀ ਤੇ ਕੁਝ ਸਾਲਾਂ ਬਾਅਦ ਮੇਰੇ ਫਾਦਰ ਨੂੰ ਅਪਰਚੂਨਿਟੀ ਮਿਲੀ ਸਾਡਾ ਕੰਮ ਮੇਰੇ ਫਾਦਰ ਫਿਰ ਕੈਨੇਡਾ ਚਲੇ ਗਏ ਰਾਈਟ ਕੰਮ ਦੇ ਵਿੱਚ ਥੋੜੇ ਲੋਕਾਂ ਨੂੰ ਟ੍ਰੇਨ ਕਰਨਾ ਸੀ ਨਵੇਂ ਜਿਹੜੇ ਸ਼ੈਫ ਬਣਦੇ ਜਾਂ ਕਰਦੇ ਆ ਸੋ ਉਹਨਾਂ ਦਾ ਇੱਥੇ ਰੈਸਟੋਰੈਂਟ ਸੀਗਾ ਜਾਂ ਉਹ ਨਹੀਂ ਉਹ ਐਜ਼ ਅ ਟ੍ਰੇਨ ਕਰਨਾ ਸੀ ਸ਼ੈਫ ਹਾਂਜੀ ਉਹਨਾਂ ਨੇ ਐਜ਼ ਅ ਟ੍ਰੇਨਿੰਗ ਕੈਨੇਡਾ ਵਿੱਚ ਇੱਕ ਰੈਸਟੋਰੈਂਟ ਜੁਆਇਨ ਕੀਤਾ ਸੀ ਜਿਹੜੀ ਉਹਨਾਂ ਨੂੰ ਇੰਡੀਆ ਤੋਂ ਜਾਣਦੇ ਸੀ ਸ਼ੁਰੂ ਤੋਂ ਜੀ ਪਰ ਉਸ ਦੌਰਾਨ ਮੈਂ ਜਿੰਨਾ ਚਿਰ ਕੰਮ ਕਰ ਸਕਿਆ ਪਰ ਮੈਂ ਫਿਰ ਐਕਚੁਅਲ ਵਿੱਚ ਟ੍ਰੇਨਿੰਗ ਲਈ ਜੀ ਕਿਉਂਕਿ ਮੇਰੇ ਗੋਡੇ ਤੇ ਸੱਟ ਲੱਗ ਗਈ ਸੀ ਫੁੱਟਬਾਲ ਖੇਡਦੇ ਸਮੇਂ ਉਹ ਓਕੇ ਤੇ ਮੇਰਾ ਥੋੜਾ ਗੇਮਸ ਦੇ ਨਾਲੋਂ ਕੱਟ ਆਫ ਹੋਣਾ ਸ਼ੁਰੂ ਹੋ ਗਿਆ ਤੇ ਮੇਰੇ ਕੋਲ ਸਿਰਫ ਇੱਕ ਹੀ ਆਪਸ਼ਨ ਬਚੀ ਸੀ ਕਿ ਮੈਂ ਆਪਣੇ ਖਾਨਦਾਨੀ ਕੰਮ ਜੋ ਕਿ ਮੇਰੇ ਘਰ ਦਾ ਹਲਵਾਈ ਦਾ ਕੰਮ ਆ ਮੈਂ ਇਹਨੂੰ ਕੰਟੀਨਿਊ ਰੱਖਦਾ ਜੀ ਤੇ ਉਸ ਕੰਮ ਨੂੰ ਕੰਟੀਨਿਊ ਰੱਖਣ ਦੇ ਲਈ ਫਿਰ ਮੈਂ ਰਾਣਾ ਕੁਕਿੰਗ ਸਕੂਲ ਜਲੰਧਰ ਜੀ ਉਹਨਾਂ ਦੀ ਬ੍ਰਾਂਚ ਇੱਕ ਨਵਾਂ ਸ਼ਹਿਰ ਵਿੱਚ ਸੀਗੀ ਠੀਕ ਹੈ ਉਹ ਮੈਂ ਫਿਰ ਉਸ ਦੌਰਾਨ ਉਹ ਚੀਜ਼ ਜੁਆਇਨ ਕੀਤੀ ਤੇ ਉੱਥੇ ਆਪਣੀ ਸਟੱਡੀ ਸ਼ੁਰੂ ਕੀਤੀ ਤੇ ਉੱਥੋਂ ਮੈਂ ਆਪਣੀ ਬੇਸਿਕ ਇਨਫੋਰਮੇਸ਼ਨ ਕਿ ਰੈਸਟੋਰੈਂਟ ਵਿੱਚ ਕਿਦਾਂ ਕੰਮ ਕੀਤਾ ਜਾਂਦਾ ਕਿਉਂਕਿ ਹਲਵਾਈ ਤਾਂ ਸੀ ਦੇਸੀ ਸੀਗੇ 1000 1500 2000 ਬੰਦੇ ਦੀ ਕੇਟਰਿੰਗ ਕਰਨੀ ਉਹ ਸਾਡੇ ਡੈਡ ਸਾਨੂੰ ਸਿਖਾ ਗਏ ਸੀ ਰਾਈਟ ਤੇ ਪਰ ਇਹ ਐਕਚੁਅਲ ਵਿੱਚ ਮੈਨੂੰ ਮੈਥਡ ਨਹੀਂ ਸੀ ਪਤਾ ਲੱਗਦਾ ਫਿਰ ਉਹਨਾਂ ਤੋਂ ਸਿੱਖਣ ਤੋਂ ਬਾਅਦ ਫਿਰ ਬੰਗਿਆਂ ਮੈਂ 4 ਸਾਲ ਕਿਸੇ ਰੈਸਟੋਰੈਂਟ ਦੇ ਵਿੱਚ ਟ੍ਰੇਨਿੰਗ ਲਈ ਜੀ ਉਸ ਦੌਰਾਨ ਫਿਰ ਮੈਂ ਅਮਰੀਕਾ ਦਾ ਸਫ਼ਰ ਤੈਅ ਕੀਤਾ ਜੀ ਸਾਮਾ ਬਣਿਆ ਇਿੱਥੇ ਆ ਕੇ ਮਿਲਵਾਕੀ ਵਿਸਕான்ਸਿਨ ਵਿੱਚ ਟੇਸਟ ਆਫ ਇੰਡੀਆ ਰੈਸਟੋਰੈਂਟ ਵਿੱਚ ਐਜ਼ ਅ ਸ਼ੈਫ ਮੈਂ 5 ਸਾਲ ਕੰਮ ਕੀਤਾ ਜੀ ਤਾਂ ਉੱਥੋਂ ਕੰਮ ਕਰਦੇ ਕਰਾਉਂਦੇ ਆਂ ਕਈ ਵਾਰ ਤੁਸੀਂ ਸਮਾਂ ਕਿ ਉਹੋ ਜਿਹਾ ਹੁੰਦਾ ਕਿ ਆਪਣੇ ਪਰਿਵਾਰ ਦੇ ਨਾਲ ਕੰਮ ਕਰਦੇ ਕਰਦੇ ਆਂ ਕਈ ਗੱਲਾਂ ਬਾਤਾਂ ਜ ਜ ਮਨ ਵਿੱਚ ਕੋਈ ਉਹੋ ਜਿਹਾ ਰੋਸ ਪੈਦਾ ਹੋਇਆ ਜੀ ਕਿ ਕੈਂਟਾਣਾ ਮੇਰੀ ਇੱਕ ਉਹੋ ਜਿਹੀ ਡੈਸਟੀਨੀ ਸੀ ਕਿ ਮੈਂ ਉਸ ਸ਼ਹਿਰ ਨੂੰ ਛੱਡਣਾ ਬਹੁਤ ਜ਼ਰੂਰੀ ਸਮਝਿਆ ਮੇਰੀ ਜ਼ਿੰਦਗੀ ਤੇ ਮੇਰੀ ਜ਼ਿੰਦਗੀ ਦੇ ਕੁਝ ਇਹੋ ਜਿਹੇ ਪਲ ਬੀਤੇ ਸੀ ਉੱਥੇ ਔਰ ਕੋ ਇਹੋ ਜਿਹਾ ਮੇਰੇ ਨਾਲ ਹੋ ਚੁੱਕਾ ਸੀ ਕਿ ਮੈਂ ਉਸ ਜਗ੍ਹਾ ਨੂੰ ਛੱਡਣ ਦੇ ਲਈ ਮਨ ਵਿੱਚ ਇੱਕ ਉਹ ਕੈਂਟ ਵਿੱਚ ਮੈਨੂੰ ਕੋਈ ਜਾਣਦਾ ਨਹੀਂ ਸੀ ਮੈਂ ਜੀ ਸਿਰਫ ਉਸ ਦਿਨ ਆਪਣੇ ਆਨਰਸ ਨੂੰ ਆਪਣਾ ਟਾਈਮ ਦੇ ਕੇ 25 ਦਿਨ 30 ਦਿਨ ਜੋ ਵੀ ਮੇਰਾ ਨੋਟਿਸ ਸੀ ਤੇ ਮੈਂ ਆਪਦੇ ਪੈਸੇ ਲੈ ਕੇ ਸਿਰਫ ਆਪ ਦੀ ਗੱਡੀ ਚੱਕ ਕੇ ਮੈਂ ਉਹਨਾਂ ਨੂੰ ਇਹ ਗੱਲ ਕਹਿ ਕੇ ਚੱਲਿਆ ਸੀ ਕਿ ਮੇਰਾ ਉਹ ਜਿਹਾ ਮਨਮਟਾ ਉਹਨਾਂ ਨਾਲ ਹੋ ਚੁੱਕਾ ਸੀ ਕਿ ਮੈਂ ਤੁਹਾਡੇ ਤੋਂ ਬਹੁਤ ਦੂਰ ਜਾਣਾ ਚਾਹੁੰਦਾ ਜੀ ਉਹ ਜ਼ਿੰਦਗੀ ਦਾ ਸਫ਼ਰ ਮੈਂ ਤਿੰਨ ਦਿਨ ਦਾ ਰੋਂਦੇ ਰੋਂਦੇ ਆਪਣੀ ਜ਼ਿੰਦਗੀ ਵਿੱਚੋਂ ਉੱਥੇ ਉੱਥੇ ਲੈ ਕੇ ਇੱਥੇ ਤੱਕ ਦਾ ਸਫ਼ਰ ਕੀਤਾ ਕਿਉਂਕਿ ਮੈਨੂੰ ਪਤਾ ਲੱਗਾ ਸੀ ਕਿ ਕੈਂਟ ਇੱਕ ਅਮਰੀਕਾ ਦਾ ਇਹੋ ਜਿਹਾ ਸ਼ਹਿਰ ਆ ਜਿੱਥੇ ਅੱਗੇ ਸਮੁੰਦਰ ਆ ਤੇ ਦੁਨੀਆ ਖਤਮ ਹੋ ਜਾਂਦੀ ਹੈ ਬਿਲਕੁਲ ਤੇ ਮੈਂ ਉਹਨਾਂ ਤੋਂ ਦੂਰ ਜਾਣ ਦਾ ਫੈਸਲਾ ਲੈਣ ਕਰਕੇ ਹੀ ਮੈਂ ਕੈਂਟ ਸ਼ਹਿਰ ਵਿੱਚ ਆਇਆ ਸੀ ਜੀ ਨਾ ਮੈਂ ਉਸ ਕੰਮ ਨੂੰ ਕਰਨਾ ਚਾਹੁੰਦਾ ਸੀ ਨਾ ਮੈਂ ਉਹਨਾਂ ਦੇ ਕੋਲ ਰਹਿਣਾ ਚਾਹੁੰਦਾ ਸੀ ਬਸ ਜ਼ਿੰਦਗੀ ਵਿੱਚ ਇਹੋ ਜਿਹੇ ਸਬਕ ਮਿਲੇ ਕਿ ਰਿਸ਼ਤੇ ਹੋ ਰਿਸ਼ਤਦਾਰੀਆਂ ਤੋਂ ਡਰ ਲੱਗਣ ਲੱਗ ਪਿਆ ਜੀ 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 ਆਫਕੋਰਸ ਲਾਈਕ ਈਵਨ ਮੈਂ ਵੀ ਜਦ ਅਜ਼ ਅ ਇਮੀਗਰੈਂਟ ਇੱਥੇ ਆਇਆ ਤੁਹਾਡੇ ਵਾਂਗੂ ਐਜ਼ ਅ ਸਟੂਡੈਂਟ ਕੈਨੇਡਾ ਆਇਆ ਤੇ ਕੈਨੇਡਾ ਤੋਂ ਬਾਅਦ ਇੱਥੇ ਆਇਆ ਤੇ ਕੈਨੇਡਾ ਮੈਂ ਵੀ ਕੁਝ ਇਹੋ ਜੀਆਂ ਚੀਜ਼ਾਂ ਦਾ ਇਹ ਚੀਜ਼ਾਂ ਮੈਂ ਫੇਸ ਕੀਤੀਆਂ ਬਟ ਮੇਰੇ ਦਿਮਾਗ 'ਚ ਵਾਈਲ ਤੁਸੀਂ ਇਹ ਸਾਰੀ ਸਟੋਰੀ ਦੱਸ ਰਹੇ ਸੀ ਕਿ ਮੈਨੂੰ ਮੇਰੇ ਦਿਮਾਗ 'ਚ ਇਹ ਗੱਲ ਆਈ ਕਿ ਤੁਹਾਨੂੰ ਲੱਗਦਾ ਹੈ ਕਿ ਇੱਕ ਤਾਂ ਡੈਸਟ ਨਹੀਂ ਤੇ ਕਿਤੇ ਨਾ ਕਿਤੇ ਜੈਨੇਟਿਕਲੀ ਵੀ ਸਿਗਾ ਕਿ ਕਿਉਂਕਿ ਤੁਹਾਡੇ ਫਾਦਰ ਸਾਹਿਬ ਆਲਰੇਡੀ ਐਚ ਸੀਗੇ ਕਿ ਤੁਸੀਂ ਦੇਖਿਆ ਉਹਨਾਂ ਨੂੰ ਕਿਉਂਕਿ ਮੈਂ ਜਦੋਂ ਮੇਰੇ ਫਾਦਰ ਸਾਹਿਬ ਆ ਉਹ ਆਲਵੇਜ਼ ਕਦੀ ਸਟੇਜ ਤੇ ਕਦੀ ਐਕਟਿੰਗ ਕਦੀ ਕੋਸ਼ਤ ਸੀ ਗਰੋ ਅਪ ਹੀ ਸੈਟਸ ਦੇ ਉੱਤੇ ਹੋਏ ਤੇ ਮੈਨੂੰ ਇਹ ਲੱਗਦਾ ਸੀ ਕਿ ਕੈਮਰੇ ਦੇ ਮੂਹਰੇ ਜਾਣਾ ਫੋਟੋਆਂ ਖਿਚਾਣਾ ਕਿ ਬੜੀ ਵੱਡੀ ਗੱਲ ਹੈ ਕਿ ਜੋ ਮੇਰੇ ਫਾਦਰ ਸਾਹਿਬ ਕਰ ਰਹੇ ਮੈਂ ਵੀ ਉਹੀ ਕਰੂੰਗਾ ਕੱਲ ਇੱਕ ਗੱਲ ਸੱਚ ਹੈ ਭਾਜੀ ਇਸ ਗੱਲ ਨੂੰ ਆਪਾਂ ਜੀ ਕਹੀਏ ਕਿ ਮੈਂ ਤੰਦਸਿਆ ਕਿ ਅਹੀ ਗਰੀਬ ਪਰਿਵਾਰ ਦੇ ਵਿੱਚੋਂ ਜਦੋਂ ਨਿਕਲੇ ਨਾ ਜੀ ਮੈਂ ਹਮੇਸ਼ਾ ਜਦੋਂ ਵੀ ਆਪਣੇ ਘਰ ਵਿੱਚ ਉੱਠਿਆ ਤੇ ਮੈਂ ਆਪਣੇ ਪਿਤਾ ਜੀ ਨੂੰ ਦੇਖਿਆ ਕਿ ਤੁਸੀਂ ਇੰਡੀਆ ਦੇ ਵਿਆਹ ਸ਼ਾਦੀਆਂ ਦੇਖ ਲਓ ਅਜ ਤੋਂ ਬੈਕ ਇਨ 20 ਇਅਰਸ ਬੈਕ ਔਰ ਸੋ ਦੇਖ ਲਓ ਮੇਰੇ ਡੈਡੀ ਨਾ ਹਰ ਵਾਰ ਇੱਕ ਸਾਈਕਲ ਉੱਤੇ ਨਾ ਤਿੰਨ ਚਾਰ ਕੜਾਈਆਂ ਲੱਦ ਕੇ ਤੜਕੀ ਤੜਕੀ ਕੰਮ ਕਰਨ ਜਾਂਦੇ ਸੀ ਤੇ ਲੋਕ ਘਰਾਂ 'ਚ ਹਜੇ ਸੁੱਤੇ ਨਹੀਂ ਸੀ ਉੱਠਦੇ ਜਦ ਮੇਰੇ ਡੈਡੀ ਖੁਦ ਉਹਨਾਂ ਕੜਾਈਆਂ ਨੂੰ ਲੈ ਕੇ ਲੋਕਾਂ ਦੇ ਘਰ ਚੁੱਲਿਆਂ 'ਚ ਅੱਗ ਬਾਲ ਕੇ ਨਾ ਲੱਕੜਾਂ ਦੇ ਨਾਲ ਉਹ ਸਮੇਂ ਦੇ ਵਿੱਚ ਠੰਡ ਪੈਣੀ ਤੇ ਲੱਕੜਾਂ ਗਿੱਲੀਆਂ ਹੋਣੀ ਆ ਤੂੰ ਇਹ ਤੜਕੇ 'ਚ ਮੇਰੇ ਡੈਡ ਰੇ ਉਹ ਕੰਮ ਕੀਤਾ ਨਾ ਤੇ ਮੈਂ ਜ਼ਿੰਦਗੀ 'ਚ ਹਰ ਉਸ ਦਿਨ ਨੂੰ ਸ਼ਾਇਦ ਜਦੋਂ ਮੈਂ ਜਾਗਿਆ ਮੈਂ ਉਸ ਨੂੰ ਦੇਖਿਆ ਕਿ ਮੇਰੇ ਡੈਡੀ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਤੇ ਮੇਰੇ ਨਾ ਦਿਲ ਵਿੱਚ ਕਿਤੇ ਨਾ ਕਿਤੇ ਸੁਪਨਾ ਸੀ ਕਿ ਮੈਂ ਆਪਣੇ ਮੈਂ ਆਪਣੇ ਡੈਡ ਨੂੰ ਉਸ ਮਕਾਮ ਤੇ ਲੈ ਕੇ ਜਾਣਾ ਚਾਹਨਾ ਜਿਹੜੀ ਸਾਰੀ ਜ਼ਿੰਦਗੀ ਵਿਚਾਰਿਆ ਨੇ ਉਹ ਕੋਰੇ ਤੇ ਠੰਡਾ ਨਾ ਤਾਂ ਗਲਵਜ਼ ਹੁੰਦੇ ਸੀ ਨਾ ਕੋਈ ਗੱਡੀਆਂ ਹੁੰਦੀਆਂ ਸੀ ਸਾਈਕਲਾਂ ਦੇ ਪਿੱਛੇ ਕੜਾਈਆਂ ਦੋ ਦੋ ਤਿੰਨ ਤਿੰਨ ਲੱਦ ਕੇ ਕਿੱਥੇ ਦੀ ਕਿੱਥੇ 4-4 ਮੀਲ 5-5 ਮੀਲ 50-50 ਮੀਲ ਵੀ ਗਏ ਆ ਸੋ ਕੋਈ ਕਈ ਸਮਾਂ ਇਦਾਂ ਦਾ ਹੁੰਦਾ ਸੀ ਕਿ ਵਸੀਂ ਆਪਣੇ ਨਾਨਕੇ ਜਾਣਾ ਹੁੰਦਾ ਸੀ ਜੀ ਜੇਕਰ ਮੇਰੇ ਡੈਡੀ ਨੂੰ ਉਧਰ ਕੇਟਰਿੰਗ ਹੁੰਦੀ ਸੀ ਕਈ ਵਾਰ ਤੁਸੀਂ ਦੇਖੋ ਕਿੰਨਾ ਔਖਾ ਹਨ ਇੱਕ ਸਾਈਕਲ ਤੇ ਜਾਣਾ ਉਹਦੇ ਵਿੱਚ ਮੇਰੇ ਮੰਮੀ ਤੇ ਅਸੀਂ ਅਸੀਂ ਦੋ ਭਰਾ ਉਸੇ ਸਾਈਕਲ ਦੇ ਉੱਤੇ ਆਪਨੇ ਪਿਓ ਦੇ ਨਾਲ ਤੜਕੇ 4 ਵਜੇ ਵੀ ਅਸੀਂ ਜਾਂਦੇ ਹੁੰਦੇ ਸੀ ਤੇ ਉਸ ਟਾਈਮ ਤੇ ਉਸ ਦਰਦ ਨੂੰ ਕਿਤੇ ਨਾ ਕਿਤੇ ਮੈਂ ਬਚਪਨ ਚ ਮਹਿਸੂਸ ਕਰਨਾ ਸ਼ੁਰੂ ਕੀਤਾ ਸੀ ਜੀ ਕਿ ਮੇਰੇ ਡੈਡੀ ਬਹੁਤ ਹਾਰਡ ਵਰਕਿੰਗ ਆ ਪਰ ਤੁਹਾਨੂੰ ਲੱਗਦਾ ਕਿ ਤੁਸੀਂ ਇਹ ਜਿਹੜਾ ਇਹ ਚੀਜ਼ ਫੜ ਕੇ ਰੱਖੀ ਜਾਂ ਦਰਦ ਫੜ ਕੇ ਰੱਖਿਆ ਜਾਂ ਜਿਹੜਾ ਤੁਹਾਡੇ ਡੈਡੀ ਦੀ ਮਿਹਨਤ ਦਿਮਾਗ ਚ ਰੱਖੀ ਜਾਂ ਫੜ ਕੇ ਰੱਖੀ ਉਹ ਅੱਜ ਤੁਹਾਡੇ ਕੰਮ ਆ ਰਹੀ ਹੈ ਬਿਲਕੁਲ ਜੀ 100% ਮੈਂ ਕਹਿੰਨਾ ਵੀ ਸ਼ਾਇਦ ਇਹ ਜਿਹੜੀ ਇਨਸਪੀਰੇਸ਼ਨ ਇਹ ਮੇਰੇ ਡੈਡ ਦੀ ਐਕਚੁਅਲ ਹਾਰਡ ਵਰਕਿੰਗ ਆ ਕਿ ਮਿਹਨਤ ਆ ਉਹਨਾਂ ਦੀ ਤੇ ਉਹਨਾਂ ਨੂੰ ਜੋ ਇਹ ਕੰਮ ਦੇ ਵਿੱਚ ਮੈਂ ਦੇਖ ਕੇ ਅਗਰ ਜ਼ਿੰਦਗੀ ਚੱਗੀ ਵਧਿਆ ਨਾ ਅੱਜ ਵੀ ਮੇਰੇ ਲਈ ਮੇਰੇ ਮੇਨ ਹੀਰੋ ਹੀ ਰੱਖ ਕਿਉਂਕਿ ਰੱਬ ਰੱਬ ਹਰ ਜਗ੍ਹਾ ਹੈ ਸ਼ਬਦ ਗੁਰੂ ਆਪਾਂ ਆਪਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਬਦ ਗੁਰੂ ਹੀ ਕਹਿੰਦੇ ਆ ਜੋ ਅਸੀਂ ਬੋਲਦੇ ਆ ਉਹ ਵੀ ਸ਼ਬਦ ਆ ਸਾਡਾ ਗੁਰੂ ਹੈ ਪਰ ਜੋ ਮੈਂ ਆਪਦੇ ਪਿਓ ਨੂੰ ਐਕਚੁਅਲ ਵਿੱਚ ਕੰਮ ਕਰਦੇ ਦੇਖਿਆ ਨਾ ਉਹ ਉਹ ਮੇਰਾ ਗੁਰੂ ਸੀ ਉਹ ਮੇਰਾ ਰੱਬ ਹੈ ਉਸ ਮੇਰਾ ਸਾਬ ਹੈ ਮੈਂ ਦੇਖਿਆ ਕਿ ਮੈਨੂੰ ਕਿਤੇ ਨਾ ਕਿਤੇ ਜ਼ਿੰਦਗੀ ਵਿੱਚ ਇਹੋ ਜਿਹਾ ਸਟੈਂਡ ਲੈਣਾ ਚਾਹੀਦਾ ਹੈ ਕਿ ਜਿੱਥੇ ਮੇਰਾ ਡੈਡ ਮੈਨੂੰ ਆ ਕੇ ਕਹਿ ਸਕੇ ਕਿ ਪੁੱਤ ਅੱਜ ਮੈਨੂੰ ਤੇਤੇ ਮਾਣ ਹੈ ਕਿ ਅਸੀਂ ਜੋ ਕੀਤਾ ਅੱਜ ਜੋ ਮੈਂ ਕੀਤਾ ਜੋ ਅੱਜ ਮੈਂ ਹੈਗਾ ਉਹ ਸਿਰਫ ਮੈਂ ਆਪਦੇ ਮਾਪਿਆਂ ਦੀ ਦੇਣ ਹੈ ਤੇ ਜਿਹੜਾ ਫਾਦਰ ਸਨ ਦਾ ਇੱਕ ਰਿਲੇਸ਼ਨ ਹੁੰਦਾ ਜਦੋਂ ਤੁਸੀਂ ਗੱਲ ਕੀਤੀ ਕਿ ਮੈਂ ਇਹ ਸਮਝਦਾ ਕਿ ਮੁੰਡੇ ਨੇ ਖਾਸ ਕਰ ਜਿਹੜੇ ਆਪਣੇ ਫਾਦਰ ਲਈ ਜਾਨ ਦੇਣ ਲਈ ਤਿਆਰ ਹੋ ਜਾਂਦੇ ਪਰ ਹੁੰਦਾ ਹੈ ਕਿ ਉਹ ਕਈ ਵਾਰੀ ਐਸਾ ਡਰ ਜਾਂ ਐਸੀ ਇੱਜ਼ਤ ਤੁਹਾਡੇ ਦਿਮਾਗ 'ਚ ਹੁੰਦੀ ਕਿ ਤੁਸੀਂ ਇੰਨਾ ਹੱਗ ਨਹੀਂ ਕਰਦੇ ਇੰਨਾ ਤੁਸੀਂ ਮਤਲਬ ਉਹ ਜਿਹੜਾ ਯਾਰਾਂ ਵਾਲਾ ਰਿਲੇਸ਼ਨ ਹੁੰਦਾ ਕੀ ਤੁਹਾਡਾ ਉਹ ਰਿਲੇਸ਼ਨ ਸੀਗਾ ਉਹਨਾਂ ਨਾਲ ਕਿ ਥੋੜਾ ਬਹੁਤ ਸੀਗਾ ਕਿ ਨਹੀਂ ਸਾਡਾ ਰਿਲੇਸ਼ਨ ਪਿੰਡਾਂ ਵਾਲਾ ਰਿਲੇਸ਼ਨ ਸਾਡਾ ਨਾ ਬੜਾ ਫਨੀ ਹੁੰਦਾ ਹੈ ਜੀ ਸਾਡਾ ਪਿੰਡਾਂ ਵਾਲਾ ਰਿਲੇਸ਼ਨ ਹੁੰਦਾ ਅਸੀਂ ਜਦੋਂ ਮੇਰੇ ਡੈਡ ਕੰਮ ਤੇ ਚਲੇ ਜਾਂਦੇ अर्ਲੀ ਵਾਪਸ ਆਉਂਦੇ ਆ ਕਰਦੇ ਆ ਸਮਡੇ ਨਾ ਸਾਡੇ ਪਿੰਡਾਂ 'ਚ ਮੰਮੀ ਕੀ ਕਰਦੀ ਹੁੰਦੀ ਆ ਜੇ ਦੋਸੀ ਕੋਈ ਘਰ ਚ ਸ਼ਰਾਰਤ ਕਰਨੀ ਗੱਲ ਕਰਨੀ ਆ ਕਿਤੇ ਘੰਟੀ ਵੀ ਵੱਜ ਜਾਣੀ ਪਰਲੇ ਮੋੜ ਤੇ ਤਾਂ ਮੇਰੀ ਮੰਮੀ ਇੱਕ ਗੱਲ ਜ਼ਰੂਰ ਕਹਿੰਦੇ ਹੁੰਦੇ ਸੀ ਆ ਗਿਆ ਤੇਰਾ ਪਿਓ ਉਹ ਡਰ ਉਹ ਪਿਆਰ ਪਰ ਚੰਗੀ ਚੀਜ਼ ਕੀ ਹੁੰਦੀ ਸੀ ਕਿਉਂਕਿ ਡੈਡੀ ਜਦੋਂ ਵਿਆਹ ਸ਼ਾਦੀ ਪ੍ਰੋਗਰਾਮਾਂ ਤੇ ਜਾਂਦੇ ਸੀ ਨਾ ਕੁਛ ਨਾ ਕੁਛ ਖਾਣ ਨੂੰ ਜ਼ਰੂਰ ਲੱਗ ਜਾਂਦਾ ਸੀ ਠੀਕ ਹੈ ਨਾ ਤੇ ਉਹ ਚੀਜ਼ ਬੜੀ ਇੰਟਰਸਟਿੰਗ ਹੁੰਦੀ ਆ ਫਿਰ ਸਾਨੂੰ ਆਪਦੇ ਪਿਓ ਨਾਲ ਬੰਨਣਾ ਕਰਨਾ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਇਹ ਸਿਖਾਈਆਂ ਨਹੀਂ ਜਾਂਦੀਆਂ ਕਦੀ ਪਿਆਰ ਔਰ ਇਮੋਸ਼ਨਸ ਹਨ ਜੀ ਆਟੋਮੈਟਿਕਲੀ ਆਪਕੋ ਬੱਚੇ ਦਾ ਆਪਣੇ ਪਿਓ ਨਾਲ ਪਿਆਰ ਪੈਣਾ ਜਾਂ ਮਾਪਿਆਂ ਨਾਲ ਪੈਣਾ ਇੱਕ ਕੁਦਰਤੀ ਦੇਨ ਹੈ ਜੀ ਪਰ ਸਾਡਾ ਪਿਆਰ ਮੇਰੇ ਡੈਡੀ ਤੇ ਸਾਡਾ ਤੇ ਮੇਰੇ ਭਰਾ ਦਾ ਸਾਡਾ ਤਿੰਨਾਂ ਦਾ ਇੰਨਾ ਸੀ ਨਾ ਤੁਸੀਂ ਸੱਚ ਪੁੱਛੋਗੇ ਮੈਂ ਮੈਨੂੰ ਲਾਜ਼ਮ ਰੂੰਗਾ ਵਾਚਾ ਜੈ ਨਾ ਨਹੀਂ ਨਹੀਂ ਤੇ ਅਸੀਂ ਸਾਡੇ ਡੈਡੀ ਨੂੰ ਤੰਗ ਬੜਾ ਕਰਦੇ ਹੁੰਦੇ ਸੀਗੇ ਅਹੀਂ ਤਾਂ ਕਰਦੇ ਹੁੰਦੇ ਸੀ ਕਈ ਵਾਰ ਸ਼ਰਾਰਤ ਹੋ ਜਣੀ ਕਰ ਜਣੀ ਪਿੰਡਾਂ 'ਚ ਸਾਡੇ ਤੁਹਾਨੂੰ ਪਤਾ ਮਾਹੌਲ ਸਾਡੇ ਜਿਹੜੀ ਕਈ ਵਾਰ ਗਾਲਾਂ ਕੱਢਣੀਆਂ ਸਾਨੂੰ ਇਦਾਂ ਇਦਾਂ ਕਰਨਾ ਮੈਂ ਤੇ ਮੇਰਾ ਭਰਾ ਸ਼ਰਾਰਤੀ ਸੀ ਦਰਵਾਜ਼ਾ ਬੰਦ ਕਰਕੇ ਵੀ ਅੰਦਰੋਂ ਡੈਡੀ ਨੇ ਚੜਾਉਂਦੇ ਹੁੰਦੇ ਸੀ ਤੇ ਬਾਅਦ 'ਚ ਜਦੋਂ ਬਹਿ ਕੇ ਸ਼ਾਮ ਨੂੰ ਠੰਡੇ ਹੋਏਣਾ ਡੈਡੀ ਨੇ ਸਾਰੇ ਨੂੰ ਹੋਏਣਾ ਫਿਰ ਅਸੀਂ ਰੋਟੀ ਪਾਣੀ ਖਾਣਾ ਪਰ ਮੈਂ ਤੇ ਮੇਰੇ ਡੈਡੀ ਦਾ ਪਿਆਰ ਇੰਨਾ ਕ ਜਿਆਦਾ ਰਿਹਾ ਤੇ ਸਪੈਸ਼ਲੀ ਮੇਰੇ ਵੱਡੇ ਭਰਾ ਦਾ ਜੀ ਸਾਡਾ ਇੰਨਾ ਕ ਪਿਆਰ ਰਿਹਾ ਕਿ ਅਸੀਂ ਜਦੋਂ ਬਾਹਰ ਵੀ ਗਏ ਆ ਜਾਂ ਅਸੀਂ ਇੱਥੇ ਵੀ ਅਮਰੀਕਾ ਵਿੱਚ ਪਹੁੰਚੇ ਆ ਉਹਨੂੰ ਵੀ ਮੈਂ ਆਪਦੇ ਪੇਰੈਂਟਸ ਨੂੰ 12 ਸਾਲ ਬਾਅਦ ਮਿਲਿਆ ਹਨਾ ਜੀ ਉਹ ਮੇਰੇ ਕੋਲ ਆਏ ਐਕਚੁਅਲੀ ਮੈਂ ਨਹੀਂ ਜਾ ਸਕਦਾ ਸੀ ਮੈਂ ਜੇ ਤੁਹਾਨੂੰ ਬੈਕਸਟੋਰੀ ਕਹਿੰਦਾ ਸੀ ਨਾ ਕਈ ਵਾਰ ਲਾਈਫ 'ਚ ਬੰਦੇ ਦੀ ਕੋਈ ਚੀਜ਼ਾਂ ਇਦਾਂ ਦੀ ਹੋਈਆਂ ਮੈਂ ਇਮੀਗ੍ਰੈਂਟ ਸਾਂ ਜੀ ਮੇਰਾ ਅਜੇ ਤੱਕ ਗ੍ਰੀਨ ਕਾਰਡ ਨਹੀਂ ਮਿਲਿਆ ਮੈਨੂੰ ਹੋਲਡ ਹੋ ਗਿਆ ਔਰ ਮੇ ਵੀ ਮੈਨੂੰ ਕਦੀ ਮਿਲਣਾ ਨਹੀਂ ਸ਼ਾਇਦ ਰਾਈਟ ਆ ਡੋਨਟ نو ਕਿਦਾਂ ਮੇਰਾ ਪ੍ਰੋਸੈਸ ਕੀ ਹੈ ਪਰ ਉਹਦਾ ਰੀਜ਼ਨ ਸਮ ਹਾਉ ਬਸ ਜੋ ਮੈਂ ਆਪਣਾ ਕੰਮ ਕੀਤਾ ਲਾਈਫ 'ਚ ਕਿਤੇ ਰਿਹਾ ਕੋਈ ਰੀਜ਼ਨ ਬਣ ਗਿਆ ਜੀ 12 ਸਾਲ ਬਾਅਦ ਆਪਣੇ ਬਾਪ ਨੂੰ ਮਿਲ ਕੇ ਬੜੀ ਤਸੱਲੀ ਹੋਈ ਤੇ ਲੱਗਾ ਕਿ ਉਹ ਜਿਹੜੀਆਂ ਚੀਜ਼ਾਂ ਸੀ ਉਹ ਟਾਈਮ ਸੀ ਉਹ ਵਾਪਸ ਮੈਨੂੰ ਯਾਦ ਆ ਗਿਆ ਕਿ ਮੈਂ ਆਪਦੇ ਪਿਓ ਨੂੰ ਕਿੰਨਾ ਤੰਗ ਕਰਦਾ ਸੀ ਪਰ ਅੱਜ ਮੈਂ ਜਦੋਂ ਕਾਮਯਾਬ ਹੋ ਕੇ ਇਸ ਮੁਕਾਮ ਤੇ ਖੜਿਆ ਨਾ ਸੱਚ ਪੁੱਛਿਓ ਭਾਜੀ ਮੈਂ ਜਦ ਡੈਡ ਮੇਰੇ ਅੰਦਰ ਬੜੇ ਨਾ ਜਦੋਂ ਰੈਸਟੋਰੈਂਟ ਚ ਪਹਿਲੀ ਵਾਰ ਲੈ ਕੇ ਗਿਆ ਮੈਂ ਚਾਬੀ ਦਿੱਤੀਆਂ ਮੇਰੀਆਂ ਅੱਖਾਂ ਚੋਂ ਹੰਝੂ ਨਹੀਂ ਬੰਦ ਹੁੰਦੇ ਸੀ ਇੱਕ ਉਹ ਪਰਿਵਾਰ ਜਿਹੜਾ ਇੱਕ ਸਾਈਕਲ ਦੇ ਪਿੱਛੇ ਚਾਰ ਕੜਾਈਆਂ ਲੱਦ ਕੇ ਜਾਣ ਵਾਲਾ ਅੱਜ ਅਮਰੀਕਾ ਦੀ ਧਰਤੀ ਤੇ ਆਪ ਦੇ ਪਿਓ ਨੂੰ ਆਪਣੇ ਹੱਥੀਂ ਚਾਬੀ ਦਿੰਦਾ ਨਾ ਰੈਸਟੋਰੈਂਟ ਦੀ ਕਿ ਡੈਡ ਤੁਹਾਡੀ ਮਿਹਨਤ ਤੁਹਾਡੀ ਸੋਚ ਦੇ ਨਾਲ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਅਸੀਂ ਮਿਹਨਤ ਕੀਤੀ ਇੱਥੇ ਤੱਕ ਪਹੁੰਚ ਗਏ ਤਾਂ ਉਹ ਉਹ ਮੂਮੈਂਟ ਮੈਂ ਕਦੀ ਨਹੀਂ ਭੁੱਲ ਸਕਦਾ ਨਹੀਂ ਨਹੀਂ ਉਹ ਤਾਂ ਆਫ ਕੋਰਸ ਹੁਣ ਮੈਂ ਮੈਂ ਗੱਲ ਕਰਨੀ ਸੀ ਤੁਹਾਡੇ ਬੇਟੇ ਬਾਰੇ ਇੱਕ ਹਾਂਜੀ ਕਿ ਤੁਸੀਂ ਹੁਣ ਆਪ ਇੱਕ ਫਾਦਰ ਹੋ ਸੋ ਬੀਇੰਗ ਅ ਸਨ ਤੇ ਸਨ ਤੋਂ ਬਾਅਦ ਹੁਣ ਬੀਇੰਗ ਅ ਫਾਦਰ ਹੁਣ ਕਿਹੋ ਜਿਹਾ ਮਹਿਸੂਸ ਹੁੰਦਾ ਕੁਝ ਹੁੰਦਾ ਕਿ ਉਹਚ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਕਿਉਂਕਿ ਫਾਦਰ ਹੈ ਫਾਦਰ ਸਬ ਦਾ ਹੀਰੋ ਹੁੰਦਾ ਤੇ ਉਹ ਮਾੜੀਆਂ ਚੀਜ਼ਾਂ ਤੁਹਾਨੂੰ ਦਿਖਦੀਆਂ ਨਹੀਂ ਸੋ ਕੁਝ ਐਸੀਆਂ ਚੀਜ਼ਾਂ ਜੋ ਤੁਹਾਨੂੰ ਲੱਗਾ ਹੋਵੇ ਕਿ ਮੈਂ ਹੁਣ ਜਦੋਂ ਆਪਣੇ ਬੱਚੇ ਨੂੰ ਦੇਖਦਾ ਕਿ ਮੈਨੂੰ ਤੰਗ ਕਰਦਾ ਕੁਝ ਕਰਦਾ ਹਾਂਜੀ ਕਿ ਕੁਝ ਤੁਹਾਨੂੰ ਹੁੰਦਾ ਇਹ ਚੀਜ਼ਾਂ ਸੱਚੇ ਪਾਦੀ ਇਹ ਰਿਅਲਾਈਜ਼ ਹੁੰਦਾ ਹੈ ਜਦੋਂ ਐਜ਼ ਅ ਫਾਦਰ ਜਦੋਂ ਮੈਂ ਇੱਕ ਨੂੰ ਦੇਖਦਾ ਨਾ ਜੀ ਆ ਕਈ ਵਾਰ ਲੱਗਦਾ ਕਿ ਅਸੀਂ ਸ਼ਾਇਦ ਬਚਪਨ ਵਿੱਚ ਕਿੰਨੀਆਂ ਕੁ ਜ਼ਿਆਦਾ ਗਲਤੀਆਂ ਕੀਤੀਆਂ ਹੋਣਗੀਆਂ ਜਾਂ ਕਿੰਨਾ ਕੁ ਤੰਗ ਕੀਤਾ ਹੋਵੇਗਾ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਕੋਲ ਟਾਈਮ ਵੀ ਲਿਮਿਟਿਡ ਹੁੰਦਾ ਸੀ ਸੌਣ ਦਾ ਜੀ ਕਿਉਂਕਿ ਜਦੋਂ ਉਹ 4 ਵਜੇ ਅਗਰ ਕਿਸੇ ਦੇ ਘਰ ਤੜਕੀ ਜਾਣਗੇ ਅਗਰ 5 ਵਜੇ ਕੰਮ ਸ਼ੁਰੂ ਕਰਨਗੇ ਓਬਵੀਅਸਲੀ ਉਹ ਟਾਈਮ ਪੀਰੀਅਡ ਉੱਥੇ ਨਾ ਤਾਂ ਕੋਈ ਪੱਟੀਆਂ ਹੁੰਦੀਆਂ ਸੀ ਗੈਸ ਵਾਲੀਆਂ ਜਾਂ ਕੋਈ ਕੰਮ ਕੋਲੇ ਦੀਆਂ ਪੱਟੀਆਂ ਤੇ ਲੱਕੜ ਦੀਆਂ ਪੱਟੀਆਂ ਉਹਨਾਂ ਤੇ ਕੰਮ ਕਰਨਾ ਜੀ ਤੇ ਰਾਤ ਨੂੰ ਜਦੋਂ ਵਾਪਸ ਆ ਕੇ ਉਹਨਾਂ ਨੇ ਕਈ ਵਾਰ ਕਿਹਾ ਕਿ ਮੈਂ ਅੱਜ ਸੌਣਾ ਚਾਹਨਾ ਹਨਾ ਹਨਾ ਕਿ ਪਰਮਜੀਤ ਤੁਸੀਂ ਕੀ ਕਰਦੇ ਸੀ ਗਾਣਾ ਸੀ ਤਾਂ ਮੈਚ ਦੇਖਦੇ ਆ ਮੈਂ ਪਲੇਅਰ ਫੁੱਟਬਾਲ ਦਾ ਸੀ ਪਰ ਕ੍ਰਿਕਟ ਦੇ ਮੈਚ ਬੜੇ ਦੇਖਦਾ ਹੁੰਦਾ ਸੀ ਕ੍ਰਿਕਟ ਦਾ ਬੜਾ ਤਾਂ ਮੈਨੂੰ ਲੱਗਦਾ ਸਪੋਰਟਸ ਜਦੋਂ ਤੁਸੀਂ ਇੱਕ ਸਪੋਰਟ ਚ ਹੁੰਨੇ ਹੋ ਜਿੱਦਾਂ ਸਾਡੀ ਫੀਲਡ ਚ ਹੈ ਜੇ ਮੈਂ ਗਾਣੇ ਗਾਣਾ ਗਿਟਾਰ ਵਜਾਣਾ ਤੇ ਉਹ ਹਰ ਚੀਜ਼ ਦਾ ਸ਼ੌਂਕ ਪੈ ਜਾਂਦਾ ਤੁਹਾਨੂੰ ਇੱਕ ਤਰ੍ਹਾਂ ਦਾ ਮੇਨ ਦਾ ਉਹੀ ਹੈ ਹਾਂਜੀ ਉਹ ਬਸ ਇੱਕ ਅਟੈਚਮੈਂਟ ਜੀ ਸੀ ਨਾ ਫਿਰ ਉਹ ਤੰਗ ਕਰਨਾ ਪਿਆਰ ਕਰਨਾ ਫਿਰ ਡੈਡ ਦੀ ਰਿਕੁਐਸਟ ਕਰਨੀ ਕਿ ਸਾਨੂੰ ਰਾਤ ਨੂੰ ਸੌਣ ਦਿਓ ਮੈਂ ਸਵੇਰੇ ਫਿਰ ਕੰਮ ਤੇ ਜਾਣਾ ਕਰਨਾ ਉਦੋਂ ਅਸੀਂ ਸ਼ਾਇਦ ਉਹ ਅਣਦੇਖੀ ਕਰ ਜਾਂਦੇ ਸੀ ਅਸੀਂ ਨਹੀਂ ਸੁਣਦੇ ਸੀ ਪਰ ਬੀਇੰਗ ਅ ਫਾਦਰ ਜਦੋਂ ਹੁਣ ਏਕਮ ਕਈ ਵਾਰ ਮੈਂ ਕੰਮ ਤੋਂ ਟਾਇਰਡ ਹੋ ਕੇ ਆਣਾ ਨਾ ਰਾਤ ਨੂੰ ਮੈਂ ਤੁਹਾਨੂੰ ਦੱਸਿਆ ਕਿ ਕੀਟਰਿੰਗ ਪਾਰਟੀਜ਼ ਅਸੀਂ ক্লোਜ਼ ਕਰਕੇ ਆਲਮੋਸਟ 1-2 ਵਜੇ ਘਰ ਆਨੇ ਆ ਮੈਂ ਦੇਖਿਆ ਭਾਜੀ ਬਹੁਤ ਕਈ ਵਾਰ 1-2 ਵਜੇ ਰੋਟੀ ਖਾਣੇ ਸਾਡਾ ਡਿਨਰ 2 ਵਜੇ ਹੁੰਦਾ ਬਿਲਕੁਲ 2:30 ਵਜੇ ਕਮ ਉੱਠ ਜਾਂਦਾ ਕਈ ਵਾਰ ਤੇ ਉਹ ਸੌਣ ਨਹੀਂ ਦਿੰਦਾ ਕਰਦਾ ਇੱਕ ਰਾਤ ਮੇਰੇ ਨਾਲ ਹੋ ਜੀ ਹੋਈ ਸੀ ਕਿ ਏਕਮ ਤੜਕੇ 5 ਵਜੇ ਤੱਕ ਮੈਨੂੰ ਸੌਣ ਨਹੀਂ ਦਿੱਤਾ ਹਨਾ ਤੇ ਉਸ ਦਿਨ ਮੈਂ ਉਹਨੂੰ ਬੋਲਿਆ ਵੀ ਚੰਗਾ ਤੇ ਇਦਾਂ ਕਰਕੇ ਗੁੱਸਾ ਕਰਿਆ ਕਦੀ ਮੈਂ ਬਾਹਰ ਸੋਫੇ ਤੇ ਬੈਠ ਕੇ ਸੌਵਾਂ ਕਦੀ ਕਿਤੇ ਕੋਸ਼ਿਸ਼ ਕਰਾਂ ਕਿਉਂਕਿ ਨੈਕਸਟ ਡੇ ਮੇਰੇ ਕੋ ਫਿਰ ਕੇਟਰਿੰਗ ਸੀ ਪਰ ਉਸ ਦਿਨ ਉਸ ਮੈਨੂੰ ਮੈਨੂੰ ਗੱਲ ਯਾਦ ਆ ਗਈ ਆਪਣੇ ਪਿਓ ਦੀ ਕਹੀ ਹੋਈ ਕਿ ਮੈਨੂੰ ਸੌਹ ਲਣ ਦੇ ਕਿ ਮੇਰੀ ਸਵੇਰੇ ਕੇਟਰਿੰਗ ਹੈ ਕੇਟਰਿੰਗ ਤੇ ਨਾ ਮੈਂ ਹੱਸਾਂ ਤੇ ਨਾ ਮੈਂ ਰੋਵਾਂ ਮੈਨੂੰ ਕੋਈ ਸਮਝ ਨਾ ਆਵੇ ਮੈਂ ਕੀ ਕਰਾਂ ਪਰ ਫਿਰ ਮੈਂ ਆਪਦੇ ਮੁੰਡੇ ਦੇ ਕੋਲ ਬੈ ਕੇ ਜਾ ਕੇ ਸੌਰੀ ਮਨ ਨੂੰ ਫੀਲ ਹੋਇਆ ਕਿ ਮੈਂ ਪੁੱਤਰਾ ਇਹ ਮੈਂ ਆਪਦੇ ਪਿਓ ਨਾਲ ਵੀ ਕੀਤੀ ਸੀ ਉਹ ਨਾਲ ਵੀ ਕੀਤੀ ਮੇਰੇ ਅੱਗੇ ਮਦਰ ਜਿਹੜੇ ਉਹ ਹਮੇਸ਼ਾ ਕਹਿੰਦੇ ਹੁੰਦੇ ਕਹਿੰਦੇ ਬਾਪੂ ਬਾਪੂ ਕਹਿੰਦੇ ਸੀ ਬੜੇ ਸੁੱਖ ਆ ਜੀ ਬਿਲਕੁਲ ਸੱਚ ਹੈ ਬਾਪੂ ਦੇ ਸਿਰ ਤੇ ਕੋਈ ਫਿਗਰ ਨਹੀਂ ਹੁੰਦਾ ਜ਼ਿੰਮੇਵਾਰੀਆਂ ਫਿਕਰ ਸ਼ਬਦ ਬਚਪਨ ਚ ਸੁਣਦੇ ਜ਼ਰੂਰ ਆਪਾਂ ਫੀਲ ਕਰਦੇ ਪਰ ਫੀਲ ਨਹੀਂ ਹੁੰਦਾ ਸੀ ਪਰ ਫੀਲ ਹੋਇਆ ਅਮਰੀਕਾ ਦੀ ਧਰਤੀ ਦੇ ਆ ਕੇ ਪਤਾ ਲੱਗਾ ਵੀ ਐਕਚੁਅਲ ਚ ਜ਼ਿੰਮੇਵਾਰੀ ਹੈ ਕੀ ਚੀਜ਼ ਆਫ ਕੌਰਸ ਮੈਨੂੰ ਲੱਗਦਾ ਜਦੋਂ ਤੁਹਾਡੇ ਪੇਰੈਂਟਸ ਆਏ ਨੇ 12 ਸਾਲ ਬਾਅਦ ਅਮਰੀਕਾ ਮਿਲਦਾ ਇਹ ਮੇਰੀ ਇੰਗੇਜਮੈਂਟ ਦੇ ਲਾਗੇ ਤੱਕ ਦਾ ਟਾਈਮ ਸੀ ਕਿਉਂਕਿ ਤੁਸੀਂ ਮੈਨੂੰ ਦੱਸਿਆ ਸੀ ਹਾਂਜੀ ਤੇ ਭਾਜੀ ਅੱਜ ਨਹੀਂ ਮਿਲ ਸਕਦੇ ਅੱਜ ਮੇਰਾ ਸਾਰਾ ਪਰਿਵਾਰ ਆਇਆ ਹੋਇਆ ਹੈ ਕਿ ਅੱਜ ਮੈਂ ਕਿਸੇ ਚੀਜ਼ ਤੇ ਧਿਆਨ ਨਹੀਂ ਦੇ ਰਿਹਾ ਸੌਰੀ ਮੈਂ ਤੁਹਾਨੂੰ ਬਾਅਦ ਵਿੱਚ ਮਿਲੂੰਗਾ ਐਗਜ਼ੈਕਟਲੀ ਤਾਂ ਕਿਉਂਕਿ ਇਹ ਮੂਮੈਂਟ ਹੈ ਉਹ ਜੀ ਸੀ ਕਿ ਕਾਫੀ ਵੇਟ ਕੀਤੀ ਤੁਹਾਨੂੰ ਮੈਨੂੰ ਡਰ ਲੱਗਦਾ ਸੀ ਕਿ ਮੈਂ ਇੰਨੇ ਵਾਰ ਕਿਉਂਕਿ 12 ਸਾਲ ਬਹੁਤ ਹੋ ਜਾਂਦਾ 10 ਸਾਲ ਮੈਨੂੰ ਆਏ ਨੂੰ ਹੋ ਗਏ ਸੀ ਤੇ ਮੇਰੇ ਤੋਂ 2 ਸਾਲ ਪਹਿਲਾਂ ਦੇ ਮੇਰੇ ਡੈਡ ਇੱਕ ਕੈਨੇਡਾ ਸੀ ਜੀ ਤੇ ਮੰਮੀ ਮੇਰੇ ਆਸਟ੍ਰੇਲੀਆ ਚ ਲੱਗੇ ਸੀ ਤੇ ਮੈਂ ਉਹਨਾਂ ਨੂੰ ਮਿਲ ਹੀ ਨਹੀਂ ਪਾਰਿਆ ਸੀਗਾ ਤੇ ਸਮ ਹਾਓ ਹੁਣ ਸਿਆਣੇ ਬੰਦੇ ਨੇ ਤੇ ਸਾਡਾ ਵੀ ਸਰੀਰਕ ਰੂਪ ਤੇ ਕਦੀ ਪਤਾ ਨਹੀਂ ਹੁੰਦਾ ਬੰਦੇ ਦਾ ਕਿਦਾਂ ਕਿੱਥੇ ਆ ਤੇ ਮਨ ਚ ਇਹੋ ਜੇ ਖਿਆਲ ਆਉਂਦੇ ਸੀ ਕਰਦੇ ਸੀ ਕਿ ਉਸ ਦਿਨ ਜਦੋਂ ਮੈਂ ਤੁਹਾਣਾ ਗੱਲ ਕੀਤੀ ਨਾ ਤੇ ਮੈਨੂੰ ਐਕਸਾਈਟਮੈਂਟ ਇੰਨੀ ਜ਼ਿਆਦਾ ਸੀ ਕਿ ਮੇਰੇ ਡੈਡ ਤੇ ਮੰਮੀ ਆ ਰਹੇ ਨੇ ਇੰਨੇ ਸਾਲਾਂ ਬਾਅਦ ਹਨਾ ਤੇ ਮੈਨੂੰ ਮੈਨੂੰ ਕੰਮ ਕਿਹਾ ਮੈਨੂੰ ਕੁਝ ਵੀ ਸੋਝੀ ਨਹੀਂ ਰਿਹਾ ਸੀ ਐਕਚੁਅਲੀ ਪਾਜੀ ਕਿ ਉਹ ਮੂਮੈਂਟ ਉਹ ਬਚਪਨ ਉਹ ਚੀਜ਼ ਮੇਰਾ ਦਿਲ ਕਰਦਾ ਸੀ ਮੈਂ ਜਾ ਕੇ ਫਿਰ ਬੱਚਾ ਬਣ ਜਾਣਾ ਬਿਲਕੁਲ ਸੋਚ ਰਿਹਾ ਤਾਂ ਪਰ ਯਾ ਵੈਲ ਥੈਂਕ ਯੂ ਤੁਸੀਂ ਉਸ ਦਿਨ ਅੰਡਰਸਟੈਂਡ ਕੀਤਾ ਇਸ ਜੀ ਆਫਕੋਰਸ ਮੈਂ ਤਾਂ ਇੱਕ ਹੋਰ ਚੀਜ਼ ਦੀ ਤਾਰੀਫ ਕਰਨਾ ਚਾਹਨਾ ਪਾਜੀ ਇਹ ਤੁਹਾਡੀ ਇਹ ਜਿੱਦਾਂ ਤੁਹਾਨੂੰ ਰੇਜ਼ ਕੀਤਾ ਤੁਹਾਡੇ ਪੇਰੈਂਟਸ ਨੇ ਮੈਂ ਲੋਕਾਂ ਨੂੰ ਇਹ ਗੱਲ ਦੱਸਣਾ ਚਾਹਨਾ ਕਿ ਮੇਰੀ ਇੰਗੇਜਮੈਂਟ ਤੋਂ 10 ਦਿਨ ਪਹਿਲਾਂ ਮੈਨੂੰ ਲੱਗਦਾ ਮੇਰਾ ਐਕਸੀਡੈਂਟ ਹੋਇਆ ਤੇ ਉਹ ਐਕਸੀਡੈਂਟ ਜਿਹੜਾ ਸੀਗਾ ਜਿੱਦਣ ਹੋਇਆ ਪਾਜੀ ਮੈਂ ਤੁਹਾਨੂੰ ਇਹ ਦੀ ਬੈਕਸਟੋਰੀ ਹੈ ਕਿ ਉਹ ਸਾਡੇ ਘਰ ਦੇ ਵਿੱਚ ਇਵਨ ਡੈਡ ਐਕਟਿੰਗ ਕਰਦੇ ਸੀ ਸਭ ਕੁਝ ਸਗਤ ਤੇ ਕਦੀ ਕਿਸੇ ਨੇ ਗੱਡੀ ਮਹਿੰਗੀ ਨਹੀਂ ਸੀ ਲਈ ਮੈਂ ਵੀ ਤੁਹਾਡੇ ਵਾਂਗੂ ਇੱਥੇ ਆ ਕੇ ਕੰਮ ਕੀਤਾ ਸਭ ਕੁਝ ਕੀਤਾ ਤੇ ਉਸ ਤੋਂ ਬਾਅਦ ਇੱਕ ਗੱਡੀ ਮਹਿੰਗੀ ਗੱਡੀ ਲੈ ਲਈ ਮੈਨੂੰ ਮੈਂ ਬੜਾ ਖੁਸ਼ ਆ ਮੈਂ ਵੀ ਆਪਣੇ ਪੈਨਿੰਟ ਨੂੰ ਚਾਹੀਦੀ ਫੜਾਈ ਮੈਂ ਕਿ ਤੁਸੀ ਚਲਾਓ ਠੀਕ ਜੋ ਸਭ ਕੁਝ ਹੋਇਆ ਤੇ 10 ਦਿਨ ਪਹਿਲਾਂ ਉਹ ਇੱਕਦਮ ਟੋਟਲ ਹੋ ਗਿਆ ਸਭ ਕੁਝ ਹੋ ਗਿਆ ਤੇ ਮੈਂ ਤੁਹਾਡੀ ਤਾਰੀਫ ਇਹਦੇ ਵਿੱਚ ਇਹ ਹੈ ਕਿ ਮੈਨੂੰ ਲੱਗਦਾ ਸੀ 2 ਦਿਨ ਬਾਅਦ ਤੁਹਾਡੇ ਕੋ ਆਇਆ ਮੈਨੂੰ ਡਿਸਾਈਡ ਕਰਾਂ ਤੇ ਤੁਸੀਂ ਮਤਲਬ ਤੁਹਾਨੂੰ ਸ਼ਾਇਦ ਯਾਦ ਹੈ ਕਿ ਨਹੀਂ ਤੁਸੀਂ ਬੈਕ ਐਂਡ ਫੋਰਥ ਜਾ ਜਾ ਰਹੇ ਸੀਗੇ ਹਾਂਜੀ ਤੇ ਤੁਹਾਨੂੰ ਪਤਾ ਲੱਗਾ ਫਿਰ ਤੁਸੀਂ ਉੱਥੇ ਚੇਅਰ ਲੈ ਕੇ ਬਹਿ ਕੇ ਆ ਕੇ ਹਾਂਜੀ ਤੁਸੀਂ ਮੈਨੂੰ ਕਿਹਾ ਕਿ ਕਾਕਾ ਇਹ ਚੀਜ਼ਾਂ ਨੇ ਜਿਹੜੀਆਂ ਇਹ ਚੀਜ਼ਾਂ ਨੇ ਹਾਂਜੀ ਕਾਰ ਕਾਰ ਤੁਸੀਂ ਆਪ ਠੀਕ ਹੋ ਵੈਲਿਊ ਤੁਹਾਡੀ ਬੋਡੀ ਦੀ ਹੈ ਠੀਕ ਹੈ ਗੱਡੀਆਂ ਕਾਰਾਂ ਚੀਜ਼ਾਂ ਕਿਉਂਕਿ ਤੁਹਾਨੂੰ ਜਦੋਂ ਮੈਂ ਦੇਖਿਆ ਕਿ ਤੁਸੀਂ ਤੰਦਰੁਸਤੋਂ ਨਾ ਤੇ ਪਰਮੇਸ਼ਰ ਤੋਂ ਸਭ ਤੋਂ ਪਹਿਲੀ ਅੰਦਰੋਂ ਮੰਨ ਚੁੱਕੀ ਨਿਕਲਦੀ ਆ ਗੱਲ ਇਹ ਆ ਕਿ ਮਾਪੇ ਨੂੰ ਜਿਹੜਾ ਦੁੱਖ ਦਰਦ ਹੈ ਹੈ ਕਿ ਤੁਹਾਡੇ ਫਾਦਰ ਸਾਹਿਬ ਨਾਲ ਵੀ ਸਾਡਾ ਇੰਨਾ ਜ਼ਿਆਦਾ ਪਿਆਰ ਹੈ ਤੁਹਾਡੇ ਪਰਿਵਾਰ ਨਾਲ ਉਹਦੇ ਵਿੱਚ ਕੀ ਸੀ ਕਿ ਜਿਹੜਾ ਲੋਹਾ ਹੈ ਨਾ ਉਹ ਤਾਂ ਫਿਰ ਸਿੱਧਾ ਹੋ ਜਾਊਗਾ ਇਹੀ ਗੱਲ ਸੀ ਮਨੁੱਖਾ ਸਰੀਰ ਹੈ ਨਾ ਇਹ ਕੁਦਰਤ ਦੀ देन ਹੈ ਇਹ ਬਾਰ ਬਾਰ ਸਿੱਧੇ ਨਹੀਂ ਹੁੰਦੇ ਜੇ ਕਿ ਤੇ ਰੱਬ ਨਾ ਕਰੇ ਤੁਹਾਡੀ ਜਿਹੜੀ ਕਿਸਮਤ ਤੁਹਾਡੀ ਜਿਹੜੀ ਅੰਗੇਜਮੈਂਟ ਸੀ ਉਹਨੇ ਤੁਹਾਨੂੰ ਨਵੀਂ ਜ਼ਿੰਦਗੀ ਦਿੱਤੀ ਨਵੀਂ ਜ਼ਿੰਦਗੀ ਦਿੱਤੀ ਤੁਹਾਡੇ ਲਾਈਫ ਪਰ ਮੈਂ ਤੁਹਾਡੀ ਤਾਰੀਫ ਇਸ ਗੱਲ ਕਰਕੇ ਕਰਨਾ ਚਾਹਨਾ ਕਿਉਂਕਿ ਇੱਕ ਵਾਰੀ ਤੁਸੀਂ ਆਪਣੀ ਫੈਮਲੀ ਤੋਂ ਸੁਣਦੇ ਹੋ ਨਾ ਤੁਸੀਂ ਫਿਰ ਕਿਸੇ ਨਾ ਕਿਤੇ ਫੀਲ ਕਰਦੇ ਹੋ ਤੁਸੀਂ ਜਦੋਂ ਬਾਹਰ ਜਾਂਦੇ ਇੱਕ ਜਿਹੜਾ ਬੰਦਾ ਤੁਹਾਡੇ ਲਈ ਇੱਕ ਹੱਦ ਤੱਕ ਅਣਜਾਣ ਹੈ ਉਹ ਤੁਹਾਨੂੰ ਜਦੋਂ ਆ ਕੇ ਇਹ ਨਹੀਂ ਗੱਲ ਕਹਿ ਦਿੰਦਾ ਨਾ ਕਿ ਯਾਰ ਕੁਝ ਨਹੀਂ ਹੋਇਆ ਕਿ ਸਭ ਠੀਕ ਹੈ ਉਦੋਂ ਮੈਨੂੰ ਲੱਗਾ ਮੈਂ ਕਹਾ ਕਿ ਯਾਰ ਸ਼ਾਇਦ ਠੀਕ ਹੀ ਹੈ ਕੋਈ ਗੱਲ ਨਹੀਂ ਮੈਂ ਕਹਾ ਇੱਕ ਚੀਜ਼ ਸੀ ਕਿ ਦੁਬਾਰਾ ਆ ਜਾਏਗੀ ਕੁਝ ਹੋ ਜਾਏਗਾ ਮੈਂ ਆਪ ਤਾਂ ਹੈਗਾ ਨਾ ਜੀ ਐਗਜ਼ੈਕਟਲੀ ਪਰ ਉਹ ਤੁਹਾਡੇ ਸੰਸਕਾਰ ਨੇ ਭਾਜੀ ਉਹ ਤੁਹਾਡਾ ਮਤਲਬ ਤੁਸੀਂ ਮੈਨੂੰ ਯਾਦ ਹੈ ਤੁਸੀਂ ਸਾਰਾ ਕੁਝ ਛੱਡ ਕੇ ਤੁਹਾਡਾ ਉਦੋਂ ਰੈਸਟੋਰੈਂਟ ਬਿਜ਼ੀ ਸੀਗਾ ਤੁਸੀਂ ਬਹਿ ਕੇ ਆ ਕੇ ਤੁਸੀਂ ਕਿਹਾ ਹਾਂ ਜੀ ਦੱਸੋ ਕਿ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਕਿਉਂਕਿ ਅਰਜੁਨ ਪਾਜੀ ਜਿੱਥੇ ਤੁਸੀਂ ਤੇ ਤੁਹਾਡੇ ਪਰਿਵਾਰ ਦੀ ਗੱਲ ਆਈ ਆ ਜਿੱਥੇ ਜੋ ਸਮਾਂ ਤੁਹਾਡੇ ਤੇ ਬੀਤਿਆ ਜਿੱਥੇ ਤੁਸੀਂ ਵਾਪਸ ਉਸ ਸਮਾ ਸਾਡਾ ਧੰਨਵਾਦ ਸੀ ਗੁਰੂ ਪਾਤਸ਼ਾਹ ਦਾ ਕਿ ਤੁਸੀਂ ਤੰਦਰੁਸਤ ਸਾਡੇ ਕੋਲ ਬੈਠੇ ਆ ਤੇ ਜੋ ਅੰਗੇਜਮੈਂਟ ਸੀ ਉਹ ਦਾ ਅਰੇਂਜ ਕਰਨਾ ਆਈ نو ਦਾ ਇੱਕ ਸ਼ਾਰਟ ਪੀਰੀਅਡ ਸੀ ਕਿਉਂਕਿ ਸਾਡਾ ਕੇਟਰਿੰਗ ਸੈਸ਼ਨ ਕਾਫੀ ਬਿਜ਼ੀ ਹੁੰਦਾ ਹੈ ਤੇ ਤੁਸੀਂ ਕਿਹਾ ਸੀ ਤੁਹਾਡੇ ਪਿਆਰ ਦੇ ਨਾਲ ਬਿਲਕੁਲ 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 ਪਰ ਉਹਨੂੰ ਅਰੇਂਜ ਕਰਨਾ ਕਿਉਂਕਿ ਮੈਂ ਖੁਸ਼ਕਿਸਮਤ ਸਮਝਦਾ ਸੀ ਆਪਣੇ ਆਪ ਨੂੰ ਕਿ ਮੈਂ ਤੁਹਾਡੀ ਫੈਮਿਲੀ ਨੂੰ ਇਸ ਪਰਿਵਾਰ ਨੂੰ ਅਗਰ ਸਰਵ ਕਰੂੰਗਾ ਕਿਉਂਕਿ ਮੈਨੂੰ ਮੈਂ ਦੱਸਿਆ ਕਿ ਮੈਨੂੰ ਕੈਂਟ ਵਿੱਚ ਕੋਈ ਪਹਿਲਾਂ ਨਹੀਂ ਜਾਣਦਾ ਸੀ ਤੇ ਜਦੋਂ ਮੈਂ ਆਪ ਦਾ ਕੰਮ ਸ਼ੁਰੂ ਕੀਤਾ ਜਦੋਂ ਮੈਂ ਆਪਣਾ ਕੰਮ ਸ਼ੁਰੂ ਕੀਤਾ ਵੀ ਸੀ ਨਾ ਇੱਕ ਸਟੋਰੀ ਇਹੋ ਜਿਹੀ ਵੀ ਹੈ ਕਿ ਜਦੋਂ ਇੰਡੀਅਨ ਵੈਸਟਰੋ ਅਸੀਂ ਲਿਆ ਨਾ ਤਾਂ ਕੋਈ ਇਹੋ ਜਿਹਾ ਹੀ ਦਿਨ ਸੀ ਕਿ ਬਸ ਮੈਂ ਮੇਰਾ ਸਾਲਾ ਹੂੰ ਹੂੰ ਮੇਰਾ ਸਾਲਾ ਮਨਪ੍ਰੀਤ ਸਿੰਘ ਜੀ ਜ਼ਿੰਦਗੀ ਦੇ ਸੱਚੀ ਅਸਲ ਸਾਥੀ ਜਿਹੜੇ ਹੁੰਦੇ ਨੇ ਹਾਂਜੀ ਤੇ ਮੇਰੀ ਵਾਈਫ ਹਰਪ੍ਰੀਤ कौर ਜੀ ਅਸੀਂ ਤਿੰਨੇ ਕਿਤੇ ਕੰਮ ਤੇ ਗਏ ਟੈਕਸ ਪੁਰਾਣਾ ਸੀ ਟੈਕਸ ਫਾਇਲ ਕਰਨਾ ਸੀ ਤੇ ਬੈਠਾ ਮੈਂ ਚੱਪਲਾ ਪਾ ਕੇ ਇੰਦੀ ਸੀਗਾ ਘਰੋਂ ਸਿੰਪਲ ਬੰਦਾ ਗਿਆ ਹਣਾ ਬਿਲਕੁਲ ਜਦੋਂ ਕਿਸਮਤ ਆਂਦੀ ਹੈ ਤੇ ਅਸੀਂ ਸਲਾਹ ਕਰਦੇ ਸੀ ਕਿ ਅਸੀਂ ਰੈਸਟੋਰੈਂਟ ਬਣਾਣਾ ਜੀ ਅਸੀਂ ਰੈਸਟੋਰੈਂਟ ਬਣਾਣਾ ਤੇ ਕੁਦਰਤ ਜਦੋਂ ਦੇਣ ਤੇ ਆਂਦੀ ਹੈ ਤੇ ਮੈਂ ਜਿਸ ਭਾਜੀ ਨਾਲ ਗੱਲ ਕਰ ਰਿਹਾ ਸੀ ਰਾਣਾ ਭਾਜੀ ਉਹਨਾਂ ਦਾ ਨਾਮ ਹੈ ਜੀ ਇਹਨਾਂ ਦਾ ਆਫਿਸ ਹੈਗਾ ਜੀ ਤੇ ਉਹਨਾਂ ਨਾਲ ਗੱਲ ਕਰਦੇ ਕਰਦੇ ਉਹਨਾਂ ਨੇ ਦੱਸਿਆ ਕਿ ਤੁਸੀਂ ਜਿਹੜਾ ਰੈਸਟੋਰੈਂਟ ਬਣਾਉਣਾ ਕਰਨਾ ਚਾਹੁੰਦੇ ਹੋ ਤੁਸੀਂ ਸੋਚਦੇ ਹੋ ਤੇ ਇਹ ਨਾਲ ਇੱਕ ਕਮਰੇ ਵਿੱਚ ਬੰਦੇ ਬੈਠੇ ਨੇ ਇਹਨਾਂ ਨੇ ਥੋੜੇ ਦਿਨ ਪਹਿਲਾਂ ਇੰਡੀਅਨ ਇਨਵੈਸਟਰ ਖੋਲ੍ਹਿਆ ਸੀ ਤੇ ਹੋ ਸ਼ਾਇਦ ਆਪਣੇ ਏਮਪਲੋਈਸ ਤੋਂ ਤੰਗ ਹੋ ਕੇ ਵੇਚਣਾ ਚਾਹੁੰਦੇ ਨੇ ਜੀ ਤੇ ਮੈਂ ਖੁਦ ਕੰਮ ਕੀਤਾ ਸੀ ਤੇ ਮੈਨੂੰ ਪਤਾ ਸੀ ਵੀ ਕੰਮ ਕਿਵੇਂ ਕਰਨਾ ਹੈ ਤੇ ਅਸੀਂ ਉਹ ਰੈਸਟੋਰੈਂਟ ਦੀਆਂ ਗੱਲਾਂ ਕੀਤੀਆਂ ਤੁਸੀਂ ਬਲੀਵ ਨਹੀਂ ਕਰਨਾ ਕਿ ਵਿਦਨ 15 20 ਮਿੰਟ ਸਾਡਾ ਰੈਸਟੋਰੈਂਟ ਲੈਣ ਦਾ ਪਲਾਨ ਸ਼ੁਰੂ ਹੋ ਗਿਆ ਸੀ 15 20 ਮਿੰਟ 15 20 ਮਿੰਟ ਤੇ ਮੈਂ ਸੋਚਿਆ ਨਹੀਂ ਸੀ ਕਿ ਅੱਜ ਘਰੋਂ ਮੈਂ ਰੈਸਟੋਰੈਂਟ ਦਾ ਓਨਰ ਬਣਨ ਜਾ ਰਿਹਾ ਹਾਂ ਜਾਂ ਰੈਸਟੋਰੈਂਟ ਲੈਣਾ ਆ ਪਰ ਜਦੋਂ ਕਿਸਮਤ ਤੁਹਾਨੂੰ ਕਿਸੇ ਮਕਾਮ ਤੇ ਕਿਸੇ ਮੰਜ਼ਰ ਤੇ ਲਿਆਉਣਾ ਚਾਹਦੀ ਹੈ ਨਾ ਤੇ ਪਰਮਾਸ਼ ਪਰਮੇਸ਼ਰ ਕਿਸੇ ਨਾ ਕਿਸੇ ਬੰਦੇ ਦੇ ਰੂਪ ਵਿੱਚ ਤੁਹਾਨੂੰ ਮਿਲ ਜਾਂਦਾ ਬਿਲਕੁਲ ਸੋ ਇਹ ਸਟੋਰੀ ਸ਼ੁਰੂ ਹੋਈ ਉੱਥੋਂ ਤੋਂ ਫਿਰ ਸਾਨੂੰ ਰੈਸਟੋਰੈਂਟ ਮਿਲਿਆ ਜੀ ਤੇ ਰੈਸਟੋਰੈਂਟ ਲੈਣ ਲਈ ਵੀ ਮੇਰੇ ਕੋਲ ਸਿਰਫ 20000 ਡਾਲਰ ਹੀ ਸੀਗਾ ਮੇਰਾ ਇੰਨੇ ਸਾਲਾਂ ਦੀ ਕਮਾਈ ਮੇਰੇ ਕੋਲ 20000 ਡਾਲਰ ਸੀ ਇਹ ਭਾਜੀ ਅਮਰੀਕਾ ਹੈ ਇਦਾਂ ਦਾ ਇਹ ਆਂਦੇ ਬਾਅਦ ਚ ਤੇ ਚੱਲ ਪਏ ਪਹਿਲਾਂ ਚੱਲ ਹੀ ਪਹਿਲਾਂ ਜਾਂਦੇ ਨਹੀਂ ਬਿਲਕੁਲ ਬਿਲਕੁਲ ਪਰ ਜਿੰਨਾ ਤੂੰ ਰੈਸਟੋਰੈਂਟ ਲਿਆ ਜਾਂ ਜਿੱਦਾਂ ਕੰਡੀਸ਼ਨ ਚ ਲਿਆ ਰਿਟਨ ਚ ਲਿਆ ਲੈ ਕੇ ਸਟਾਰਟ ਕੀਤਾ ਜੀ ਸਾਡੀ ਸਭ ਤੋਂ ਵੱਡੀ ਸਭ ਤੋਂ ਵੱਡੀ ਪ੍ਰਾਪਤੀ ਕਹੀਏ ਜਾਂ ਕੀ ਕਹੀਏ ਕਿ ਸਾਡਾ ਅਸੀਂ ਰੈਸਟੋਰੈਂਟ ਐਕਚੁਅਲੀ ਕੋਵਿਡ ਵਿੱਚ ਲੈ ਲਿਆ ਅਸੀਂ ਕੋਵਿਡ ਵਿੱਚ ਰੈਸਟੋਰੈਂਟ ਦੇ ਦੌਰਾਨ ਹਾਂਜੀ ਕੋਵਿਡ ਦੇ ਦੌਰਾਨ ਰੈਸਟੋਰੈਂਟ ਸਾਰੇ ਫੂਡ ਜੁਆਇੰਟ ਸਭ ਕੁਝ ਬੰਦ ਹੋ ਰਿਆ ਸੀ ਬੰਦ ਹੋ ਰਿਆ ਸੀ ਉਦੋਂ ਤੁਸੀਂ ਕਿਹਾ ਮੇਰੇ ਰੈਸਟੋਰੈਂਟ ਕੋ ਤੂੰ ਰੈ ਤੋ ਪਤਾ ਨਹੀਂ ਇਹ ਕੁਦਰਤ ਦੀ ਮਰਜ਼ੀ ਸੀ ਕਿ ਕੋਈ ਸਮਾਂ ਸੀਗਾ ਤੇ ਅਸੀਂ ਰੈਸਟੋਰੈਂਟ ਲਿਆ ਕਿਉਂਕਿ ਮੈਨੂੰ ਕੌਨਫੀਡੈਂਸ ਸੀਗਾ ਕਿ ਮੇਰੀ ਵਾਈਫ ਨੇ ਮੇਰਾ ਪਹਿਲਾ ਕੰਮ ਦੇਖਿਆ ਸੀ ਆਨਲਾਈਨ ਫੋਟੋਜ਼ ਵੀਡੀਓਜ਼ ਚੀਜ਼ਾਂ ਦੇਖਦੀ ਸੀ ਕਿ ਤੁਸੀਂ ਇੰਨੇ ਵਧੀਆ ਇੰਡੀਆ ਤੋਂ ਵੀ ਵਧੀਆ ਕੈਕਟਰਸ ਸੀਗੇ ਤੇ ਇੱਥੇ ਵੀ ਤੁਸੀਂ ਪੂਰਾ ਸਕਸੈਸ ਰੇਟ ਤੁਹਾਡਾ ਵਧੀਆ ਹੈ ਤੇ ਕਿਉਂ ਨਾ ਆਪਾਂ ਆਪਣਾ ਕੰਮ ਸਟਾਰਟ ਕਰੀਏ ਜੀ ਕੰਮ ਸਟਾਰਟ ਕੀਤਾ ਸਮ ਹਾਉ ਕਸਟਮਰ ਨਹੀਂ ਆਉਂਦੇ ਕੋਵਿਡ ਦਾ ਸਮਾਂ ਸੀ ਕਸਟਮਰ ਬੰਦ ਬਿਲਕੁਲ ਰੈਸਟੋਰੈਂਟ ਖਾਲੀ ਸੀ ਜੀ ਪਰ ਜਦੋਂ ਰੈਸਟੋਰੈਂਟ ਚੱਲਿਆ ਤਰੀਆ ਦੇ ਲਾਸਤ ਆਪਣੀ ਵਾਈਫ ਨੂੰ ਦਿੰਦਾ ਸੀ ਕਿ ਇੱਕ ਵਾਰ ਅਗਰ ਟੈਸਟ ਕਰ ਲੈਣਾ ਨਾ ਲੋਕੀ ਗੱਲ ਹੈ ਕਿ ਫਸਟ ਕਸਟਮਰ ਨੂੰ ਲਿਆਣਾ ਬੜਾ ਔਖਾ ਹੁੰਦਾ ਹੈ ਕਸਟਮਰ ਬਹੁਤ ਕਸਟਮਰ ਭਾਜੀ ਬਹੁਤ ਫਿਰ ਪਲਾਨ A B C D ਚਲਾਏ ਉਹ ਪਲਾਨਸ ਕੀ ਹੁੰਦੇ ਆ ਇਹ ਜਿਹੜੀਆਂ ਕੰਪਨੀਆਂਜ਼ ਹੁੰਦੀਆਂ ਗਰੱਬ ਹੱਬ ਡੋਰ ਡੈਸ਼ ਉਪਰੀਟਸ ਇਹ ਤੁਹਾਡੀ ਹੈਲਪ ਕਰਦੀਆਂ ਜੀ 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 ਲੋਕਾਂ ਤਰੀ ਆਪਾਂ ਇਹ ਫੂਡ ਆਪਾਂ ਪਹਚਾਇਆ ਕਿਉਂਕਿ ਮੈਂ ਇੱਕ ਸਿੰਗਲ ਪਰਸਨ ਨੂੰ ਵੀ ਨਹੀਂ ਸੀ ਜਾਣਦਾ ਕਿੰਟ ਵਿੱਚ ਜੀ ਤੇ ਰੋਟੀ ਖਾਂਦੇ ਰਹੇ ਕਰਦੇ ਰਹੇ ਆਪ ਰੈਸਟੋਰੈਂਟ ਖੋਲਦੇ ਰਹੇ ਥੋੜਾ ਥੋੜਾ ਰੈਸਟੋਰੈਂਟ ਚੱਲਿਆ ਫਿਰ ਸਮਝ ਆਇਆ ਕਿ ਉਹ ਇਹੋ ਜਿਹਾ ਆਇਆ ਕਿ ਆਪ ਦੇ ਪਿਓ ਤੇ ਵਿਸ਼ਵਾਸ ਬੜਾ ਸੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਤੋਂ ਸਿਵਾਏ ਕਿਤੇ ਜ਼ਿੰਦਗੀ ਚ ਸਿਰ ਨਹੀਂ ਜਗਾਇਆ ਬਿਲਕੁਲ ਤੇ ਇੱਕ ਦਿਨ ਮੇਰੀ ਵਾਈਫ ਨੇ ਮੈਨੂੰ ਪੁੱਛਿਆ ਕਿ ਸਾਡਾ ਹਾਲਾਤ ਇਹੀ ਰਹਿਣਗੇ ਕਿ ਲੋਕਾਂ ਨੂੰ ਕਿੱਦਾਂ ਪਤਾ ਲੱਗੂਗਾ ਫੁਰ ਮੈਂ ਉਹਨੂੰ ਕਿਹਾ ਵੀ ਇੱਕ ਬੰਦੇ ਨੂੰ ਆ ਜਾਣਦਾ ਹੈ ਇੱਕ ਉਹ ਜੀ ਰੂਹ ਹੈ ਕਿ ਜਿਹੜੀ ਉਹ ਸਭ ਨੂੰ ਸਿਰੇ ਲਾ ਦਿੰਦੀ ਹੈ ਵੀ ਉਹ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਤੇ ਮੇਰੀ ਵਾਈਫ ਬੜੀ ਪਿਆਰੀ ਤੇ ਭੋਲੀ ਹੈ ਤੇ ਕਹਿੰਦੀ ਚਲੋ ਜੀ ਆਪਾਂ ਚੱਲਦੇ ਆਂ ਤੇ ਮਨਪ੍ਰੀਤ ਨੂੰ ਨਾਲ ਲਿਆ ਸੀ ਜੀ ਗੁਰਦੁਆਰਾ ਸਾਹਿਬ 132 ਜਿੱਥੇ ਮੇਰਾ ਇਹ ਆਨੰਦ ਕਾਰਜ ਹੋਇਆ ਸੀ ਵਿਆਹ ਦੇ ਉੱਥੇ ਚਲੇਗੀ ਉੱਥੇ ਮੱਥਾ ਟੇਕਿਆ ਕਰਿਆ ਜੀ ਤੇ ਬਚਪਨ ਤੋਂ ਜਿੱਦਾਂ ਸਾਨੂੰ ਸੇਧ ਮਿਲੀ ਸੀ ਮੈਂ ਬਚਪਨ ਚ ਵੀ ਛੂਟਾ ਹੁੰਦਾ ਇੱਕ ੴ ਤੋਂ ਲੈ ਕੇ 18 10 20 ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਦਾ ਹੁੰਦਾ ਸੀ ਕਰੇ ਵਾਹ ਤੇ ਸ਼ਾਇਦ ਗੁਰੂ ਮਹਾਰਾਜ ਨੇ ਸੇਧ ਦਿੱਤੀ ਤੇ ਜੀ ਸੋਜੀ ਬਖਸ਼ੀ ਤੇ ਨਾਲ ਹਿੰਮਤ ਹੌਸਲੇ ਦਾ ਹੱਥ ਰੱਖਿਆ ਵਾਹਿਗੁਰੂ ਨੇ ਜੀ ਤੇ ਫਿਰ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਬਹਿ ਕੇ ਗੱਲਾਂ ਕੀਤੀਆਂ ਮੈਂ ਸੱਚੀ ਪਾਸ਼ਾ ਜੀ ਦਲਾਸਾ ਤਾਂ ਮੈਂ ਦੇ ਰਿਹਾ ਕੰਮ ਮੈਨੂੰ ਸੱਚੀ ਆਂਦਾ ਹੈ ਹਲਵਾਈ ਮੈਂ ਵਧੀਆ ਹਾਂ ਇਹਦਾ ਮੈਨੂੰ ਪਤਾ ਹੈ ਕੇਟਰਿੰਗ ਵੀ ਕਰ ਲੈਣਾ ਸਾਰਾ ਕੁਝ ਕਰ ਲੈਣਾ ਪਰ ਇੱਕ ਉਹ ਮੌਕਾ ਲੋਕਾਂ ਵਿੱਚ ਮੈਂ ਫੂਡ ਕਿੱਦਾਂ ਲੈ ਕੇ ਜਾਣਾ ਕੀ ਕਰਨਾ ਮੈਨੂੰ ਪਤਾ ਨਹੀਂ ਤੇ ਮੇਰੇ ਕਿਸ਼ਤ ਦੇਣ ਦਾ ਸਮਾਂ ਆ ਗਿਆ ਤੇ ਮੇਰੇ ਕੋਲ ਪੈਸੇ ਨਹੀਂ ਗਏ ਸੱਚ ਜੋ ਆ ਗੱਲ ਕੀਤੀ ਤਾਂ ਸਿਰਫ ਆਪਣੇ ਬਾਪੂ ਨਾਲ ਬਹਿ ਕੇ ਪਿੱਛੇ ਕੀਤੀ ਤੇ ਕਰਕੇ ਆ ਗਿਆ ਤੇ ਘਰ ਵਾਲੀ ਬੜੀ ਖੁਸ਼ ਤੁਸੀਂ ਯਕੀਨ ਮੰਨਿਓ ਮੇਰੀ ਜ਼ਿੰਦਗੀ ਵਿੱਚ ਹੱਤ ਤੇ ਸਰੋਂ ਜਮਾਨ ਵਾਲਾ ਕੰਮ ਆ ਮੇਰੇ ਰੂਮ ਖੜੇ ਹੋ ਜਾਂਦੇ ਜਦੋਂ ਮੈਂ ਗੱਲ ਸੋਚਦਾ ਵੀ ਜੀ ਪਿਛਲੇ ਮਹੀਨੇ 2 ਮਹੀਨਿਆਂ ਦੇ ਵਿੱਚ ਸਾਡੇ ਰੈਸਟੋਰੈਂਟ ਵਿੱਚ ਮੈਨੂੰ ਨਹੀਂ ਪਤਾ ਵੀ ਡੇਲੀ ਦੀ 500 ਸੇਲ ਸੀ ਕਿ 600 ਸੀ ਮੈਂ ਕਿੰਨੇ ਪੈਸੇ ਕਮਾਏ ਪਰ ਜਿਸ ਦਿਨ ਉਹ ਸਮਾਂ ਬਣਿਆ ਨਾ ਜੀ ਅ ਜਿਸ ਦਿਨ ਮੈਂ ਕੇਟਰਿੰਗ ਤੋਂ ਕੇਟਰਿੰਗ ਅਜੇ ਸਟਾਰਟ ਨਹੀਂ ਹੋਈ ਸੀ ਸਾਡੀ ਕਿ ਮੈਂ ਪੈਸੇ ਦੇਣੇ ਸੀਗੇ ਨਾ ਅਗਲੀ ਕਿ ਪਹਿਲੀ ਕਿਸ਼ਤ ਤੇ ਤੇ ਪੈਸੇ ਦੇਣੇ ਸੀ ਮੈਂ 30000 ਡਾਲਰ ਤੇ ਮੇਰੇ ਕੋਲ ਸੀ 1500 ਡਾਲਰ ਬਚਦਾ ਸਿਰਫ ਖਰਚੇ ਕੱਢ ਕੇ ਦੇਣਾ 30000 ਦੇਣਾ ਸੀਗਾ 30000 ਤੇ 1500 ਤੇ ਸ਼ਾਇਦ ਉਸ ਪਰਮੇਸ਼ਰ ਦੀ ਕਿਰਪਾ ਅਗਲੇ 7 ਦਿਨ ਦੇ ਵਿੱਚ 8 ਦਿਨ ਦੇ ਵਿੱਚ ਰੈਸਟੋਰੈਂਟ ਕਿੱਥੋਂ ਦੁਨੀਆਈ ਕਿੱਥੋਂ ਰੋਟੀ ਖਾਦੀ ਉਹਨਾਂ ਨੇ ਕਿੱਦਾਂ ਉਹਨਾਂ ਨੇ ਮਾਊਥ ਟੂ ਵਰਡ ਕੰਮ ਕੀਤਾ ਲੋਕਾਂ ਨੇ ਇੱਕ ਦੋ ਜਣ ਦੱਸਿਆ ਅਗਲੇ 7 ਤੋਂ 15 ਦਿਨਾਂ ਦੇ ਵਿੱਚ ਵਿੱਚ ਮੈਂ ਇੰਨੇ ਕ ਪੈਸੇ ਬਣਾਏ ਰੈਸਟੋਰੈਂਟ ਦੇ ਵਿੱਚ ਉਸ ਤੋਂ ਬਾਅਦ ਟਿਲ ਅੱਜ ਤੱਕ ਵਾਹਿਗੁਰੂ ਦੀ ਕਿਰਪਾ ਨਾਲ ਤੋੜ ਨਾ ਆਵੇ ਵਾਧੂ ਚਾਈ ਵਾਲਾ ਮਾਰਗ ਜਿੱਦੱਕ ਤਨ ਸੱਚੇ ਹੋ ਗਿਆ ਕਿ ਕਸਟਮਰ ਆਏ ਔਰ ਉਸ ਅਰਦਾਸ ਤੋਂ ਬਾਅਦ ਇੰਨੀ ਕੁ ਦੁਨੀਆ ਨੇ ਰੋਟੀ ਖਾਧੀ ਆ ਕਿ ਉੱਥੇ ਕਿ ਕਿਸ਼ਤ ਦੇਣ ਤੋਂ ਬਾਅਦ ਵੀ ਮੇਰੇ ਕੋ 20000 ਡਾਲਰ ਫਿਰ ਵੀ ਮੇਰੇ ਕੋਲ ਬਚਦਾ ਸੀ ਦੇਖੋ 15 ਦਿਨ ਚ ਹੋਰ ਮੈਂ ਪਿਛਲੇ ਕਿੰਨੇ ਮਹੀਨਿਆਂ ਤੋਂ ਬੇਟਾ ਮੇਰੇ ਕੋ ਪੈਸੇ ਨਹੀਂ ਸੀ ਪਰ ਵਾਹਿਗੁਰੂ ਕਿਤੇ ਨਾ ਕਿਤੇ ਤੁਹਾਡੀ ਕਿਤੇ ਆਪ ਦੀ ਮਿਹਰ ਕਰਦੇ ਨੇ ਤੁਹਾਡੇ ਨਾਲ ਹਮੇਸ਼ਾ ਹੀ ਤੁਹਾਡੇ ਵਿੱਚ ਕਿਸੇ ਨਾ ਕਿਸੇ ਰੂਪ ਚ ਖੜਦੇ ਨੇ ਪਰ ਸलाम ਹੈ ਹਿੰਮਤ ਨੂੰ ਬਿਲਕੁਲ ਕਹਿੰਦੇ ਨੇ ਹਿੰਮਤ ਹੀ ਮਰਦਾ ਤੇ ਮਦਦ ਖੁੱਦਾ ਤੇ ਸੱਚੇ ਪਾਤਸ਼ਾਹ ਨੇ ਸਾਡੀ ਹਿੰਮਤ ਹੌਂਸਲੇ ਜਾਂ ਸਾਡੀ ਨੀਤ ਨੂੰ ਭਾਗ ਲਾਏ ਤੇ ਮੇਰੀ ਵਾਈਫ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਮੇਰਾ ਸਾਥ ਇਸੇ ਤਰ੍ਹਾਂ ਨਭਾਇਆ ਬੇਸ਼ੱਕ ਉਸ ਦਰੋਂ ਪ੍ਰੈਗਨੈਂਟ ਵੀ ਲਈ ਆ ਪ੍ਰੈਗਨਨਸੀ ਦੇ ਆਖਰੀ ਦਿਨ ਤੱਕ ਜਿਸ ਦਿਨ ਮੇਰਾ ਬੱਚਾ ਵੀ ਹੋਣਾ ਸੀ ਉਸ ਦਿਨ ਵੀ ਅਸੀਂ ਕੇਟਰਿੰਗ ਪੁਕਤਾ ਕੇ ਗਏ ਇਹ ਰੇਖਾ ਬਾਤ ਹੈ ਇਹੋ ਜੀ ਮਿਹਨਤ ਕਰਕੇ ਅਸੀਂ ਭਾਜੀ ਭਾਬੀ ਦੀ ਵੀ ਗੱਲ ਕਰਾਂਗੇ ਤੇ ਬੱਚਿਆਂ ਦੀ ਵੀ ਪਰ ਮੈਂ ਕਹਿਣਾ ਚਾਹਨਾ ਕਿ ਇੰਡੀਅਨ ਬਿਸਟਰੋ ਦੀ ਅਸੀਂ ਇੰਨੀ ਗੱਲ ਕੀਤੀ ਹੈ ਤੇ ਰਾਈਟ ਨਾਓ ਮੈਂ ਸਿਰਫ ਲੋਕਾਂ ਨੂੰ ਕਹਿਣਾ ਚਾਹਨਾ ਕਿ ਵੀ ਆਰ ਗੋਇੰਗ ਟੂ ਹੈਵ ਸਮਥਿੰਗ ਫ্রম ਇੰਡੀਅਨ ਬਿਸਟਰੋ ਅਸੀਂ ਆਇਲ ਰਿਕੁਐਸਟ ਮਾਈ ਡੀਅਰ ਫਰੈਂਡ ਅੰਗਦ ਜਿਹੜਾ ਕੈਮਰੇ ਦੇ ਪਿੱਛੇ ਹੈ ਹਮੇਸ਼ਾ ਕੈਮਰੇ ਦੇ ਪਿੱਛੇ ਭਾਜੀ ਮੇਰਾ 8 ਸਾਲ ਤੋਂ ਦੋਸਤ ਹੈ ਠੀਕ ਹੈ ਜੀ ਤੇ ਇਹ ਜੋ ਸਕਿੱਲ ਹੈ ਬੰਦੇ ਦੀ ਕਮਾਲ ਹੈ ਕੈਮਰੇ ਦੇ ਪਿੱਛੇ ਇੱਕ ਮੈਨੂੰ ਹੌਸਲਾ ਹੋ ਜਾਂਦਾ ਜੀ ਭਾਜੀ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਤੁਹਾਨੂੰ ਪੁੱਛਾਂ ਖਾਣ ਨੂੰ ਕਿ ਨਹੀਂ ਕਿਉਂਕਿ ਤੁਸੀਂ ਤੁਹਾਡੇ ਤਾਂ ਰੈਸਟੋਰੈਂਟ ਤੋਂ ਆਇਆ ਹੈ ਬਿਲਕੁਲ ਜੀ ਬਿਲਕੁਲ ਆਪਾਂ ਦੋਨੇ ਟਰਾਈ ਕਰਦੇ ਆ ਬਿਲਕੁਲ ਬਿਲਕੁਲ ਥੈਂਕ ਯੂ ਜੀ

ਉਹ ਦੇਖੋ ਜੀ ਜੇ ਤਾਂ ਦਰਸ਼ਕ ਸੋਚ ਰਹੇ ਨੇ ਕਿ ਮੈਂ ਇਹਨਾਂ ਦੇ ਸਾਹਮਣੇ ਬੈਠ ਕੇ ਤਾਰੀਫ ਕਰ ਰਿਹਾ ਹਾਂ ਜੀ ਕੋਈ ਗੱਲ ਨਹੀਂ ਤੇ ਇੰਡੀਅਨ ਬਿਸਟਰੋ ਜਿਹੜੇ ਹੈ ਉਹ ਸਾਡੇ ਕੋ ਸਪான்ਸਰ ਨੇ ਫਲਾਈਅਰਸ ਟਰੈਵਲ ਦੇ ਨਾਲ ਨਾਲ ਤੇ ਪਰਮਜੀਤ ਭਾਜੀ ਨੇ ਜਿਹੜੇ ਉਹ ਆਪਣੇ ਵਾਸਤੇ ਇੱਕ ਵਾਊਚਰ ਲੈ ਕੇ ਆਏ ਨੇ ਭਾਜੀ ਜੇ ਤੁਸੀਂ ਵਾਊਚਰ ਦੇ ਸਕੋ ਇਹ ਵਾਊਚਰ ਇੰਡੀਅਨ ਬਿਸਟਰੋ ਵੱਲੋਂ ਜੀ ਤੁਹਾਡੇ ਵਾਸਤੇ ਤੇ ਬਾਕੀ ਜਿਹੜੇ ਵੀ ਆਪਣੇ ਸਪான்ਸਰਸ ਅੱਡੇ ਤੇ ਬਾਕੀ ਗੈਸਟ ਹੋਣਗੇ ਹਰ ਵਾਸਤੇ ਉਹਨਾਂ ਦੇ ਵਾਸਤੇ ਡਿਨਰ ਸਾਡੇ ਵੱਲੋਂ ਇੰਡੀਅਨ ਬੀਸਟਰ ਵੱਲੋਂ ਕਰਾਇਆ ਜਾਊਗਾ ਪਰਫੈਕਟ ਥੈਂਕ ਯੂ ਜੀ ਇਹ ਇੰਡੀਅਨ ਬੀਸਟਰ ਵੱਲੋਂ ਜੀ ਜਿਹੜੇ ਵੀ ਗੈਸਟ ਆਣਗੇ ਇਸ ਪੋਡਕਾਸਟ ਦੇ ਉੱਤੇ ਤੇ ਇਹ ਜਿਹੜਾ ਹੈ ਇਹ ਡਿਨਰ ਫॉर 2 ਤੇ ਇਹ ਡਿਨਰ ਇੰਡੀਅਨ ਬੀਸਟਰ ਦੇ ਵਿੱਚ ਮਿਲੇਗਾ ਐਂਡ ਥਿਸ ਇਜ਼ ਅਮੇজিং ਫੂਡ ਮੈਂ ਬਾਰ-ਬਾਰ ਕਹਿ ਰਿਹਾ ਨਾਟ ਬਿਕੋਜ਼ ਹੀ ਸਿਟਿੰਗ ਇਨ ਫਰੰਟ ਆਫ ਮੀ ਪਰ ਇਹ ਬਾ ਕਮਾਲ ਫੂਡ ਹੈ ਇਹਦੇ ਪਿੱਛੇ ਇੱਕ ਸਟੋਰੀ ਹੈ ਜਿਹੜੀ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ ਕਿ ਮੇਰਾ ਬਹੁਤ ਇੱਕ ਅਜ਼ੀਜ਼ ਦੋਸਤ ਮੇ ਜਿੱਥੋਂ ਮੈਨੂੰ ਪਹਿ ਅਸੀਂ ਕੇਕੇ ਤੇ ਇਕੱਠੇ ਕੰਮ ਕਰਦੇ ਹੁੰਦੇ ਸੀ ਮੈਂ ਐਜ਼ ਅ ਕੈਸ਼ੀਅਰ ਕੰਮ ਕਰਦਾ ਸੀਗਾ ਕੇਕੇ ਤੇ ਤੇ ਮਨੀਸ਼ ਮੁੰਡੇ ਦਾ ਨਾਮ ਸੀਗਾ ਤੇ ਉਹਨਾਂ ਨੇ ਕੋਰਟ ਮੈਰਿਜ ਕਰਾਈ ਸੀ ਤੇ ਉਹ ਕੋਰਟ ਮੈਰਿਜ ਜਦੋਂ ਕਰਾਈ ਤੇ ਅਸੀਂ ਚਾਰ ਪੰਜ ਜਾਣੇ ਸੀਗੇ ਅਸੀਂ ਮੈਨੂੰ ਲੱਗਦਾ ਐਲਕਾਇ ਬੀਚ ਤੇ ਗਏ ਉੱਥੇ ਜਾ ਕੇ ਉਹਨਾਂ ਨੇ ਆਪਣੇ ਵਾਊਸ ਪੜੇ ਅਜੀ ਫੋਟੋਆਂ ਖਚਾਈਆਂ ਕਹਿੰਦੇ ਚਲੋ ਖਾਣਾ ਖਾਣ ਚੱਲਦੇ ਆ ਸੀਗਾ ਕਿੱਥੇ ਜਾਣਾ ਜੀ ਕਹਿੰਦੇ ਡਿਮੋਇਨਸ ਦੇ ਵਿੱਚ ਹੈਗਾ ਕਿ ਇੰਡੀਅਨ ਬਿਸਟਰੋ ਕਰਕੇ ਜੀ ਲਗਾ ਠੀਕ ਹੈ ਜੀ ਅਸੀਂ ਪਹੁੰਚ ਗਏ ਅਸੀਂ ਭਾਜੀ ਮਨ ਨੂੰ ਦੁਪਹਿਰੇ ਖਾਣਾ ਖਾਦਾਂ ਮੈਨੂੰ ਸਵਾਰ ਲੱਗਾ ਹਾਲਾਂਕਿ ਮੈਂ ਬੜੀ ਕੌਂਟ੍ਰੋਵਰਸਲ ਸਟੇਟਮੈਂਟ ਹੈ ਮੈਂ ਇੰਡੀਅਨ ਫੂਡ ਦਾ ਸਕੀਨ ਨਹੀਂ ਆਇਆ ਮੈਂ ਤੇ ਮੇਰੇ ਫਾਦਰ ਚਾਈਨੀਜ਼ ਫੂਡ ਖਾਣੇ ਅੱਛਾ ਜੀ ਤੇ ਅਸੀਂ ਬਹੁਤ ਸ਼ਕੀਨ ਹੈ ਤੇ ਮੇਰੇ ਮਦਰ ਤੇ ਮੇਰੀ ਜਿਹੜੀ ਹੁਣ ਫਿਅੰਸ ਹੈ ਉਹ ਡਾਈ ਹਾਰਡ ਇੰਡੀਅਨ ਫੂਡ ਫੈਨਸ ਤੇ ਅਮੈਂ ਗਿਆ ਤੇ ਮੈਂ ਘਰਦਿਆਂ ਨੂੰ ਕਿਹਾ ਮੈਂ ਕਿਹਾ ਮੈਂ ਜੀ ਉੱਥੇ ਜਾ ਕੇ ਆਇਆ ਹਾਂ ਬੜਾ ਅੱਛਾ ਫੂਡ ਜੁਆਇੰਟ ਸੀਗਾ ਤੇ ਉਸ ਤੋਂ ਬਾਅਦ ਰੈਸਟ ਇਸ ਕਿ ਤੁਹਾਨੂੰ ਪਤਾ ਹੀ ਹੈ ਕੀ ਹੋਇਆ ਤੇ ਕੀ ਨਹੀਂ ਜੀ ਤੇ ਮੈਂ ਹੁਣ ਗੱਲ ਕਰਨਾ ਚਾਹਨਾ ਤੁਹਾਡੇ ਪਿਲਰ ਆਫ ਸਟਰੈਂਥ ਤੁਹਾਡੀ ਵਾਈਫ ਦੀ ਕਿ ਤੁਸੀਂ ਕਿੱਦਾਂ ਮਿਲੇ ਕਦੋਂ ਤੁਹਾਡਾ ਵਿਆਹ ਹੋਇਆ ਕਿਉਂਕਿ ਮੈਂ ਉਹਨਾਂ ਨੂੰ ਆਪਣੀ ਇੰਗੇਜਮੈਂਟ ਤੇ ਆ ਤਿੰਨ ਦਿਨ ਪਹਿਲਾਂ ਇੱਕ ਫੰਕਸ਼ਨ ਤੇ ਕਿੰਨੀ ਵਾਰੀ ਦੇਖਿਆ ਕਿ ਜਿਹੜਾ ਤੁਹਾਡਾ ਸਾਥੀ ਹੈ ਉਹ ਜਦੋਂ ਤੁਹਾਨੂੰ ਫੁੱਲੀ ਸਪੋਰਟ ਕਰਦਾ ਨਾ ਭਾਜੀ ਜਿੱਦਾਂ ਹੁਣ ਮੈਂ ਵੀ ਇਸ ਚੀਜ਼ ਨੂੰ ਫੀਲ ਕਰ ਸਕਦਾ ਕਿ ਮੇਰੇ ਜਿਹੜੇ ਫਿਅਰਸ ਉਹ ਅੱਜ ਜਿੱਦਾਂ ਮੈਂ ਪੋਡਕਾਸਟ ਕਰਨਾ ਸੀਗਾ ਉਹਨੇ ਮੇਰੀ ਸ਼ਕਲ ਦੇਖ ਕੇ ਦੱਸਦਾ ਕਿੰਦੀ ਤੂੰ ਟੈਨਸ਼ਨ ਨਾ ਲੈ ਤੈਨੂੰ ਕੰਮ ਆਉਂਦਾ ਤੂੰ ਕਰ ਲੇਗਾ ਤੂੰ ਟੈਨਸ਼ਨ ਵਾਲੀ ਗੱਲ ਨਹੀਂ ਪਰ ਉਹੀ ਜਿਹੜੀ ਹੈ ਕਿ ਮੈਂ ਭਾਬੀ ਦੇ ਫੇਸ ਤੇ ਲੁੱਕ ਦੇਖਦਾ ਜਿੱਦਾਂ ਉਹ ਭਜਦੋੜ ਕਰਦੇ ਨੇ ਤੁਹਾਡੇ ਨਾਲ ਉਹ ਕਿੱਦਾਂ ਤੁਹਾਨੂੰ ਕਿੱਦਾਂ ਸਟਾਰਟ ਜਿੱਦਾਂ ਆਪਾਂ ਦੱਸਿਆ ਸੀ ਕਿ ਮੈਂ ਕੈਂਟ ਵਿੱਚ ਆਇਆ ਹਾਂ ਪਰ ਜਾਣਦਾ ਮੈਨੂੰ ਕੋਈ ਨਹੀਂ ਸੀਗਾ ਜੀ ਸਮ ਹੋਂ ਲੱਕੀਲੀ ਕੁਝ ਫਰੈਂਡਸ ਐਂਡ ਫੈਮਿਲੀ ਦੇ ਨਾਲ ਜਦੋਂ ਮੈਂ ਇੱਥੇ ਕੰਮ ਸ਼ੁਰੂ ਕੀਤਾ ਤੇ ਮੇਰੇ ਸਭ ਤੋਂ ਜ਼ਿਆਦਾ ਵਧੀਆ ਸਪੋਰਟਰ ਇੱਥੇ ਦੇ ਇੱਕ ਜਗਤਾਰ ਭਾਜੀ ਆ ਜਗਤਾਰ ਸਿੰਘ ਦਸਾਂਝ ਜਗਤਾਰ ਸਿੰਘ ਦਸਾਂਝ ਹਾਂ ਜੀ ਜਿਨ੍ਹਾਂ ਨੇ ਮੈਨੂੰ ਸਟਾਰਟਿੰਗ ਵਿੱਚ ਕੈਂਟ ਵਿੱਚ ਰਹਿਣ ਲਈ ਆਪ ਦਾ ਕਰ ਦਾ ਰੂਮ ਦਿੱਤਾ ਨਾਲ ਜਦਕਿ ਉਹ ਮੈਨੂੰ ਜਾਣਦੇ ਨਹੀਂ ਸੀ ਪਰ ਅੱਜ ਮੈਂ ਸਟੈਂਡ ਹੋਇਆ ਉਹਨਾਂ ਕਰਕੇ ਸ਼ਾਇਦ ਜੀ ਤੇ ਉਹਨਾਂ ਨੇ سپورਟ ਕੀਤੀ ਜਾਣਦਾਰ ਆ ਜਦੋਂ ਮੈਂ ਸਟਾਰਟਿੰਗ ਵਿੱਚ Uber Lift ਦਾ ਕੰਮ ਕਰਨਾ ਪਸੰਦ ਕੀਤਾ ਕਿਉਂਕਿ ਇਹ ਇੱਕ ਵਧੀਆ ਤਰੀਕਾ ਸੀ ਕਿ ਤੁਸੀਂ ਸਿਟੀ ਨੂੰ ਸਟੱਡੀ ਕਰ ਲਾ ਸਕਦੇ ਹੋ ਬਿਲਕੁਦ ਕਿੱਦਾਂ ਵੀ ਕਿਤੇ ਵੀ ਕਸਟਮਰ ਕੀ ਕਹਿੰਦਾ ਜਾਂ ਕਿਵੇਂ ਆ ਸਮ ਹਾਉ ਮੇਰੇ ਮਾਈਂਡ ਵਿੱਚ ਪਲਾਨ ਸੀ ਕਿ ਮੈਂ ਅਗਰ ਕੰਮ ਕੀਤਾ ਤਾਂ ਮੈਨੂੰ ਪਤਾ ਹੋਣਾ ਚਾਹੀਦਾ ਕਿ ਜਿਸ ਸ਼ਹਿਰ ਵਿੱਚ ਹਾਂ ਸ਼ਹਿਰ ਵਿੱਚ ਕੀ ਕੀ ਆ ਤੇ ਡਿਮਾਂਡ ਕੀ ਆ ਤੇ ਤੁਸੀਂ ਕਿੱਥੇ ਰੈਸਟੋਰੈਂਟ ਖੋਲ੍ਹ ਸਕਦੇ ਹੋ ਸੋ ਆਈ ਥਿੰਕ ਇਹ ਬੈਟਰ ਆਈਡੀਆ ਸੀ ਤੇ ਇੱਕ ਵਧੀਆ ਟਾਈਮ ਸੀ ਕਿ ਮੈਂ ਅਮਰੀਕਾ ਚ 5 ਸਾਲ ਇੱਕ ਕਿਚਨ ਚ ਰਹਿਣ ਤੋਂ ਬਾਅਦ ਇੱਕ ਵਾਰ ਅਮਰੀਕਾ ਦੀ ਐਕਚੁਅਲੀ ਦੁਨੀਆ ਦੇਖਣਾ ਚਾਹੁੰਦਾ ਸੀ ਮੈਂ ਅਜ ਤੱਕ ਦੀ 2 ਵਰ੍ਹੇ ਕੱਗੋ ਗਿਆ ਹੋਣਾ ਮੈਨੂੰ ਲੱਗਦਾ ਫਿਰ ਪੂਰੇ 5 ਸਾਲ ਚ ਜਿੰਨਾ ਚਿਰ ਮੈਂ ਰਿਹਾ ਸੀਗਾ ਜੀ ਮੇਰੀ ਛੁੱਟੀ ਬਹੁਤ ਘੱਟ ਹੁੰਦੀ ਸੀ ਕੰਮ ਤੇ ਇਸ ਕੰਮ ਦੇ ਦੌਰਾਨ ਮੈਨੂੰ ਇੱਕ ਸਾਡੀ ਆਂਟੀ ਹੈਗੇ ਇੰਡੀਆ ਵਿਲੇਜ ਤੋਂ ਜੀ ਉਹਨਾਂ ਕੋਲੋਂ ਮੈਂ ਕਈ ਵਾਰ ਰੋਟੀ ਲੈਣ ਜਾਣਾ ਕਰਨ ਜਾਣਾ ਕਿਉਂਕਿ ਮੇਰਾ ਘਰ ਖੁਦ ਰੋਟੀ ਬਣਾਉਣ ਦਾ ਦਿਲ ਨਹੀਂ ਸੀ ਕਰਦਾ ਕਿਉਂਕਿ ਮੈਂ ਬਹੁਤ ਕੁਕਿੰਗ ਕਰ ਕਰ ਕੇ ਆ ਗਿਆ ਸੀ ਜੀ ਲੱਕੀਲੀ ਉਹਨਾਂ ਨੇ ਮੇਰਾ ਕਨੈਕਸ਼ਨ ਕਰਾਇਆ ਕਿਸੇ ਆਂਟੀ ਜੀ ਨਾਲ ਪਰਮਜੀਤ ਅੰਟੀ ਸਾਡੇ ਤੋਂ ਹੈਗੇ ਨਹੀਂ ਅੱਛਾ ਪਰਮਜੀਤ ਅਰ ਉਸ ਨੂੰ ਤਾਂ ਲਕੀਰ ਨਾਮ ਉਹਨਾਂ ਦੇ ਹਸਬੰਡ ਦਾ ਨਾਮ ਵੀ ਐਕਚੁਅਲੀ ਪਰਮਜੀਤ ਸਿੰਘ ਹੈ ਉਹ ਬੱਲੇ ਬੱਲੇ ਉਹੀ ਗੱਲ ਹੈ ਜੁੜ ਜਾਂਦੀ ਜੁੜ ਜਾਂਦੀ ਕਿ ਕਿੜੀ ਬਿਲਕੁਲ ਸੋ ਅੱਪਾ ਫਿਰ ਮੈਂ ਉਹਨਾਂ ਤੋਂ ਰੋਟੀ ਜਿੱਦਾਂ ਉਹਨਾਂ ਨੇ ਮੇਰਾ ਕਨੈਕਸ਼ਨ ਕਿਹਾ ਵੀ ਤੁਸੀਂ ਨਾ ਤੋਂ ਰੋਟੀ ਬਣੀ ਬਣਾਈ ਮਿਲ ਜਾਂਦੀ ਲੈ ਲਓ ਮੈਂ ਰੋਟੀ ਲੈਣ ਲੱਪਿਆ ਕੰਮ ਹੋ ਗਿਆ ਉਹਨਾਂ ਨਾਲ ਉਸ ਪਰਿਵਾਰ ਨਾਲ ਸਾਡਾ ਇੰਨਾ ਕਾ ਜ਼ਿਆਦਾ ਪਿਆਰ ਪੈ ਗਿਆ ਜੀ ਤੇ ਉਹ ਕਈ ਵਾਰ ਮੈਨੂੰ ਪੁੱਛਣ ਲੱਗ ਗਏ ਵੀ ਪਿੱਛੇੋਂ ਕਿਵੇਂ ਕਿੱਦਾਂ ਆ ਤੁਹਾਡਾ ਸਾਰਾ ਸਭ ਮੈਂ ਦੱਸਣਾ ਸ਼ੁਰੂ ਕੀਤਾ ਜੀ ਫਿਰ ਕਈ ਵਾਰ ਮੈਂ ਉਹਨਾਂ ਨੂੰ ਆਪ ਦੀ ਜਿਹੜੀ ਐਕਚੁਅਲ ਸਟੋਰੀ ਸੀ ਮੈਂ ਸੁਣਾਉਂਦੀ ਕਿ ਤੇ ਉਹਨਾਂ ਦੇ ਭੈਣ ਉਹਨਾਂ ਦੀ ਸਿਸਟਰ ਵੀ ਇੰਡੀਆ ਤੋਂ ਆਈ ਸੀ ਨਵੇਂ ਨਵੇਂ ਜੀ ਉਹ ਸਾਰਾ ਪਰਿਵਾਰ ਰੋਣ ਲੱਗ ਗਿਆ ਮੇਰੀ ਐਕਚੁਅਲ ਮੇਰੀ ਕਹਾਣੀ ਸੁਣ ਕੇ ਕਿ ਮੇਰਾ ਅਮਰੀਕਾ ਦਾ ਸਫ਼ਰ ਕਿਦਾਂ ਕਿੰਨਾ ਜਿਆਦਾ ਸਟਰਗਲ ਵਾਲਾ ਰਿਹਾ ਸਟਰਗਲ ਕੀਤਾ ਪਰ ਇੱਕ ਪਿਆਰ ਤੇ ਰਿਸ਼ਤਿਆਂ ਦੇ ਧੋਖੇ ਵਿੱਚ ਬੜਾ ਸਫ਼ਰ ਮੇਰਾ ਔਖਾ ਲੰਘਿਆ ਅਮਰੀਕਾ ਦਾ ਮੈਂ ਭਾਜੀ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਜਿੰਨੀ देर ਆਪਾਂ ਹੁਣ ਗੱਲ ਕੀਤੀ ਤੁਸੀਂ ਇੰਨਾ ਚਿਰ ਕਿਸੇ ਨਾਲ ਗੱਲ ਕਰਦੇ ਹੋ ਜੀ ਤੇ ਬੇਸਿਕਲੀ ਤੁਸੀਂ ਸਟੱਡੀ ਕਰ ਲੈਨੇ ਬੰਦੇ ਨੂੰ ਮੈਨੂੰ ਜੋ ਲੱਗਦਾ ਹੈ ਕਿ ਤੁਸੀਂ ਹਰ ਚੀਜ਼ ਦਾ ਕ੍ਰੈਡਿਟ ਜੋ ਅਜ ਤੱਕ ਤੁਹਾਡਾ ਤੁਹਾਡੇ ਨਾਲ ਹੋਇਆ ਚੰਗਾ ਉਹ ਜਾਂ ਤਾਂ ਤੁਸੀਂ ਆਪਣੇ ਫਾਦਰ ਨੂੰ ਦੇ ਰਹੇ ਹੋ ਜਾਂ ਤਾਂ ਆਪਣੇ ਬ੍ਰਦਰ ਨੂੰ ਦੇ ਰਹੇ ਹੋ ਜਾਂ ਆਪਣੀ ਵਾਈਫ ਨੂੰ ਦੇ ਰਹੇ ਹੋ ਜਾਂ ਆਪਾਂ ਜਗਤਾਰ ਭਾਈ ਦੀ ਗੱਲ ਕੀਤੀ ਮਤਲਬ ਇਤੋਂ ਇਹ ਪਤਾ ਲੱਗਦਾ ਹੈ ਕਿ ਕ੍ਰੈਡਿਟ ਤੁਸੀਂ ਆਪ ਲੈਣਾ ਪਸੰਦ ਨਹੀਂ ਕਰਦੇ ਪਰ ਜਿਹੜੀ ਮਾੜੀ ਚੀਜ਼ ਉਹ ਤੁਸੀਂ ਕਹਿੰਦੇ ਹਾਂ ਮੇਰ ਨਾਲ ਹੋਈ ਤੇ ਮੇਰੇ ਕਰਕੇ ਹੋਈ ਕੋਲੋ ਮੇਰਾ ਕੰਮ ਹੈ ਕਿ ਸਹੀ ਹੈ ਗੈਂ ਕਿਰਤੀ ਬੰਦੇ ਕਿ ਆਪ ਦੇ ਹੱਥੀਂ ਜੋ ਕੰਮ ਕਰਕੇ ਕਮਾਈ ਕਰਕੇ ਆਪ ਦੇ ਪਰਿਵਾਰ ਨੂੰ ਖੁਸ਼ ਕਰ ਸਕਦੇ ਆ ਜੀ ਆਈ ਥਿੰਕ ਉਹ ਵਧੀਆ ਚੀਜ਼ ਹੈ ਕਿਉਂਕਿ ਇਸ ਇੰਡੀਅਨ ਬਿਸਟਰੋ ਨੂੰ ਸਟੈਂਡ ਕਰਨ ਵਿੱਚ ਮੇਰੀ ਵਾਈਫ ਹਰਪ੍ਰੀਤ ਕੌਰ ਜੀ ਉਹਦਾ ਬਹੁਤ ਵੱਡਾ ਹੱਥ ਹੈ ਕਿਉਂਕਿ ਮੇਰੀ ਵਾਈਫ ਚੰਡੀਗੜ੍ਹ ਮਹਾਲੀ ਦੀ ਰਹਿਣ ਵਾਲੀ ਸੀ ਜੀ ਤੇ ਅਕਸਰ ਆਪਾਂ ਪਿੰਡਾਂ 'ਚ ਸੁਣਦੇ ਆ ਕਿ ਸ਼ਹਿਰ ਦੀਆਂ ਕੁੜੀਆਂ ਕੰਮ ਨਹੀਂ ਕਰਦੀਆਂ ਕਰਦੀਆਂ ਪਰ ਮੇਰੇ ਲਈ ਇਹ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਮੇਰੇ ਲਈ ਇੱਕ ਚੀਜ਼ ਸਰਪ੍ਰਾਈਜ਼ ਸੀ ਮੈਨੂੰ ਪਤਾ ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਕੰਮ ਕਰੂਗੀ ਕੀ ਕਰੂਗੀ ਕਿ ਨਹੀਂ ਕਰੂਗੀ ਕਿ ਮੈਂ ਕਿਉਂਕਿ ਉਹ ਆਂਟੀ ਨੇ ਜਦੋਂ ਫਿਰ ਮਿਹਰਪ੍ਰੀਤ ਦਾ ਵੀ ਕਨੈਕਸ਼ਨ ਉਹਦੀ ਵੀ ਫਰੈਂਡ ਇੱਕ ਹਰਪ੍ਰੀਤ ਸੀ ਜਿਹਦੇ ਨਾਲ ਉਹ Amazon 'ਚ ਕੰਮ ਕਰਦੀ ਹੁੰਦੀ ਸੀ ਕਿਉਂਕਿ ਮੇਰੀ ਵਾਈਫ ਦਾ ਵੀ ਬੈਕਗ੍ਰਾਉਂਡ ਜਦੋਂ ਇੱਥੇ ਆਏ ਆ ਜੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕੀਤਾ ਬਹੁਤ ਕੰਮ ਜਗਾ ਕੰਮ ਕੀਤਾ ਕਾਫੀ ਗੈਸ ਸਟੇਸ਼ਨ ਵਾਲਿਆਂ ਨੇ ਹਜੇ ਤੱਕ ਪੈਸੇ ਵੀ ਨਹੀਂ ਦਿੱਤੇ ਮੇਰੀ ਵਾਈਫ ਦੇ ਤੇ ਰਾਤ ਨੂੰ 2-2 3-3 ਵਜੇ ਕੱਪੜੇ ਸਿੱਟੇ ਸੀ ਬਾਹਰ ਜੀ ਤੇ ਉਹ ਵੀ ਸਟੋਰੀ ਇੱਕ ਬੜੀ ਬੜੀ ਇੰਟਰਸਟਿੰਗ ਗੱਲੋ ਕਿ ਬੰਦਾ ਕਿਵੇਂ ਕਿਵੇਂ ਟੁੱਟਿਆ ਮੈਂ ਕਿਸੇ ਦੇ ਪਾਸੋਂ ਟੁੱਟਿਆ ਆ ਉਹ ਕਿਸੇ ਪਾਸੇ ਟੁੱਟੀ ਹੋਈ ਪਰ ਭਾਜੀ ਇਹੀ ਗੱਲ ਮੈਂ ਤੁਹਾਨੂੰ ਦੋਵਾਂ ਨੂੰ ਦੇਖ ਕੇ ਗੱਲ ਕਹਿ ਨਹੀਂ ਸਕਦਾ ਮੇਰੇ ਲਈ ਬੜੀ ਔਖੀ ਹੈ ਮੰਨਣੀ ਕਿ ਮਤਲਬ ਇੱਡੀ ਵੱਡੀ ਸਮਾਈਲ ਲੈ ਕੇ ਤੁਸੀਂ ਕੇਟਰਿੰਗ ਕਰਨ ਆਨੇ ਤੁਸੀਂ ਹੋਗੇ ਭਾਬੀ ਹੋਗੇ ਜੀ ਹਰ ਨੂੰ ਜੀ ਹਜ਼ੂਰੀ ਜਿਹੜਾ ਬੰਦਾ ਕੋਈ ਛੋਟਾ ਵੱਡਾ ਪਰ ਇਹ ਜੇ ਇਫ ਯੂ ਆਰ ਕੰਫਰਟੇਬਲ ਜੇ ਤੁਸੀਂ ਭਾਬੀ ਵਾਲੀ ਤੁਸੀਂ ਆਹ ਗੱਲ ਦੱਸ ਸਕਦੇ ਹੋ ਜਿਹੜਾ ਆਹ ਕੱਪੜਿਆਂ ਵਾਲੀ ਹਾਂਜੀ ਇਹ ਐਕਚੁਅਲੀ ਮੇਰੀ ਵਾਈਫ ਇੱਥੇ ਕਾਫੀ ਵੈਲ ਨੋਨ ਬੰਦੇ ਨੇ ਸਿਆਟਲ ਦੇ ਜੀ ਮੇਰੀ ਵਾਈਫ ਉਹਨਾਂ ਕੋਲ ਕੰਮ ਕਰਦੀ ਸੀ ਤੇ ਮੇਰੇ ਬ੍ਰਦਰ ਇਨ ਲਾ ਮਨਪ੍ਰੀਤ ਸਿੰਘ ਕੰਮ ਕਰਦੇ ਸੀ ਇਹ ਵੀ ਦੋਨੇ ਜਿਸ ਤਰ੍ਹਾਂ ਆਪਾਂ ਆਪਾਂ ਆਸੀਮ ਆਏ ਜੀ ਤੇ ਵਿਚਾਰਿਆਂ ਕੋਈ ਜਦੋਂ ਕੰਮ ਕਰਨ ਦਾ ਮੌਕਾ ਨਹੀਂ ਹੁੰਦਾ ਤਾਂ ਆਪਾਂ ਸਾਰੇ ਕੰਮ ਲੱਭਦੇ ਆ ਕਿਤੇ ਨਾ ਕਿਤੇ ਕੋਈ ਕੈਸ਼ ਤੇ ਕਰਦਾ ਜਾਂ ਕਿਸੇ ਤਰ੍ਹਾਂ ਕਰਦਾ ਬਿਲਕੁਲ ਤੇ ਕੰਮ ਕਰਦੇ ਕਰਦੇ ਕਈ ਵਾਰ ਬੰਦੇ ਬੰਦਿਆਂ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਨੇ ਉਹ ਫਿਰ ਇਹੋ ਜੀ ਜਗ੍ਹਾ ਤੇ ਭੇਜਦੇ ਨੇ ਕੰਮ ਕਰਨ ਲਈ ਜਾਂ ਓਵਰਨਾਈਟ ਸ਼ਿਫਟਾਂ ਲਵਾਉਂਦੇ ਨੇ ਜੇ ਤੁਸੀਂ ਆਰਗੂਮੈਂਟ ਕਰਕੇ ਕੋਈ ਪੈਸਾ ਕਹਿੰਦੇ ਆ ਕਿ ਸਾਡਾ ਇਹ ਪੈਸਾ ਵੱਧ ਬਣਦਾ ਘੱਟ ਬਣਦਾ ਜੋ ਕਿ ਸੇਮ ਅੱਜ ਆਮ ਪੰਜਾਬੀ ਤੇ ਆਮ ਮੁੰਡਿਆਂ ਨਾਲ ਹੋ ਰਿਹਾ ਹੋ ਰਿਹਾ ਠੀਕ ਹੈ ਅਮਰੀਕਾ ਦਾ ਇਹ ਵੀ ਸੱਚ ਹੈ ਤੇ ਉਹੋ ਜੀ ਸਮੇਂ ਦੇ ਵਿੱਚ ਮੇਰੀ ਵਾਈਫ ਨੇ ਕਿਤੇ ਪੈਸਿਆਂ ਦੀ ਕੋਈ ਗੱਲ ਜਾਂ ਆਰਗੂਮੈਂਟ ਕਿਤੇ ਕੀਤਾ ਤਾਂ ਉਹ ਕਿ ਸਿਆਟਲ ਦੇ ਹੀ ਕੁਝ ਬੰਦੇ ਸੀ ਜਿਨ੍ਹਾਂ ਨੇ ਉਹਨਾਂ ਦੇ ਪੈਸੇ ਮੰਗਣ ਤੇ ਜਾਂ ਉਹਨਾਂ ਦੇ ਵੀ ਆਪਣੇ ਹੱਕ ਮੰਗਣ ਦੇ ਕਰਕੇ ਕਿ ਉਹਨਾਂ ਨੂੰ ਰਹਿਣ ਦੀ ਜਗ੍ਹਾ ਵੀ ਇੱਕ ਬਹੁਤ ਹੀ ਪੁਰਾਣੀ ਟੁੱਟੀ ਹੋਈ ਆਰ ਵੀ ਜਿਹਦੇ ਵਿੱਚ ਚੂਹੇ ਰਹਿੰਦੇ ਸੀ ਉਹਦੇ ਵਿੱਚ ਉਹਦਾ ਰਹਿਣ ਸਹਿਣ ਕੀਤਾ ਸੀਗਾ ਮੇਰੀ ਵਾਈਫ ਦਾ ਤੇ ਮੇਰੇ ਸਾਲੇ ਦਾ ਜੀ ਕਿਉਂਕਿ ਇਹ ਸਟੋਰੀ ਬਹੁਤ ਲੰਬੀ ਹੈ ਕਿ ਮੈਂ ਅਗਰ ਤੁਹਾਨੂੰ ਐਕਚੁਅਲ ਸੱਚ ਇਹ ਸੁਣਾਉਣ ਲੱਗਾ ਨਾ ਵੀ ਇਹ ਹੋਇਆ ਕੀ ਸਾਡੇ ਨਾਲ ਜੀ ਤਾਂ ਆਈ ਥਿੰਕ ਸ਼ਾਇਦ ਤੁਸੀਂ ਵੀ ਰੋਣ ਲੱਗ ਚੁਗੇ ਅੱਜ ਐਕਚੁਅਲੀ ਮੈਂ ਤਾਂ ਭਾਜੀ ਐਕਚੁਅਲੀ ਮੇਰੀ ਸਿਸਟਰ ਹੈ ਜਿਹੜੀ ਉਹਨੇ ਮੈਨੂੰ ਦੱਸਿਆ ਕਿਉਂਕਿ ਮੈਂ ਜਦੋਂ ਪੋਡਕਾਸਟ ਸ਼ੁਰੂ ਕਰਨ ਲੱਗਾ ਸੀ ਤੇ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਹਰ ਸੈਕਟਰ ਚੋਂ ਕਿੱਦਾਂ ਦੇ ਬੰਦੇ ਲਿਆਵਾਂ ਕਿਹਨਾਂ ਕਿਹਾਵਾਂ ਤੇ ਜਦੋਂ ਮੇਰੀ ਸਿਸਟਰ ਨਾਲ ਮੇਰੀ ਗੱਲ ਹੋਈ ਉਹਨੇ ਮੈਨੂੰ ਤੋ ਦੱਸਿਆ ਕਿ ਮੇਰੀ ਭਾਜੀ ਨਾਲ ਇੱਕ ਵਾਰੀ ਗੱਲ ਹੋਈ ਸੀ ਤੇ ਉਹਨਾਂ ਨੇ ਮੈਨੂੰ ਮਾੜੀ ਜਿਹੀ ਚੀਜ਼ ਸੁਣਾਈ ਤੇ ਕਹਿੰਦੀ ਮੇਰੀ ਰੋਂਗ ਤੇ ਖੜੇ ਹੋਗੇ ਤੋ ਇਦਾਂ ਕਰ ਜੇ ਤੂੰ ਮਨਾ ਸਕਦਾ ਕਹਿੰਦੇ ਤੂੰ ਭਾਜੀ ਨੂੰ ਲਿਆ ਦੇ ਭਾਜੀ ਨਾਲ ਗੱਲ ਕਰਕੇ ਦੇਖ ਜੀ 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 ਬਸ ਇਸੀ ਚੀਜ਼ ਨੂੰ ਲੈ ਕੇ ਆਪਾਂ ਕੰਟੀਨਿਊ ਅਗਰ ਕਰੀਏ ਤਾਂ ਮੇਰੀ ਵਾਈਫ ਦੇ ਨਾਲ ਕਾਫੀ ਉਹਨਾਂ ਨੇ ਕਪੜੀ ਸਿੱਟ ਕੇ ਬਾਹਰ ਰਾਤ ਨੂੰ ਕੱਢਿਆ ਕਿਉਂਕਿ ਪੈਸੇ ਨਹੀਂ ਸੀ ਦਿੰਦੇ ਕਰਦੇ ਫਿਰ 132 ਗੁਰਦੁਆਰਾ ਸਾਹਿਬ ਜਿਹੜੇ ਬਾਬਾ ਜੀ ਸੀਗੇ ਇਹਨਾਂ ਨੇ ਕੁਝ ਸਿੰਘਾਂ ਨੇ ਹੈਲਪ ਕਰਕੇ ਉਹਨਾਂ ਬੰਦਿਆਂ ਤੋਂ ਪੈਸੇ ਦਵਾਈ ਆ ਤੇ ਇਹ ਸਮਾਂ ਚੱਲਦਾ ਰਿਹਾ ਪਰ ਜਿਹੜੀ ਆਂਟੀ ਨੇ ਸਾਨੂੰ ਕਨੈਕਸ਼ਨ ਕਰਾਇਆ ਸੀਗਾ ਨਾ ਵਿਆਹ ਦੇ ਵਿੱਚ ਐਕਚੁਅਲੀ ਤੇ ਮੇਰਾ ਵੀ ਉਹਨਾਂ ਦੇ ਘਰ ਆਣਾ ਜਾਣਾ ਸੀ ਤੇ ਮੇਰੀ ਵਾਈਫ ਦਾ ਵੀ ਸੀਗਾ ਜੀ ਉਹੀ ਆਂਟੀ ਸੀ ਜਿਨ੍ਹਾਂ ਨੂੰ ਤੁਸੀਂ ਸਟੋਰੀ ਸੁਣਾ ਚੁੱਕੇ ਸੀ ਜਿਨ੍ਹਾਂ ਨੂੰ ਸਟੋਰੀ ਸੁਣਾ ਚੁੱਕਾ ਸੀਗਾ ਤੇ ਉਹਨਾਂ ਨੇ ਫਿਰ ਸਾਡਾ ਕਨੈਕਸ਼ਨ ਕਰਾਇਆ ਭਾਜੀ ਕਨੈਕਸ਼ਨ ਇਹੋ ਜਿਹਾ ਕਰਾਇਆ ਕਿ ਗੱਲਬਾਤ ਕਰ ਲਈ ਕਿ ਮੁੰਡਾ ਇਹੋ ਜਿਹਾ ਇਦਾਂ ਦੇ ਹਾਲਾਤ ਚੋਂ ਵਾਪਸ ਆਇਆ ਜੀ ਤੇ ਕੁੜੀ ਵੀ ਇਹੋ ਜੀ ਗਰੀਬੀ ਦੇ ਹਾਲਾਤ ਚੋਂ ਨਿਕਲ ਕੇ ਆਈ ਹੈ ਤੇ ਮਿਹਨਤੀ ਬਹੁਤ ਆ ਫਿਰ ਮੈਂ ਬਿਨਾਂ ਦੇਖੇ ਸੋਚੇ ਸਮਝੇ ਇੱਕ ਵਾਰ ਮਿਲ ਕੇ ਗੱਲ ਕੀਤੀ ਤੇ ਮੈਨੂੰ ਲੱਗਾ ਕਿ ਇਹ ਪਰਿਵਾਰ ਇੱਕ ਆਮ ਪਰਿਵਾਰ ਜਿੱਦਾਂ ਦਾ ਅਸੀਂ ਚਾਹਨੇ ਉਦਾਂ ਦਾ ਹੀ ਹੈ ਬਿਲਕੁਲ ਤੇ ਮਹਾਰਾਜ ਦੀ ਕਿਰਪਾ ਨਾਲ ਕੋਵਿਡ ਦੀ ਸਿਚੁਏਸ਼ਨ ਦੇ ਵਿੱਚ ਨਾ ਤਾਂ ਮੇਰੇ ਪੇਰੈਂਟਸ ਆ ਸਕਦੇ ਸੀ ਜੀ ਤੇ ਮੇਰੇ ਮਦਰ ਇਨ ਲਾ ਉਹ ਵਿਚਾਰੇ ਇੰਡੀਆ ਤੋਂ ਸਾਡੇ ਵਿਆਹ ਦਾ ਸਮਾਨ ਲੈਣ ਗਏ ਕੋਵਿਡ ਹਿੱਟ ਕਰ ਗਿਆ ਤੁਹਾਨੂੰ ਦੱਸਿਆ ਸੀ ਉਸ ਵੇਲੇ ਤੇ ਉਹ ਆ ਨਹੀਂ पाए ਜੀ ਤੇ ਫਿਰ ਅਸੀਂ ਸਿਰਫ ਪੰਜ ਮੈਂਬਰ ਕਰਦੇ ਗਏ ਤੇ 132 ਵਾਲੇ ਗੁਰਦੁਆਰਾ ਸਾਹਿਬ ਅਸੀਂ ਆਪਣਾ ਵਿਆਹ ਕਰ ਲਿਆ ਮੈਂ ਖੁਦ ਹੀ ਤਿਆਰ ਹੋਇਆ ਜੀ ਆਪ ਹੀ ਆਪਾਂ ਪੱਗ ਬੰਨੀ ਮੇਰੇ ਮੇਰੇ ਦੋਸਤ ਨੇ ਮੇਰੀ ਹੈਲਪ ਕੀਤੀ ਪੱਗ ਬੰਨਣ ਚ ਜੀ ਮਨਪ੍ਰੀਤ ਸਿੰਘ ਮੇਰਾ ਸਾਲਾ ਉਹਨੇ ਗੱਡੀ ਨੂੰ ਫੁੱਲ ਲਾਏ ਤੇ ਮੇਰੀ ਵਾਈਫ ਉਸ ਪਰਿਵਾਰ ਦੇ ਵਿੱਚ ਜਾ ਕੇ ਉੱਥੇ ਉਹਨਾਂ ਦੇ ਘਰੇ ਪਸ਼ਗਨ ਕੀਤੇ ਸਾਰੇ ਜੀ ਉੱਥੋਂ ਤਿਆਰ ਹੋ ਕੇ 132 ਵਾਲੇ ਗੁਰੂ ਘਰ 'ਚ ਅਸੀਂ ਵਿਆਹ ਕਰਾਇਆ ਪਰ ਤੁਹਾਨੂੰ ਲੱਗਦਾ ਨਹੀਂ ਕਿ ਕਿੰਨਾ ਆਇਰੋਨਿਕਲ ਹੈ ਕਿ ਜਿੱਦਾਂ ਤੁਸੀਂ ਵਿਆਹ ਕਰਾਇਆ ਤੇ ਹੁਣ ਜਿੱਦਾਂ ਤੁਸੀਂ ਲੋਕਾਂ ਦੇ ਵਿਆਹ ਕਰਾਉਂਦੇ ਹੋ ਤੁਹਾਨੂੰ ਦੇਖ ਕੇ ਆਇਆ ਹੁੰਦਾ ਕਿ ਚਲੋ ਮੈਂ ਹਰ ਵਿਆਹ 'ਚੋਂ ਹਰ ਫੰਕਸ਼ਨ 'ਚੋਂ ਆਪਣਾ ਥੋੜਾ ਥੋੜਾ ਪਾਰਟ ਜੀ ਜੀ ਲੈਣਾ ਇੰਜੋਏ ਕਰ ਲੈਣਾ ਨਹੀਂ ਅਰਜਨ ਪਾਜੀ ਬਿਲਕੁਲ ਸੱਚੀ ਗੱਲ ਕਹੀ ਹੈ ਤੁਸੀਂ ਕਈ ਵਾਰ ਮੈਂ ਤੇ ਮੇਰੀ ਵਾਈਫ ਨੇ ਗੱਲ ਕੀਤੀ ਇਸ ਚੀਜ਼ ਉੱਤੇ ਕਿ ਸਾਡਾ ਵਿਆਹ ਇੱਕ ਬਹੁਤ ਹੀ ਸਿੰਪਲ ਤਰੀਕੇ ਨਾਲ ਹੋਇਆ ਕਿ ਮੇਰੇ ਔਰ ਮੇਰੀ ਵਾਈਫ ਦੀ ਇੱਕ ਸੁਪਨੇ ਸੀ ਕਿ ਅਸੀਂ ਵੀ ਇੱਕ ਬੜਾ ਵਧੀਆ ਜਿਹਾ ਮਾਡਰਨ ਟਾਈਪ ਦਾ ਵਿਆਹ ਕਰੀਏ ਕਿ ਜੋ ਅੱਜ ਕੱਲ ਟ੍ਰੈਂਡ ਚੱਲਦਾ ਵੀਡੀਓਜ਼ ਚੀਜ਼ ਡੀ ਜੇ ਇਹ ਉਹ ਪਰ ਸੈਟੀਸਫੈਕਸ਼ਨ ਸਾਡੀ ਇੱਥੇ ਹੋ ਗਈ ਸੀ ਕਿ ਕਿ ਜਦੋਂ ਕੋਈ ਆ ਨਹੀਂ ਸਕਿਆ ਨਾ ਸਾਡੇ ਘਰੋਂ ਜਾਂ ਮੇਰੇ ਮਾਪੇ ਜਾਂ ਕੋਈ ਵੀ ਚੀਜ਼ ਪਰ ਜੋ ਸਮੇਂ ਦੇ ਉੱਤੇ ਜੋ ਆਂਟੀ ਅੰਕਲ ਜੋ ਸਾਡੇ ਮਾਪੇ ਦਾ ਰੋਲ ਨਿਭਾਇਆ ਤੇ ਸਭ ਤੋਂ ਵੱਡਾ ਸਤਗੁਰੂ ਨਾਨਕ ਤੇ ਗੁਰੂ ਪਾਤਸ਼ਾਹ ਨੂੰ ਆਪ ਦਾ ਮਾਤਾ ਆਪ ਦੇ ਪਿਓ ਸਮਝ ਕੇ ਉੱਥੇ ਜੋ 132 ਵਾਲੇ ਗੁਰੂ ਘਰ ਦੇ ਵਿੱਚ ਅਸੀਂ ਆਨੰਦ ਕਾਰਜ ਕਰਾਇਆ ਗੁਰੂ ਪਾਸ਼ਾ ਦੀ ਕਿਰਪਾ ਦੇ ਨਾਲ ਸਿੱਖਾਂ ਨੇ ਤੇ ਪੰਜ ਹੀ ਜਣੇ ਸੀ ਹੋਰ ਕੋਈ ਜ਼ਿਆਦਾ ਜਾ ਨਹੀਂ ਸਕਿਆ ਉੱਥੇ ਹੁਕਮਨਾਮਾ ਲੈ ਕੇ ਉੱਥੋਂ ਅਸ਼ੀਰਵਾਦ ਲੈ ਕੇ ਆਪਦੀ ਜ਼ਿੰਦਗੀ ਸ਼ੁਰੂ ਕੀਤੀ ਬੜੇ ਹੀ ਸਿੰਪਲ ਤਰੀਕੇ ਨਾਲ ਤੇ ਮੈਨੂੰ ਲੱਗਦਾ ਕਿ ਪੂਰੇ 4-5 ਸਾਲ ਨਹੀਂ ਹੋਏ ਸਾਨੂੰ ਚਾਹੋ 5 ਸਾਲਾਂ ਵਿੱਚ ਜੋ ਚੀਜ਼ ਅਸੀਂ ਆਪਦੇ ਵਿਆਹ 'ਚ ਨਹੀਂ ਕਰ पाए ਤੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਕਿ ਅਸੀਂ ਅੱਜ ਹਰ ਇੱਕ ਘਰ ਦੇ ਵਿੱਚ ਜਦੋਂ ਅਸੀਂ ਈਵੈਂਟ ਕਰਦੇ ਆਂ ਸਪੈਸ਼ਲੀ ਜਦੋਂ ਜਾ ਕੇ ਵਿਆਹ ਵੀ ਕਰਦੇ ਆ ਹਰ ਇੱਕ ਦਿਨ ਅਸੀਂ ਆਪਣੀ ਜ਼ਿੰਦਗੀ ਦਾ ਪਲ ਜਿਉਂਦੇ ਆ ਤੇ ਮੈਂ ਆਪਦੇ ਬੱਚੇ ਵੀ ਸ਼ਾਇਦ ਤੁਸੀਂ ਦੇਖਿਆ ਹੋਣਾ ਮੈਂ ਪਾਰਟੀ ਚ ਲੈ ਕੇ ਆ ਬਿਲਕੁਲ 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 ਮੈਂ ਐਕਚੁਅਲੀ ਮੈਂ ਦੱਸਣਾ ਚਾਹਨਾ ਕਿ ਇਹ ਕਮਨਾ ਮੈਂ ਕਾਫੀ ਉਹਨੂੰ ਚੱਕ ਕੇ ਡਾਂਟ ਕੀਤਾ ਘੱਟ ਪਰ ਤੋਂ ਅਸੀਂ ਕਾਫੀ ਰੰਗੀਨ ਹੋਏ ਹੋ ਇਸੇ ਤੇ ਮੈਂ ਕਹਾਂ ਕਿ ਕੀ ਆਈ ਬਾਤ ਹੈ ਪਰ ਮੈਂ ਮੈਂ ਇਹੀ ਜਾਣਨਾ ਚਾਹਨਾ ਕਿ ਜਿੱਦਾਂ 25 30 ਸਾਲ ਦਾ ਨੌਜਵਾਨ ਹੁੰਦਾ ਜਿਹੜਾ ਕਿ ਉਹਦੇ ਨਾਲ ਜਦੋਂ ਇੱਕ ਅੱਜਕੱਲ ਜੋ ਮਤਲਬ ਨਰੇਟਿਵ ਚੱਲਦਾ ਪਿਆ ਹੈ ਕਿ ਹਾਂ ਜੀ ਕਿ ਲੇਡੀ ਐ ਜਿਹੜੀ ਆ ਇੱਕ ਜਿਹੜੀ ਕੁੜੀ ਐ ਉਹ ਚਾਹੁੰਦੀ ਐ ਕਿ ਬੰਦੇ ਕੋਲ ਆਲਰੇਡੀ ਸਾਰਾ ਕੁਝ ਸੈੱਟ ਹੋਵੇ ਆਲਰੇਡੀ ਸਾਰਾ ਕੁਝ ਸੈਟਲਡ ਇਸ ਫਾਈਨੈਂਸ਼ੀਅਲੀ ਸਟੇਬਲ ਤੇ ਮੈਂ ਫੇਅਰ ਘਰ ਚ ਜਾਵਾਂ ਤੇ ਮੈਂ ਐਸ਼ਵਾਰਾਮ ਦੀ ਜ਼ਿੰਦਗੀ ਜੀਣਾ ਸ਼ੁਰੂ ਕਰ ਦਿੰਦੀ ਪਰ ਜੋ ਤੁਸੀਂ ਦੱਸ ਰਹੇ ਹੋ ਤੁਸੀਂ ਕਿੱਥੋਂ ਸ਼ੁਰੂ ਹੋਏ ਅੱਜ ਦੇ ਰੀਸੈਂਟ ਟਾਈਮ ਦੇ ਵਿੱਚ ਵੀ ਜੋ 4-5 ਸਾਲ ਪਹਿਲਾਂ ਦੀ ਗੱਲ ਹੈ ਤੁਹਾਡੇ ਦਿਮਾਗ 'ਚ ਕਦੀ ਗੱਲ ਨਹੀਂ ਆਈ ਕਿ ਮੈਂ ਵਿਆਹ ਕਰਾ ਲਿਆ ਹੁਣ ਮੈਨੂੰ ਕਿੱਦਾਂ ਪ੍ਰੋਵਾਈਡ ਕਰੂੰਗਾ ਜਾਂ ਕੀ ਹੋਏਗਾ ਕੀ ਨਹੀਂ ਤੁਹਾਨੂੰ ਕਦੀ ਉਹਨਾਂ ਨੇ ਫੀਲ ਹੀ ਨਹੀਂ ਹੁੰਦੇ ਮੈਨੂੰ ਐਕਚੁਅਲੀ ਵੈਗੁਰੂ ਦੀ ਕਿਰਪਾ ਨਾਲ ਮੈਨੂੰ ਮੇਰੀ ਵਾਈਫ ਇਹੋ ਜੀ ਮਿਲੀ ਨਾ ਜੋ ਸੁਪਨੇ ਉਹਦੇ ਵੀ ਸੀ ਸੁਪਨੇ ਮੇਰੇ ਵੀ ਸੀ ਜੀ ਅਮੀਰੀ ਤੇ ਗਰੀਬੀ ਆਈ ਥਿੰਕ ਅਰਜੁਨਪਾ ਜੀ ਮੈਟਰ ਨਹੀਂ ਕਰਦੀ ਜੇ ਦੋ ਜੀਵਨ ਸਾਥੀ ਦਾ ਤੁਹਾਡੇ ਦਾ ਅਗਰ ਦੋਨਾਂ ਦਾ ਜੋੜ ਮੇਲ ਵਧੀਆ ਨਾ ਸੋਲਮੇਟਸ ਸੋਲਮੇਟਸ ਜੀ ਤਾਂ ਆਈ ਥਿੰਕ ਤੁਹਾਨੂੰ ਫਿਰ ਪੈਸਾ ਮੈਟਰ ਨਹੀਂ ਕਰਦਾ ਪੈਸਾ ਮੈਟਰ ਕਰਦਾ ਹੈ ਕਿ ਤੁਸੀਂ ਅਗਰ ਆਪਣੀ ਮਿਹਨਤ ਤੇ ਲਗਨ ਨਾਲ ਕਮਾ ਸਕਦੇ ਹੋ ਜੀ ਤੇ ਮੈਨੂੰ ਮੇਰਾ ਸਾਥੀ ਇਹੋ ਜਿਹਾ ਮਿਲਿਆ ਸੀ ਜਿਹਨੂੰ ਸਿਰਫ ਸਮੇਂ ਨੇ ਇਹੋ ਜਿਹੀ ਤੱਕੀ ਦਿੱਤੀ ਹੋਈ ਸੀ ਕਿ ਇੱਥੇ ਆ ਕੇ ਪੱਕੇ ਹੋਣ ਲਈ ਕਿ ਰਿਸ਼ਤੇਦਾਰਾਂ ਨੇ ਵੀ ਕਿਹਾ ਕਿ ਤੂੰ ਵਿਆਹ ਕਰਾ ਲੈ ਗ੍ਰੀਨ ਕਾਰਡ ਕਰਾ ਲੈ ਜੋ ਸਮਝਾਜਤ ਨਹੀਂ ਦਿੰਦਾ ਕਿ ਆਪਾਂ ਇਹੋ ਜੇ ਗਲਤ ਕੰਮ ਨਾ ਹੀ ਕਰੀਏ ਤਾਂ ਚੰਗਾ ਨਾ ਕਿ ਕਿਸੇ ਦੀ ਕਿਸੇ ਨੂੰ ਯੂਜ਼ ਕਰਨਾ ਵਿਆਹ ਕਰਕੇ ਜਾਂ ਉਹਨੂੰ ਛੱਡ ਦੇਣਾ ਇਹੋ ਜਿਹਾ ਕੰਮ ਕੋਈ ਨਹੀਂ ਕਰ ਸਕਦਾ ਤੇ ਉਹ ਸਾਨੂੰ ਸ਼ਾਇਦ ਸਾਡੀ ਡੈਸਟੀਨੀ ਸਾਡੀ ਕਿਸਮਤ ਸਾਨੂੰ ਇੱਕ ਦੂਜੇ ਨੂੰ ਮਿਲਾਉਣਾ ਚਾਹਦੀ ਸੀ ਕਿਉਂਕਿ ਅਸੀਂ ਜਿਹੋ ਜੀ ਗਰੀਬੀ ਚੋਂ ਨਿਕਲ ਕੇ ਇੱਥੇ ਆਏ ਅਸੀਂ ਦੋਨਾਂ ਨੇ ਫਿਰ ਵਿਆਹ ਕਰਾਇਆ ਆ ਆਪਸ ਵਿੱਚ ਇਹ ਫੈਸਲਾ ਲਿਆ ਕਿਉਂਕਿ ਉਹ ਮਿਹਨਤੀ ਬਹੁਤ ਜ਼ਿਆਦਾ ਸੀ ਕਿਉਂਕਿ ਉਹ ਨੂੰ ਜਿੰਨੇ ਅਮਰੀਕਾ ਵਿੱਚ ਆ ਕੇ ਠੱਕੇ ਪੈ ਚੁੱਕੇ ਸੀ ਜਿੰਨੇ ਮੈਂ ਠੱਕੇ ਸਹਿਣ ਕਰ ਚੁੱਕਾ ਸੀ ਉਸ ਤੋਂ ਬਾਅਦ ਅਸੀਂ ਸਿਰਫ ਇੱਕ ਹੀ ਟਾਰਗੇਟ ਸੀ ਕਿ ਅਸੀਂ ਆਪ ਦੀ ਗਰੀਬੀ ਨੂੰ ਖਤਮ ਕਿਵੇਂ ਕਰਨਾ ਹੈ ਜੀ ਤੇ ਉਸ ਗਰੀਬੀ ਨੂੰ ਖਤਮ ਕਰਨ ਦੇ ਲਈ ਮੇਰੀ ਵਾਈਫ ਨੇ ਮੇਤੇ ਬੜਾ ਭਰੋਸਾ ਦਿਵਾਇਆ ਉਹਨੇ ਦੇਖਿਆ ਕਿ ਇਹ ਬੰਦਾ ਕਾਰੀਗਰ ਹੈ ਤੇ ਕੰਮ ਕਰਨ ਵਾਲਾ ਹੈ ਤੇ ਅਸੀਂ ਫਿਰ ਮੈਂ ਤੇ ਮੇਰੀ ਵਾਈਫ ਦੋਨੇ Amazon 'ਚ ਸਟਾਰਟਿੰਗ 'ਚ ਜੌਬ ਕੀਤੀ ਬੜੀ ਇੰਟਰਸਟਿੰਗ ਚੀਜ਼ ਹੈ ਅੱਛਾ ਜੀ ਸਟਾਰਟਿੰਗ ਚ ਅਸੀਂ ਜੌਬ ਕੀਤੀ ਮੈਂ ਆਪਣੀ ਵਾਈਫ ਕਰਕੇ ਲੱਗ ਗਿਆ ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਕਿ ਚਲੋ ਤੁਸੀਂ ਹੁਣ ਓਵਰ ਲਿਫਟ ਤਾਂ ਕਰਦੇ ਸੀਗੇ ਵੀ ਹੁਣ ਤੁਸੀਂ Amazon 'ਚ ਮੇਰੇ ਨਾਲ ਲੱਗ ਜਾਓ ਜੀ ਮੇਰੀ ਵਾਈਫ ਬੜਾ ਹਾਰਡ ਵਰਕਿੰਗ ਸੀਗੀ ਮੈਂ ਦੇਖਿਆ ਲਿਫਟ ਫੋਰਕ ਦੇ ਨਾਲ ਡੌਕ 'ਚ ਕੰਮ ਕਰਦੀ ਸੀ ਅੱਛਾ ਜੀ ਹਾਂ ਜੀ ਡੌਕ 'ਚ ਉੱਪਰ ਸਮਾਨ ਭੇਜਣਾ ਲਾਹਣਾ ਕਰਨਾ ਬੜਾ এমਪਾਵਰਡ ਐਨ ਪਾਵਰ ਯੈਸ ਐਗਜੈਕਟਲੀ ਸੋ ਉਹ ਚੀਜ਼ ਨੂੰ ਮੈਂ ਦੇਖਿਆ ਫੀਲ ਕੀਤਾ ਜਦੋਂ ਮੈਂ ਦੋ ਵੀਕ ਕੰਮ ਕੀਤਾ ਨਾ ਤੇ ਮੈਂ ਮੈਨੂੰ ਲੱਗਾ ਕਿ ਮੈਂ ਅਗਰ ਮੇਰੇ ਵਿੱਚ ਕੋਈ ਚੀਜ਼ ਹੈ ਮੇਰੀ ਵਾਈਫ ਮੈਨੂੰ ਕਹਿੰਦੀ ਆ ਕਰਦੀ ਆ ਤੇ ਮੈਂ ਇਹ ਸਾਰਾ ਕੁਝ ਕਰ ਸਕਦਾ ਜੀ ਤੋ ਮੈਂ ਘਰ ਆ ਕੇ ਜਦੋਂ ਆਪਣੀ ਵਾਈਫ ਨੂੰ ਫਿਰ ਉਹ ਸਟੋਰੀ ਚੀਜ਼ਾਂ ਫੋਟੋਆਂ ਦਿਖਾਣੀਆਂ ਸ਼ੁਰੂ ਕੀਤੀਆਂ ਤੇ ਮੈਂ ਉਹਨੂੰ ਕਿਹਾ ਵੀ ਇਹ ਤੇਰੇ ਕੰਮ ਕਰਨ ਦਾ ਨਹੀਂ ਹੈ ਜੀ ਤੂੰ ਇਹ ਹਾਰਡ ਵਰਕਿੰਗ ਹੈ ਵਧੀਆ ਹੈ ਤੂੰ ਕੰਮ ਕਰਦੀ ਆ ਇਹ ਸਾਡਾ ਕੋਈ ਪਲੇਟਫਾਰਮ ਡਿਫਰੈਂਟ ਹੈ ਜੀ ਤੇ ਮੇਰੀ ਵਾਈਫ ਨੇ ਮੈਨੂੰ ਭਰੋਸਾ ਦਿਵਾਇਆ ਕਿ ਜੋ ਤੁਸੀਂ ਕੰਮ ਕਰਦੇ ਆ ਕੁਝ ਵੀ ਆ ਮੈਂ ਇਹਨਾਂ ਨੂੰ ਘਰ 'ਚ ਟੇਸਟਿੰਗ ਜ਼ਰੂਰ ਕਰਾਂਦਾ ਹੁੰਦਾ ਸੀ ਸਮਾਨ ਬਣਾ ਬਣਾ ਕੇ ਖਿਲਾਉਂਦਾ ਸੀ ਤੇ ਫਿਰ ਓਸੀ ਚੀਜ਼ ਨੂੰ ਲੈ ਕੇ ਅਸੀਂ ਰੈਸਟੋਰੈਂਟ ਬਿਜ਼ਨਸ ਵੱਲ ਨੂੰ ਵਧੇ ਤੇ ਜਿੱਦਾਂ ਅਸੀਂ ਰੈਸਟੋਰੈਂਟ ਬਿਜ਼ਨਸ ਸਟਾਰਟ ਕੀਤਾ ਤੇ ਮੇਰੀ ਵਾਈਫ ਨੇ ਇੰਨੀ ਜ਼ਿਆਦਾ ਕੰਮ ਕੀਤਾ ਇੰਨਾ ਜ਼ਿਆਦਾ ਕਿ ਕੋਵਿਡ ਦੇ ਵਿੱਚ ਸਾਨੂੰ EMPLOYES ਵੀ ਨਹੀਂ ਮਿਲਦੇ ਹੁੰਦੇ ਸੀ ਰੈਸਟੋਰੈਂਟ ਚ ਤੁਹਾਨੂੰ ਪਤਾ ਹੋਣਾ ਕਿ ਸਟੀਮਲੈਸ ਚੈੱਕ ਜਦੋਂ ਆਏ ਕੋਈ ਵੀ ਕੰਮ ਕਰਨਾ ਪਸੰਦ ਨਹੀਂ ਸੀ ਕਰਦਾ ਬਿਲਕੁਲ ਮੈਨੂੰ ਲੱਗਦਾ ਕਿ ਕਿਸੇ ਹੱਦ ਤੱਕ ਕਾਫੀ ਟਾਈਮ ਬੰਦ ਵੀ ਵੀ ਰਹਿੰਦਾ ਸੀ ਰੈਸਟੋਰੈਂਟ ਕਿ ਕੁਝ ਟਾਈਮ ਲਈ ਖੁੱਲਦਾ ਹੁੰਦਾ ਸੀ ਹਾਂਜੀ ਜੀ ਤੇ ਇਸ ਦੌਰਾਨ ਕਿ ਕਿ ਰੈਸਟੋਰੈਂਟ ਇੱਕ ਘੰਟਾ ਬ੍ਰੇਕ ਅਸੀਂ ਵੈਸੀ ਵਿੱਚ ਰੱਖਦੇ ਹੁੰਦੇ ਸੀਗੇ ਯੂਸੂਲੀ ਕਿ ਤੁਸੀਂ ਲੰਚ ਬ੍ਰੇਕ ਆਪਣੀ ਕਰ ਸਕਦੇ ਹੋ ਤੇ ਸਾਡੇ EMPLOYEES ਨੇ ਅਸੀਂ ਤਿੰਨ ਜਣਿਆਂ ਨੇ ਸਟਾਰਟ ਕੀਤਾ ਸੀ ਮੈਂ ਮਨਪ੍ਰੀਤ ਤੇ ਮੇਰੀ ਵਾਈਫ ਨੇ ਪਰ ਉਹ ਰੈਸਟੋਰੈਂਟ ਨੂੰ ਚਲਾਉਣ ਦੇ ਦੌਰਾਨ ਜਦੋਂ ਅਸੀਂ ਇੰਨੇ ਪੌਪੂਲਰ ਹੋ ਗਏ ਵਿਦਨ 1 ਹੋਰ ਇਅਰ অর ਸੋ ਤੇ ਸਾਰਟ ਆਫ ਫੂਡ ਕਈ ਵਾਰ ਸੋਲਡ ਆਊਟ ਹੋ ਜਾਂਦਾ ਸੀ ਸਾਡੇ ਕੋਲ ਫੂਡ ਨਹੀਂ ਹੁੰਦਾ ਸੀ 8 ਵਜੇ ਸਾਨੂੰ ਰੈਸਟੋਰੈਂਟ ਬੰਦ ਕਰਨਾ ਪੈਂਦਾ ਸੀਗਾ ਸੋ ਸਾਡੇ ਕਸਟਮਰ ਵਿੱਚ ਜਿਹੜਾ ਗੁੱਸਾ ਅਗਰੈਸਿਵ ਹੋਣਾ ਜਾਂ ਉਹਨਾਂ ਦਾ ਹੋਣਾ ਸੀ ਉਹ ਐਕਚੁਅਲੀ ਸਾਡਾ ਉਹਨਾਂ ਦਾ ਪਿਆਰ ਸੀ ਸਾਡੇ ਲਈ ਕਿਉਂਕਿ ਜਦੋਂ ਕਸਟਮਰ ਸਾਡਾ ਮੇਰੇ ਕੋਲ ਕਸਟਮਰ ਜਿੰਨੇ ਮਾਈਕਰੋਸਾਫਟ Amazon Wellbiew Redmond ਜਿੱਥੇ ਵੀ ਜਿੱਥੇ ਤੱਕ ਹੋ ਸਕਦਾ ਕਸਟਮਰ ਡਰਾਈਵ ਕਰਕੇ ਆਏ ਕਿਉਂਕਿ ਸਾਡੇ ਰਿਵਿਊਜ਼ ਸਾਡੇ ਵੀਊਜ਼ ਜਦੋਂ ਲੋਕਾਂ ਨੇ ਮਾਊਟੂ ਵਰਡ ਕੰਮ ਬਹੁਤ ਕਰਦਾ ਜੀ 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 ਸੋ ਉਹ ਇਨਾ ਕੰਮ ਕਰਨਾ ਸ਼ੁਰੂ ਕੀਤਾ ਕਿ ਮੈਂ ਸਟਾਰਟਿੰਗ ਵਿੱਚ ਕਸਟਮਰ ਦੀ 40 ਤੋਂ 50 50 ਬੰਦਿਆਂ ਦੀ ਵੇਟਿੰਗ ਲਾਈਨ ਲੱਗ ਜਾਂਦੀ ਸੀ ਸਾਡੇ ਲੱਗ ਜਾਂਦਾ ਸੀ ਤੇ ਅਸੀਂ ਸੀਗੇ ਤਿੰਨ ਜਣੇ ਤੇ ਹੁਣ ਬਾਹਰ ਕਿਸੇ ਵੀ ਕਸਟਮਰ ਨੂੰ ਆਏ ਹੋਏ ਭੁੱਖੇ ਕਸਟਮਰ ਨੂੰ ਅਸੀਂ ਸਮਝਾ ਨਹੀਂ ਸੀ ਸਕਦੇ ਕਿ ਸਾਡੇ ਕੋਈ EMPLOYE ਨਹੀਂ ਹੈ ਪਰ ਸਮ ਹਾਉ ਸਮਾਂ ਬਦਲਿਆ ਅਸੀਂ ਕੁਝ EMPLOYEਸ ਰੱਖੇ ਕੰਮ ਹੋਰ ਵਧਿਆ ਕੰਮ ਕਰਦੇ ਰਹੇ ਵਧੀਆ ਤਰੀਕੇ ਨਾਲ ਪਲੇਟਫਾਰਮ ਮਿਲਿਆ ਫਿਰ ਕੀਟਰਿੰਗ ਚ ਜਦੋਂ ਅਸੀਂ ਆਏ ਤਾਂ ਆਬਵੀਅਸਲੀ ਅਸੀਂ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਲਗਜ਼ਰੀ ਕੇਟਰਿੰਗ ਵੀ ਅਸੀਂ ਚਾਹੀਏ ਸਾਨੂੰ ਟਕੋਮਾ ਕਨਵੈਨਸ਼ਨਸ ਮਿਲੀ ਆ ਚਾਹੀ ਮਗਾਵਕ ਵਿੱਚ ਮਿਲੀ ਆ ਹਰ ਜਗ੍ਹਾ ਤੇ ਅਸੀਂ ਆਪਦੀ ਪਰਫਾਰਮੈਂਸ ਲੈ ਕੇ ਆਏ ਤੇ ਲੋਕਾਂ ਨੇ ਬੜਾ ਪਿਆਰ ਕੀਤਾ ਕਿਉਂਕਿ ਫੂਡ ਵਿੱਚ ਅਸੀਂ ਇੱਕ ਉਹ ਦੇਸੀ ਟੱਚ ਜੋ ਪੰਜਾਬੀ ਐਕਚੁਅਲ ਫੂਡ ਚਾਹੁੰਦਾ ਮੇਰੇ ਮਦਰ ਦੇ ਵਰਡਸ ਨੇ ਜੀ ਉਹ ਕਹਿੰਦੇ ਕਿ ਉਸਟ ਰੈਸਟੋਰੈਂਟ ਦੇ ਵਿੱਚ ਕੁਝ ਹੈ ਜੋ ਉਹਨਾਂ ਨੂੰ ਕਿਉਂਕਿ ਅਸੀਂ ਤਾਂ ਬੜੀ ਯੰਗ ਏਜ ਇੱਥੇ ਆ ਗਏ ਸਾਡਾ ਉਹ ਸਵਾਦ ਰਿਹਾ ਹੀ ਨਹੀਂ ਅਸੀਂ ਇੱਥੇ ਸਭ ਕੁਝ ਖਾਦਾ ਕੀਤਾ ਉਹ ਸਾਡੇ ਪੇਰੈਂਟਸ ਦਾ ਇਹ ਚੀਜ਼ ਕਹਿਣਾ ਕਿ ਇੱਥੇ ਹੀ ਰੋਟੀ ਖਾਣੀ ਹੈ ਕਿ ਇਹ ਇੱਕ ਇੰਡੀਆ ਦੀ ਉਹਨਾਂ ਨੂੰ ਯਾਦ ਦਵਾਉਂਦਾ ਮੈਨੂੰ ਲੱਗਦਾ ਕਿ ਬੜੀ ਵੱਡੀ ਗੱਲ ਹੈ ਕਿ ਉਹ ਉਹ ਚੀਜ਼ ਅਚੀਵ ਕਰਨੀ ਯਸ ਅਰਜੁਨ ਭਾਜੀ ਬਿਲਕੁਲ ਸਹੀ ਗੱਲ ਹੈ ਕਿਉਂਕਿ ਮੈਨੂੰ ਦੱਸਿਆ ਸੀ ਤੁਹਾਡੇ ਮੰਮੀ ਉਹਨਾਂ ਨਾਲ ਗੱਲ ਕਰਦੇ ਕਰਦੇ ਕਿ ਤੁਹਾਡੇ ਵੀ ਜਦੋਂ ਇੰਗੇਜਮੈਂਟ ਦੀ ਕੇਟਰਿੰਗ ਦਾ ਸਮਾਂ ਸੀਗਾ ਫਿਰ ਉਹਨਾਂ ਨੇ ਸਾਨੂੰ ਕੇਟਰਿੰਗ ਕਿਉਂ ਦਿੱਤੀ ਕਿਉਂਕਿ ਟੇਸਟਿੰਗ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਮੈਂ ਟੇਸਟਿੰਗ ਕੀਤਾ ਅਸੀਂ ਐਕਚੁਅਲੀ ਕਿਸੇ ਹੋਰ ਕੋਲੋਂ ਕੇਟਰਿੰਗ ਕਰਾ ਕੇ ਤੇ ਉਹਨਾਂ ਨਾਲ ਗੱਲ ਕਰ ਚੁੱਕੇ ਸੀ ਕਿ ਹਾਂਜੀ ਇਹ ਹੋ ਗਿਆ ਡਨ ਹੋ ਗਿਆ ਉਹੀ ਗੱਲ ਫਿਰ ਉਸ ਦੇ ਦੌਰਾਨ ਮੇਰੇ ਦੋਸਤ ਦਾ ਵਿਆਹ ਹੋਇਆ ਫੇ ਮੈਂ ਘਰ ਆ ਕੇ ਦੱਸਿਆ ਮੈਂ ਕਿਹਾ ਮੈਂ ਇੱਥੇ ਗਿਆ ਸੀ ਉਹ ਫਿਰ ਰੋਟੀ ਖਾਧੀ ਉਹਨਾਂ ਨੇ ਉਹ ਕਹਿੰਦੇ ਉਹਨਾਂ ਨੇ ਉਹਨਾਂ ਨੂੰ ਹੱਥ ਜੋੜ ਕੇ ਮਾਫੀ ਮੰਗ ਲਿਓ ਕਹਿੰਦੇ ਪਰ ਇਹ ਫੂਡ ਏਸੀ ਜਗ੍ਹਾ ਦਾ ਹੋਏਗਾ ਹਾਂ ਜੀ ਕੀ ਬਾਤ ਹੈ ਕਿਉਂਕਿ ਜੋ ਸੱਡੀ ਪੰਜਾਬੀਆਂ ਨੂੰ ਚਾਹੀਦਾ ਹੁੰਦਾ ਨਾ ਕਿਉਂਕਿ ਜਿਹੜਾ ਸਾਡਾ ਰੈਸਟੋਰੈਂਟ ਦਾ ਫੂਡ ਹੁੰਦਾ ਉਹ ਅਸੀਂ ਹਰ ਕਸਟਮਰ ਕਿਉਂਕਿ ਸਾਡੇ ਕੋਲ ਹਰ ਤਰ੍ਹਾਂ ਦਾ ਕਸਟਮਰ ਹੁੰਦਾ ਉਹ ਬਹੁਤ ਬਹੁਤ ਜ਼ਿਆਦਾ ਡਾਈਵਰਸ ਕਰਾਊਡ ਹੁੰਦਾ ਐਵਰੀ ਟਾਈਮ ਮੈਂ ਰੈਸਟੋਰੈਂਟ ਦੇ ਵਿੱਚ ਗਿਆ ਕਦੀ ਇਹ ਨਹੀਂ ਹੋਇਆ ਕਿ ਇੰਡੀਅਨ ਰੈਸਟ ਐਵਰੀ ਟਾਈਮ ਮੈਨੂੰ ਦੇਖਦਾ ਕਿ ਕੋਈ ਗੋਰਿਆਂ ਦੀ ਕਮਿਊਨਿਟੀ ਚ ਕੋਈ ਸੋਮਾਲੀਅਨਸ ਹੈਗੇ ਨੇ ਕੋਈ ਬੈਕਰੀ ਐਵਰੀਬਾਡੀ ਐਸ਼ੀਅਨ ਕਮਿਊਨਿਟੀ ਐਕਸੈਕਟਲੀ ਅਰਜੁਨ ਪਾ ਜੀ ਇਹ ਗੱਲ ਬਹੁਤ ਵਧੀਆ ਹੈ ਕਿਉਂਕਿ ਸਾਡਾ ਫੂਡ ਗੋਰੇ ਜੀ ਜੇ ਆਪਾਂ ਕਹਿੰਨੇ ਅਮਰੀਕੀ ਕੋਈ ਵੀ ਹਰ ਇੱਕ ਬੰਦੇ ਨੇ خاص کر کے میکسیکن پیپل بلیک کمیونٹی ਸਾਨੂੰ ਇੰਨਾ سپورਟ ਕਰਦੇ ਸੀ ਖਾਂਦੇ ਸੀ ਵਧੀਆ ਸੀ ਪਰ ਉਹ ਇੱਕ ਰੈਸਟੋਰੈਂਟ ਫੂਡ ਸਾਨੂੰ ਅਮਰੀਕਨਾਈਜ਼ਡ ਐਂਡ ਹਰ ਇੱਕ ਬੰਦੇ ਦੇ ਟੇਸਟ ਅਕੋਰਡਿੰਗ ਸਾਨੂੰ ਬਣਾਉਣਾ ਪੈਂਦਾ ਉੱਥੇ ਜ਼ਿਆਦਾ ਐਫਰਟ ਹੁੰਦਾ ਪਰ ਕੇਟਰਿੰਗ ਵਿੱਚ ਮੈਨੂੰ ਸਭ ਤੋਂ ਜ਼ਿਆਦਾ ਮਜ਼ਾ ਆਉਂਦਾ ਸੀ ਕਿਉਂਕਿ ਸਿਰਫ ਦੇਸੀ ਤੇ ਪੰਜਾਬੀਆਂ ਦੀ ਕੇਟਰਿੰਗ ਬੜੀ ਵੱਡੀਆਂ ਵੱਡੀਆਂ ਹੁੰਦੀਆਂ ਹਨਾ ਤੇ ਮੇਰਾ ਐਕਚੁਅਲ ਟੈਲੈਂਟ ਜਿਹੜਾ ਸੀਗਾ ਉਹ ਸਿਰਫ ਕੇਟਰਿੰਗ ਤੇ ਨਿਕਲ ਕੇ ਬਾਹਰ ਆਉਂਦਾ ਸੀ ਕਿਉਂਕਿ ਜਦ ਮੈਂ ਫੁੱਲ ਆਨ ਕੰਮ ਕਰਦਾ ਸੀ ਖੁੱਲਾ ਤੇ ਜਦੋਂ ਮੈਂ ਕੇਟਰਿੰਗ ਸਟਾਰਟ ਕੀਤੀ ਆ ਤੇ ਮੈਨੂੰ ਹੋਪ ਨਹੀਂ ਸੀ ਕਿ ਮੈਂ ਇੰਨੀ ਜ਼ਿਆਦਾ ਕੇਟਰਿੰਗ ਕਰੂੰਗਾ ਟੱਚਬੁਡ ਅੱਜ ਵੀ ਮੈਂ ਆਪਣੇ ਉਸ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਤੇ ਆਪਣੇ ਪਰਿਵਾਰ ਦਾ ਤੇ ਜਿਨ੍ਹਾਂ ਨੇ ਮੈਨੂੰ ਮੈਨੂੰ ਐਕਚੁਅਲ ਵਿੱਚ ਕਿਹਾ ਵੀ ਨਹੀਂ ਤੂੰ ਯੂ ਹੈਵ ਟੂ ਸਟਾਰਟ ਥਿਸ ਲਾਈਕ ਸਾਨੂੰ ਆਣਾ ਚਾਹੀਦਾ ਬਾਹਰ ਅਗਰ ਸਾਡੇ ਚ ਟੈਲੈਂਟ ਹੈ ਤੇ ਲੋਕੀ ਦੱਸਣਗੇ ਦੱਸਣਗੇ ਕੀ ਹੈ ਪਰ ਅਸੀਂ ਉਹ ਕੰਮ ਜਦੋਂ ਕੇਟਰਿੰਗ ਦਾ ਸ਼ੁਰੂ ਕੀਤਾ ਅੱਜ ਵੀ ਮੈਨੂੰ ਯਾਦ ਹੈ ਇੱਕ ਨਨੂਆ ਫੈਮਿਲੀ ਸੀ ਟੈਕ ਏਅਰਪੋਰਟ ਦੇ ਕੋਲ ਜਿਨ੍ਹਾਂ ਦੀ ਪਹਿਲੀ ਕੇਟਰਿੰਗ ਅਸੀਂ ਕੀਤੀ ਸੀ ਹਾਂਜੀ ਤੇ ਉਹਨਾਂ ਤੋਂ ਲੈ ਕੇ ਅੱਜ ਦੇ ਦਿਨ 'ਚ ਮੈਨੂੰ ਲੱਗਦਾ ਵੀ ਹਰ ਸਾਲ 'ਚ ਮੈਂ 150 ਤੋਂ 200 ਕੇਟਰਿੰਗ ਆਰਾਮ ਨਾਲ ਕਰ ਦਿੰਦਾ ਅਮੇਜ਼ਿੰਗ ਜੀ ਅਸੀਂ ਇੱਕ ਦਿਨ ਦੇ ਵਿੱਚ ਚੈਲੈਂਜਿੰਗ ਚੀਜ਼ ਆ ਕਿ ਲਾਸਟ ਈਅਰ 'ਚ ਅਸੀਂ ਇੱਕ ਜਾਂ ਦੋ ਕੇਟਰਿੰਗ ਨਹੀਂ ਅਸੀਂ ਦਿਨ ਵਿੱਚ 5-5 ਕੇਟਰਿੰਗ ਵੀ ਵਗਤਾਈਆਂ ਓਹ ਹੋਹ ਇੰਨੇ ਜ਼ਿਆਦਾ ਪੈਕ ਡ੍ਰਿੰਕ ਆਈ ਥਿੰਕ ਦੈਟਸ ਅ ਗੁੱਡ ਪ੍ਰੋਬਲਮ ਟੂ ਹੈਵ ਗੁੱਡ ਪ੍ਰੋਬਲਮ ਇਟਸ ਅ ਗੁੱਡ ਪ੍ਰੋਬਲਮ ਯਾ ਆਫ ਕਰਸ ਆਰ ਟਿਕਟ ਸਾਡਾ ਹਰ ਕਿੰਨਾ ਹੁਣ ਮੇਰਾ ਕੈਂਟ ਨਹੀਂ ਪੂਰੇ ਵਾਸ਼ਿੰਗਟਨ ਏਰੀਆ ਇਵਨ ਸਪੋਕਨ ਤੋਂ ਜੀ ਉਹਟੀ ਹੋਟੀ ਫੈਮਿਲੀ ਸਾਡੇ ਸਪੋਕਨ ਤੋਂ ਹੋਟੈਲਸ ਦੇ ਵਿੱਚ ਨੇ ਕੱਲ ਵੀ ਉਹਨਾਂ ਦੀ ਕਾਲ ਆਈ ਸੀ ਸੋ ਕਈ ਵਾਰ ਕਨਫਿਊਜ਼ ਹੋ ਜਾਂਦੇ ਇੱਕ ਇੰਡੀਆ ਬਿਸਟਰੋ ਰੈਸਟੋਰੈਂਟ ਸਿਆਟਲ ਚ ਹੈਗਾ ਆ ਤੇ ਸਾਡਾ ਹੈਗਾ ਇੰਡੀਅਨ ਬਿਸਟਰੋ ਪੰਜਾਬੀ ਰਸੋਈ ਦੇ ਨਾਮ ਸਾਡਾ ਕੇਟਰਿੰਗ ਚੱਲਦੀ ਆ ਹੁਣ ਸਾਡਾ ਨਵਾਂ ਰੈਸਟੋਰੈਂਟ ਹੈਗਾ ਹਵੇਲੀ ਇੰਡੀਅਨ ਕਿਰ ਖੋਲਿਆ ਸੋ ਹੁਣ ਲੋਕਾਂ ਨੂੰ ਥੋੜੀ ਜਿਹਾ ਜਸਟੀਫਾਈ ਕਰਨਾ ਸੌਖਾ ਹੋ ਗਿਆ ਨਹੀਂ ਤਾਂ ਕਨਫਿਊਜ਼ ਹੋ ਜਾਂਦੇ ਸੀ ਉਹ ਫੈਮਿਲੀ ਦੀ ਵੀ ਸੇਮ ਸਟੋਰੀ ਸੀ ਉਹਨਾਂ ਨੇ ਗਲਤੀ ਨਾਲ ਫਿਰ ਇੰਡੀਆ ਬਿਸਟਰੋ ਪਹਿਲਾਂ ਬੁੱਕ ਕਰ ਲਿਆ ਸੀ ਪਰ ਚਲੋ ਸਮਝਾਓ ਉਹਨਾਂ ਨੂੰ ਪਤਾ ਲੱਗ ਗਿਆ ਕਿ ਨਹੀਂ ਉਹ ਇੰਡੀਆ ਤੇ ਇੰਡੀਅਨ ਬਿਸਟਰੋ ਡਿਫਰੈਂਟ ਨੇ ਸੋ ਲੋਕੀ ਹੁਣ ਸਾਨੂੰ ਫਿਰ ਡਿਫਰੈਂਟਲੀ ਕਾਲ ਕਰਦੇ ਆ ਅਸੀਂ ਅਟੈਚ ਕੀਤਾ ਨਾਮ ਇਸੇ ਕਰਕੇ ਜਾਂ ਪੰਜਾਬੀ ਰਸੋਈ ਜਾਂ ਹਵੇਲੀ ਇੰਡੀਅਨ ਗ੍ਰਿਲ ਇੰਡੀਅਨ ਬਿਸਟਰੋ ਤਾਂ ਲੋਕਾਂ ਨੂੰ ਫਿਰ ਥੋੜਾ ਕਲੀਅਰ ਹੋ ਜਾਂਦਾ ਤੇ ਸਾਡੇ ਕਸਟਮਰਸ ਸਪੋਕਨ ਤੱਕ ਵੀ ਹੈਗੇ ਜਿਨ੍ਹਾਂ ਦੀ ਅਸੀਂ ਰੈਗੂਲਰ ਕੇਟਰਿੰਗਸ ਕਰਦੇ ਆ ਤੇ ਉਹਨਾਂ ਨੇ ਫਿਰ ਐਡਵਾਂਸ ਫਰੋਂ ਲਾਸਟ 1 ਇਅਰ ਆਲਰੇਡੀ ਬੁੱਕਡ ਕੀਤੇ ਹੋਏ ਇਵੈਂਟਸ ਆਪਣੇ ਸੋ ਇਦਾਂ ਦੇ ਪਰਿਵਾਰ ਨੇ ਜਿਹੜੀ ਸਾਡੇ ਕੋ ਕੈਨੇਡਾ ਤੋਂ ਕੈਲੀਫੋਰਨੀਆ ਤੋਂ ਔਰ ਮੈਨੂੰ ਲੱਗਦਾ ਕਿ ਪਿਓਲਪ ਤਾਂ ਸਾਡੇ ਤੋਂ ਥੋੜਾ ਦੂਰ ਪੈਂਦਾ ਜੀ 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 ਪਰ 70% ਕੇਟਰਿੰਗ ਮੈਂ ਪਿਓਲਪ ਦੀ ਇੰਡੀਅਨ ਵੇਸਟਰ ਤੋਂ ਕਰਦਾ ਨਹੀਂ ਨਹੀਂ ਦੈਟਸ ਅਮੇਜ਼ਿੰਗ ਮੈਂ ਮੇਰਾ ਕੁਐਸਚਨ ਇਹ ਸੀਗਾ ਕਿ ਜਦੋਂ ਤੁਸੀਂ ਇੰਨਾ ਵੱਡਾ ਇੱਕ ਕਸਟਮਰ ਬੇਸ ਹੈ ਜੀ ਤੇ ਜਿਹੜਾ ਚੰਗਾ ਰਿਵਿਊ ਹੈ ਉਹ ਤਾਂ ਚੰਗਾ ਹੈ ਤੁਸੀਂ ਲਾਈਕ ਬੀਇੰਗ ਅ ਸ਼ੈਫ ਤੁਸੀਂ ਦੱਸੋ ਤੁਸੀਂ ਹੈੱਡ ਸ਼ੈਫ ਸੀਗੇ ਰੈਸਟੋਰੈਂਟ ਦੇ ਵਿੱਚ ਉਹਨੂੰ ਬੀਇੰਗ ਅ ਸ਼ੈਫ ਤੁਸੀਂ ਕ੍ਰਿਟਿਸਿਜ਼ਮ ਨੂੰ ਕਿੱਦਾਂ ਡੀਲ ਕਰਦੇ ਹੋ ਕਿ ਜਦੋਂ ਕੋਈ ਤੁਹਾਨੂੰ ਆ ਕੇ ਕਹਿ ਦਿੰਦਾ ਕਿ ਤੁਸੀਂ ਇੰਨੀ ਮਿਹਨਤ ਲਾ ਕੇ ਫੂਡ ਬਣਾਇਆ ਹੁੰਦਾ ਤੁਸੀਂ ਜਾ ਕੇ ਸਰਵਰ ਹੈ ਜਾ ਕੇ ਦੇ ਕੇ ਆਂਦਾ ਤੇ ਉਹ ਕਹਿੰਦੇ ਕਿ ਕਿਹਨੇ ਬਣਾਇਆ ਸਵਾਦ ਨਹੀਂ ਲੱਗਾ ਮੈਨੂੰ ਅਰਜਨ ਭਾਈ ਇਹ ਗੱਲ ਬਹੁਤ ਵਧੀਆ ਹੈ ਐਕਚੁਅਲੀ ਕਿਉਂਕਿ ਸਾਨੂੰ ਹਰ ਇੱਕ ਨਾ ਹਿਊਮਨ ਬੀਇੰਗ ਸਾਨੂੰ ਤਾਰੀਫ ਸੁਣਨ ਦਾ ਬੜਾ ਸ਼ੌਕ ਹੁੰਦਾ ਕੋਈ ਵੀ ਬੰਦਾ ਹੋਵੇ ਉਹਨੂੰ ਜਦੋਂ ਕੋਈ ਚੰਗਾ ਕਹਿੰਦਾ ਤਾਂ ਠੀਕ ਹੈ ਕੁਝ ਰਹਿੰਦਾ ਕੁਝ ਹੋ ਜਾਂਦਾ ਪਰ ਮੇਰਾ ਐਕਚੁਅਲੀ ਨਾ ਮੇਰਾ ਕਨਸੈਪਟ ਥੋੜਾ ਡਿਫਰੈਂਟ ਸੀ ਮੇਰਾ ਸੀ ਅਗਰ ਜਦੋਂ ਕੋਈ ਬੰਦਾ ਮੈਨੂੰ ਦੱਸਦਾ ਸੀ ਕਿ ਕੋਈ ਚੀਜ਼ ਵਿੱਚ ਕੋਈ ਕਮੀ ਆ ਜਾਂ ਮੈਨੂੰ ਲਾਈਕ ਨਹੀਂ ਕਰਦਾ ਕੁਝ ਵੀ ਹੈ ਕਿਉਂਕਿ ਦੁਨੀਆ ਉੱਤੇ ਪਰਮੇਸ਼ਰ ਨੇ ਹਰ ਚਿਹਰਾ ਵੀ ਇੱਕ ਜਿਹਾ ਨਹੀਂ ਬਣਾਇਆ ਤੇ ਜਗਰ ਚਿਹਰਾ ਇਹੋ ਜਿਹਾ ਨਹੀਂ ਬਣਾਇਆ ਤੇ ਟੇਸਟ ਵੀ ਇੱਕ ਜਿਹਾ ਨਹੀਂ ਹਰ ਇੱਕ ਬੰਦੇ ਦਾ ਹਰ ਇੱਕ ਬੰਦੇ ਦਾ ਖਾਣ ਦਾ ਤਰੀਕਾ ਤੇ স্মੈਲ ਸੈਂਸ ਹਰ ਇੱਕ ਦੀ ਡਿਫਰੈਂਟ ਹੈ ਰਾਈਟ ਸੋ ਕਈ ਵਾਰ ਹੁੰਦਾ ਕਿ ਕਸਟਮਰ ਇਜ਼ ਨਾਟ ਰੌਂਗ ਉਹ ਆਲਵੇਜ਼ ਰਾਈਟ ਹੀ ਹੁੰਦਾ ਹੈ ਸਾਡੇ ਵਾਸਤੇ ਕਸਟਮਰ ਰੀਸਾਲਵਡ ਬਿਲਕੁਲ ਬਿਲਕੁਲ ਕਿਉਂਕਿ ਅਸੀਂ ਕਸਟਮਰ ਤੋਂ ਜਿੱਤ ਨਹੀਂ ਸਕਦੇ ਕਿਉਂਕਿ ਜੇ ਮੈਂ ਕਸਟਮਰ ਤੋਂ ਜਿੱਤ ਗਿਆ ਆਮ ਗੋਣਾ ਲੂਜ਼ ਮਾਈ ਕਸਟਮਰ ਰਾਈਟ ਪਰ ਸਮ ਹਾਉ ਕਈ ਵਾਰ ਉਹ ਐਕਚੁਅਲ ਵਿੱਚ ਸੱਚ ਹੀ ਬੋਲ ਰਿਹਾ ਹੁੰਦਾ ਹੈ ਕਿ ਕਈ ਵਾਰ ਉਹਨੂੰ ਚੀਜ਼ ਪਸੰਦ ਨਹੀਂ ਹੁੰਦੀ ਸੋ ਮੇਰੀ ਰਿਸਪੌਂਸਿਬਿਲਟੀ ਇਹ ਰ ਰੈਦਰ ਦੈਨ ਕਿ ਮੈਂ ਆਰਗੂਮੈਂਟ ਕਰਾਂ ਜਾਂ ਮੈਂ ਪਾਸ ਔਨ ਕਰਾਂ ਕਿ ਨਹੀਂ ਇਹ ਮੈਂ ਇਦਾਂ ਵਧੀਆ ਬਣਾਣਾ ਠੀਕ ਕਰਦਾ ਸੋ ਮੈਨੂੰ ਲੱਗਦਾ ਕਈ ਵਾਰ ਉਹਦਾ ਸਪਾਈਸੀ ਲੈਵਲ ਦੇ ਉੱਤੇ ਜ਼ਿਆਦਾਤਰ ਸਾਡਾ ਸਪਾਈਸੀ ਲੈਵਲ ਦੇ ਉੱਤੇ ਇਸ਼ੂ ਹੁੰਦਾ ਜਾ ਉਹਦੀ ਟੇਸਟ ਦੀ ਹੁੰਦਾ ਤਾਂ ਮੈਂ ਆਪਦੇ ਕਸਟਮਰ ਨੂੰ 99.9% ਉਹਦੇ ਨਾਲ ਹਮੇਸ਼ਾ ਹੀ ਗੱਲ ਕਰਕੇ ਉਸ ਨੂੰ ਸੌਟ ਆਊਟ ਕਰਨ ਦੀ ਕੋਸ਼ਿਸ਼ ਇਸ ਤਰ੍ਹਾਂ ਕੀਤੀ ਹੈ ਕਿ ਉਸ ਫੂਡ ਨੂੰ ਛੱਡ ਕੇ ਮੈਂ ਉਹਨੂੰ ਕਈ ਵਾਰ ਡਿਫਰੈਂਟ ਟੇਸਟ ਕਿਉਂਕਿ ਮੈਨੂੰ ਇੰਨਾ ਜ਼ਿਆਦਾ ਕਈ ਵਾਰ ਆਪਣੇ ਆਪ ਤੇ ਕੰਫੀਡੈਂਸ ਹੁੰਦਾ ਨਾ ਕਿ ਮੈਨੂੰ ਪਤਾ ਲੱਗ ਜਾਂਦਾ ਕਿ ਕਸਟਮਰ ਨੇ ਅਗਰ ਇਹਨੂੰ ਅਲਰਜੀ ਹੈ ਜਾਂ ਇਹਨੂੰ ਥੋੜਾ ਬਿਟਰ ਜਾਂ ਪਸੰਦ ਨਹੀਂ ਜਾਂ ਕੁਝ ਨਹੀਂ ਇਹ ਲਾਈਟ ਸਵੀਟ ਟੱਚ ਕਰੀਮੀ ਫੂਡ ਖਾਣਾ ਚਾਹੁੰਦਾ ਮੈਂ ਦਿੱਤਾ ਤਾਂ ਅੱਜ ਤੱਕ ਵਾਹਿਗੁਰੂ ਦੀ ਕਿਰਪਾ ਨਾਲ ਮੈਂ 99% ਕਸਟਮਰ ਸੈਟੀਸਫਾਈਡ ਕੀਤੇ ਸਿਰਫ ਐਸ ਪਰ ਟੇਸਟ ਪਰ ਕਈ ਵਾਰ ਸਾਡੀ ਐਕਚੁਅਲੀ ਗਲਤੀ ਵੀ ਹੁੰਦੀ ਹੈ ਕੋਈ ਕਸਟਮਰ ਵੀਗਨ ਹੁੰਦਾ ਜਾਂ ਕੋਈ ਚੀਜ਼ ਹੁੰਦਾ ਸਾਨੂੰ ਇਸ ਕਰਕੇ ਪਹਿਲਾਂ ਹੀ ਹੁਣ ਅਸੀਂ ਆਪਣੇ ਮੀਨੂਜ਼ ਦੇ ਵਿੱਚ ਕਲੈਰੀਫਾਈ ਕਰ ਦਿੰਦੇ ਹਾਂ ਸੋ ਇਨ ਫੈਕਟ ਹੈਗਾ ਐਕਚੁਅਲੀ ਕਈ ਕਸਟਮਰਸ ਨੂੰ ਡੇਰੀ ਔਰ ਕਈ ਜਿਹਦਾ ਮੈਂ ਦੱਸਿਆ ਕਿ ਸੈਟਸ ਵਗੈਰਾ ਅਸੀਂ ਯੂਜ਼ ਕਰਦੇ ਹਾਂ ਉਹ ਟੇਸਟ ਨਹੀਂ ਪਸੰਦ ਹੁੰਦਾ ਜਦੋਂ ਅਸੀਂ ਉਹਨੂੰ ਫੂਡ ਚੇਂਜ ਕਰਕੇ ਦਿੰਦੇ ਹਾਂ ਜਾਂ ਉਹਨੂੰ ਡਿਫਰੈਂਟ ਮੈਂ ਮੈਂ ਜ਼ਿਆਦਾਤਰ ਗੂਰੇ ਜਿਹੜੇ ਆਪਣੇ ਕਸਟਮਰ ਹੁੰਦੇ ਨੇ ਉਹਨਾਂ ਨੂੰ ਅਸੀਂ ਕਈ ਵਾਰ ਉਹ ਕੋਕੋਨਟ ਦੀ ਬੜੀ ਸ਼ਿਕਾਇਤ ਨੇ ਮੰਗੋ ਦੀ ਬੜੀ ਸ਼ਿਕਾਇਤ ਨੇ ਜੋ ਉਹ ਕਿਸੇ ਚਿਕਨ ਦੇ ਵਿੱਚ ਵੀ ਪ੍ਰੋਬਲਮ ਆਈ ਹੈ ਕੋਕੋਨਟ ਚਿਕਨ ਜਾਂ ਮੰਗੋ ਚਿਕਨ ਜਾਂ ਉਹਨਾਂ ਨੂੰ ਟੇਸਟਿੰਗ ਲਈ ਦੁਬਾਰਾ ਦਿੱਤਾ ਜੀ ਦੇ ਆਰ ਆਲਵੇਸ 100% ਐਕਟਿਵ ਤੇ ਤੁਹਾਨੂੰ ਲੱਗਦਾ ਕਿ ਮਤਲਬ ਬੜਾ ਮਤਲਬ ਵੇਅਰਡ ਕੁਐਸਚਨ ਹੈਗਾ ਕਿ ਤੁਹਾਨੂੰ ਲੱਗਦਾ ਕਿ ਕਈ ਕਸਟਮਰ ਸਿਰਫ ਰੀਫੰਡ ਲੈਣ ਕਰਕੇ ਉਹਨਾਂ ਨੂੰ ਹੁੰਦਾ ਕਿ ਨਹੀਂ ਜਾਂ ਅਸੀਂ ਕਹਿ ਦਈਏ ਕਿ ਹਾਂ ਭਈ ਕਿ ਨਹੀਂ ਨਹੀਂ ਸਵਾਦ ਨਹੀਂ ਬਣਿਆ ਨਹੀਂ ਇਹ ਇਹ ਚੀਜ਼ ਐਕਚੁਅਲੀ ਹੋਈ ਹੈ ਸਾਡੇ ਨਾਲ ਇੱਕ ਵਾਰ ਨਹੀਂ ਹੋਈ ਸਾਡੇ ਨਾਲ ਐਕਚੁਅਲੀ ਬੈਕ ਟੂ ਬੈਕ ਕਈ ਵਾਰ ਕਸਟਮਰ ਬੜੇ ਸਮਾਰਟ ਨੇ ਕਈ ਕਸਟਮਰ ਅ ਸਿਰਫ ਰੀਫੰਡ ਲਈ ਹੀ ਫੋਨ ਕਰਦੇ ਨੇ ਇਹ ਸੱਚ ਹੈ ਝੂਠ ਨਹੀਂ ਕਹਿ ਸਕਦੇ ਰਾਈਟ ਰਾਈਟ ਕਿਉਂਕਿ ਮੇਰੇ ਕੋਲ ਨਾ ਸਾਡੇ ਕੋ ਸਾਡੇ ਬੈਕਐਂਡ ਤੇ ਸਾਡੇ ਕੋ ਹਿਸਟਰੀ ਹੁੰਦੀ ਹੈ ਸਾਡੇ ਅਸੀਂ ਚੈੱਕ ਕਰ ਸਕਦੇ ਹਾਂ ਕਿ ਇਹ ਸਾਡਾ ਰੀਫੰਡ ਗਿਆ ਜਾਂ ਕੁਝ ਗਿਆ ਵਨ ਟਾਈਮ ਟੂ ਟਾਈਮਸ ਸਾਨੂੰ ਪਤਾ ਹੁੰਦਾ ਪਰ ਕਈ ਅਸੀਂ ਇਹੋ ਜਿਹੀਆਂ ਕੰਪਨੀਆਂਜ਼ ਦੇ ਨਾਲ ਕੰਮ ਕਰਦੇ ਹਾਂ ਨਾ ਇਹ ਉਪੜੀਆਂ ਸਮਾਰਟ ਹੁੰਦੀਆਂ ਉਹ ਜਸਟੀਫਾਈ ਕਰਦੀਆਂ ਕਿਉਂਕਿ ਉਹ ਸੇਮ ਕਾਰਡ ਨੰਬਰ ਜਸੇਮ ਨੇਮ ਜਾਂ ਕੋਈ ਚੀਜ਼ ਆ ਉਹਨਾਂ ਦੀ ਇੱਕ ਨਾ ਇੱਕ ਅਲੱਗ ਬੁੱਕ ਬਣਦੀ ਰਹਿੰਦੀ ਐ ਸੋ ਮੈਂ ਜਦੋਂ ਹੈਰਾਨੀ ਦੀ ਗੱਲ ਇਹ ਆ ਕਿ ਇਹ ਐਕਚੁਅਲੀ 20 ਡੇਜ਼ ਅਰਲੀਰ ਦੀ ਇਹੀ ਗੱਲ ਆ 20 ਡੇਜ਼ ਅਰਲੀ ਸਾਡੇ ਇੱਕ ਕਸਟਮਰ ਹਰ ਵਾਰ ਫੂਡ ਲੈਂਡ ਤੋਂ ਬਾਅਦ ਨਾ ਹਰ ਡਿਫਰੈਂਟ ਐਪ ਤੋਂ ਤੇ ਸਾਡੇ ਆਨਲਾਈਨ ਸਿਸਟਮ ਤੋਂ ਤੇ ਫੋਨ ਕਾਲ ਹਰ ਵਾਰ ਉਹ ਆਪਣੇ ਬੈਕ ਚਾਰਜ ਨੂੰ ਕਹਿੰਦੇ ਆ ਸੀ ਬੈਕ ਚਾਰਜ ਉਹ ਕਰ ਦਿੰਦਾ ਸੀਗਾ ਚੈਲੰਜ ਤੇ ਸਾਡੇ ਪੈਸੇ ਕੱਟਦੇ ਗਏ ਕਿਉਂਕਿ ਮੈਂ ਬੱਚਿਆਂ ਚ ਥੋੜੀ ਜਿਹਾ ਬਿਜ਼ੀ ਸੀ ਤੇ ਮੇ ਆ ਥੋੜੀ ਜਿਹਾ ਮੇਰੀ ਆਪਣੀ ਹੈਲਥ ਦਾ ਇਸ਼ੂ ਸੀ ਤੇ ਮੈਂ ਨਹੀਂ ਫੋਕਸ ਕਰ ਪਾਇਆ ਤੇ ਜਦੋਂ ਅਸੀਂ ਦੇਖਿਆ ਕਿ ਇਹ ਕਸਟਮਰ ਪਿਛਲੇ 4 ਮਹੀਨੇ ਤੋਂ ਲਗਾਤਾਰ ਫੂਡ ਲੈਣ ਤੋਂ ਬਾਅਦ ਚੈਲੰਜ ਬੈਕ ਕਰੀ ਜਾ ਰਿਹਾ ਹੈ ਉਹਦੇ ਵਿੱਚ ਜਿਹੜੇ ਇਹ ਜਿਹੜੇ ਆਪਣੇ ਪੰਜਾਬੀ ਬੰਦੇ ਹੁੰਦੇ ਨੇ ਇਹ ਥੋੜਾ ਜਿਹਾ ਘੱਟ ਕਰਦੇ ਨੇ ਕਰਦੇ ਨੇ ਚਲੋ ਵੈਸੇ ਗੱਲਾਂ ਵਿੱਚ ਆਪਣਾ ਹਰ ਇੱਕ ਤਰ੍ਹਾਂ ਦੇ ਬੰਦੇ ਨੇ ਹਰ ਇੱਕ ਤਰ੍ਹਾਂ ਦੀ ਬੰਦੀ ਮਿਲਦੇ ਆਪਣੇ ਕਿਉਂਕਿ ਉਹ 바ਰਗੇਨਿੰਗ ਕਰ ਲੈਂਦੇ ਨੇ ਮੋਸਟਲੀ ਆਪਣੇ ਬੰਦਿਆਂ ਦਾ ਹੁੰਦਾ ਬਾਰਗੇਨ ਪਰ ਕੁਝ ਕਮਿਊਨਿਟੀਜ਼ ਐਦਾਂ ਦੀਆਂ ਹੁੰਦੀਆਂ ਕਿ ਉਹ ਬੜਾ ਸਮਾਰਟ ਮੂਵ ਕਰਦੀਆਂ ਆਨਲਾਈਨ ਆਰਡਰ ਕਰਨ ਤੋਂ ਬਾਅਦ ਜਦੋਂ ਅਸੀਂ ਚਾਰਜ ਬੈਕ ਕਰਦੇ ਹਾਂ ਕਦੀ ਕਹਿੰਦੇ ਸਾਡਾ ਕ੍ਰੈਡਿਟ ਕਾਰਡ ਮਿਸ ਹੋ ਗਿਆ ਕਦੀ ਕਹਿੰਦੇ ਅਸੀਂ ਪੇ ਨਹੀਂ ਕੀਤਾ ਸਾਡਾ ਚੋਰੀ ਹੋ ਗਿਆ ਮੈਨੂੰ ਫੂਡ ਨਹੀਂ ਮਿਲਿਆ ਜੇ ਇਹ ਚੀਜ਼ਾਂ ਆਬਵੀਅਸਲੀ ਹਰ ਇੱਕ ਆਪਾਂ ਕਹਿ ਨਹੀਂ ਸਕਦੇ ਕਿ ਇੱਕ ਕਮਿਊਨਿਟੀ ਵਾਲਾ ਬੰਦਾ ਕਰਦਾ ਹਰ ਇੱਕ ਬੰਦਾ ਕਿਤੇ ਨਾ ਕਿਤੇ ਕਰ ਲੈਂਦਾ ਹੈ ਬਿਲਕੁਲ ਬਿਲਕੁਲ ਜੀ ਤੇ ਇੱਕ ਹੋਰ ਚੀਜ਼ ਜਿੱਦਾਂ ਕਿ ਮੈਨੂੰ ਇਹ ਲੱਗਦਾ ਕਿ ਜਿੱਦਾਂ ਆਹ ਆਪਾਂ ਹੁਣੇ ਖਾਦਾ ਫੂਡ ਬੜਾ ਸਵਾਦ ਫੂਡ ਸੇਗਾ ਪਰ ਇਹੀ ਫੂਡ ਸੇਮ ਫੂਡ ਇੱਕੋ ਬੈਂਚ ਬਣਿਆ ਜਿਸ ਨੂੰ ਦੋ ਲੋਕਾਂ ਨੂੰ ਦਿੰਨੇ ਹੋ ਤੇ ਇੱਕ ਬੰਦਾ ਕਹਿੰਦਾ ਲਾ ਜਵਾਬ ਜੀ ਮਜ਼ਾ ਆ ਗਿਆ ਕਮਾਲ ਹੋ ਗਈ ਤੇ ਇੱਕ ਬੰਦਾ ਕਹਿੰਦਾ ਕਿ ਇਹ ਤੋਂ ਮਾੜਾ ਫੂਡ ਮੈਂ ਨਹੀਂ ਖਾਦਾ ਅਜ ਤੱਕ ਐਗਜ਼ੈਕਟ ਇਹ ਤਨ ਤੁਹਾਨੂੰ ਤਾਂ ਹੋਇਆ ਕਿ ਮੇਰੇ ਨਾਲ ਹੁੰਦਾ ਐਕਚੁਅਲੀ ਚਿੰਨਾਚਰਸੀ ਕੁਕਿੰਗ ਕੀਤੀ ਹੈ ਮੈਂ ਇੰਡੀਅਨ ਬਿਸਟਰੋ ਵਿੱਚ ਕਿਉਂਕਿ ਹੁਣ ਮੇਰਾ ਕੇਟਰਿੰਗ ਵੱਲ ਰੁਝਾਨ ਜ਼ਿਆਦਾ ਹੁੰਦਾ ਮੈਂ ਸਿਰਫ ਬਲਕ ਚ ਕੁਕਿੰਗ ਕਰਨ ਜਾਂਦਾ ਦੋ ਦਿਨ ਜਾਂ ਤਿੰਨ ਦਿਨ ਇੰਡੀਅਨ ਬਿਸਟਰੋ ਕਿਉਂਕਿ ਮੈਂ ਫਿਰ ਦੋ ਤਿੰਨ ਦਿਨ ਹਵੇਲੀ ਇੰਡੀਅਨ ਗ੍ਰਿਲ ਤੇ ਬਾਕੀ ਵੀਕਐਂਡ ਮੇਰਾ ਪਾਰਟੀਆਂ ਤੇ ਨਿਕਲ ਜਾਂਦਾ ਹੈ ਤੇ ਜਿਹੜਾ ਇਹ ਤੁਸੀਂ ਕਿਹਾ ਵੀ ਫੂਡ ਇੱਕ ਪੈਂਚ ਬਣਿਆ ਤੇ ਦੋ ਕਸਟਮਰ ਐਕਚੁਅਲੀ ਸਾਡੇ ਨਾਲ ਕਾਫੀ ਦਫਾ ਹੁੰਦਾ ਹੈ ਹੁਣ ਵੀ ਅਕਸਰ ਹੋ ਜਾਂਦਾ ਕਈ ਵਾਰ ਸੇਮ ਫੂਡ ਕਈ ਵਾਰ ਤੁਸੀਂ ਯਕੀਨ ਮੰਨਿਓ ਕਈ ਵਾਰ ਸਾਡੇ ਇਕੋ ਰੋਅ ਦੇ ਵਿੱਚ ਅਗਰ 10 ਟੇਬਲ ਲੱਗੇ ਹੋ ਨਾ ਫਾਸਟ ਟੇਬਲ ਵਾਲਾ ਔਰ 7th ਨੰਬਰ ਟੇਬਲ ਵਾਲੇ ਨੂੰ ਸੇਮ ਟੇਸਟ ਸੇਮ ਫੂਡ ਦਿੱਤਾ ਹੁੰਦਾ ਇੱਕ ਉਹਨੂੰ 100% ਬੋਲ ਕੇ ਜਾਂਦਾ ਕਿ ਆ ਮਜ਼ਾ ਆ ਗਿਆ ਫੂਡ ਖਾਣ ਦਾ ਜਾਂ ਕੋਈ ਚੀਜ਼ ਹੈ ਇੱਕ ਕੋਈ ਹੋਰ ਬੰਦਾ ਉਹਦੇ ਉੱਤੇ ਕਮੈਂਟ ਕਰ ਰਿਹਾ ਹੁੰਦਾ ਪਤਾ ਨਹੀਂ ਹੋ ਜਾਂਦਾ ਪਰ ਇਹ ਜਿਹਨੇ ਮਨੀ ਵਿਦ ਡੀਲ ਕਰਦੇ ਹੁੰਦਾ ਤੁਸੀਂ ਡੀਲ ਫਿਰ ਕਸਟਮਰ ਨੂੰ ਐਕਚੁਅਲੀ ਉੱਥੇ ਜੋ ਮਾਹੌਲ ਹੁੰਦਾ ਨਾ ਜੀ ਐਕਸੈਪਟ ਕਰਨਾ ਪੈਂਦਾ ਕਿ ਸਾਡੀ ਗਲਤੀ ਹੈ ਜਾਂ ਕੀ ਚੀਜ਼ ਹੈ ਪਰ ਕਈ ਵਾਰ ਕਸਟਮਰ ਦਾ ਮੈਂ ਦੱਸਿਆ ਕਿ ਜਿੱਦਾਂ ਕੋਈ ਸਪਾਈਸੀ ਲੈਵਲ ਜਾਂ ਕਈ ਵਾਰ ਟੇਸਟ ਡਿਫਰੈਂਟ ਹੁੰਦਾ ਪਰ ਕਈ ਵਾਰ ਕਸਟਮਰ ਦਾ ਖਾਣ ਦਾ ਮੂਡ ਵੀ ਨਹੀਂ ਹੁੰਦਾ ਸ਼ਾਇਦ ਮੇਰੇ ਵਰਗਾ ਕੋਈ ਵਿਚਾਰਾ ਵਜੇ ਆਇਆ ਹੁੰਦਾ ਖਾਣ ਕੇ ਤੇ ਫਿਰ ਮੈਂ ਆਰਗੂਮੈਂਟ ਕਰਕੇ ਅਸੀਂ ਤਾਂ ਇਹ ਪੁੱਛ ਸਕਦੇ ਹਾਂ ਕਿ ਹਾਂਜੀ ਤੁਸੀਂ ਸਾਨੂੰ ਦੱਸੋ ਕਿ ਤੁਹਾਡੇ ਲਈ ਕੁਝ ਡਿਫਰੈਂਟ ਬਣਾ ਦੀਏ ਜਾਂ ਦੁਬਾਰਾ ਰਿਪੀਟ ਕਰ ਦੀਏ ਜਾਂ ਨਹੀਂ ਹੈ ਪਰ ਜੋ ਐਕਚੁਅਲ ਵਿੱਚ ਕਸਟਮਰ ਨੂੰ ਲੱਗਦਾ ਹੈ ਕਿ ਇਹਦੇ ਨਾਲ ਪ੍ਰੋਬਲਮ ਹੈ ਸਪਾਈਸੀ ਲੈਵਲ ਆ ਜਾਂ ਫੂਡ ਵਿੱਚ ਕੋਈ ਜਿਹਾ ਇਸ਼ੂ ਆ ਉਹ ਕਹਿ ਦਿੰਦਾ ਕਿ ਸਾਨੂੰ ਮੈਨੂੰ ਨਵਾਂ ਬਣਾ ਦਿਓ ਜਾਂ ਇਦਾਂ ਕਰ ਦਿਓ ਉਹਨੂੰ ਮੋਡੀਫਾਈ ਕਰ ਦਿਓ ਦਿਸ ਇਨ ਥੈਟ ਠੀਕ ਹੈ ਭਾਜੀ ਸੋ ਇਟਸ ਵੈਰੀ ਰੀਅਰ ਹੁੰਦਾ ਹੈ ਬੈਰੀ ਡੀਰ ਪਰ ਅਗਰ ਜੀ ਉਹਦਾ ਮੂਡ ਨਾ ਹੋਵੇ ਖਾਣ ਦਾ ਸੋ ਇੱਕ ਤਾਂ ਸਿੰਪਲ ਹੈ ਜਦੋਂ ਉਹ ਨਹੀਂ ਡਿਨਾਈ ਕਰਤਾ ਤੁਹਾਨੂੰ ਵੀ ਹੈਵ ਟੂ ਯੂ نو ਵੀ ਡੋਨਟ ਵਾਂਟ ਟੂ ਚਾਰਜ ਦਾ ਅਸੀਂ ਚਾਰਜ ਨਹੀਂ ਕਰ ਸਕਦੇ ਉਹਨੂੰ ਦੈਨ ਸਟਿਲ ਫਿਰ ਅਸੀਂ ਆਪਣੀ ਗਲਤੀ ਨੂੰ ਹੁਣ ਕਵਰ ਵੀ ਕਰਨਾ ਹੁੰਦਾ ਹੈ ਨਾ ਕਿਉਂਕਿ ਉਹ ਸਾਡਾ ਕਸਟਮਰ ਆ ਮੈਂ ਉਹਨੂੰ ਅਨਹੈਪੀ ਨਹੀਂ ਦੇਖ ਸਕਦਾ ਸੋ ਇਟਸ ਨੋਟ ਅਬਾਊਟ ਮਨੀ ਸੋ ਆਲਵੇਜ਼ ਪੈਸਾ ਹੀ ਮੈਟਰ ਨਹੀਂ ਕਰਦਾ ਕਈ ਵਾਰ ਕਸਟਮਰ ਆ ਜੋ ਸੀ ਮੰਨਦੇ ਆ ਕਿ ਰੱਬ ਦਾ ਰੂਪ ਹੈ ਤੇ ਫਰਦਾ ਤਾਂ ਦਾ ਸਾਡਾ ਕੰਮ ਕੰਮ ਵਰਕ ਇਸ ਵਰਸ਼ਿਪ ਰਾਈਟ ਜੀ ਸੋ ਆਪਾਂ ਮੰਨਦੇ ਆ ਕਿ ਇੱਕ ਕਾਰੋਬਾਰ ਚ ਅੱਛੀ ਹੁੰਦੀ ਨਹੀਂ ਸਾਰੇ ਜੋ ਅਗਰ ਕੋਈ ਬੁਰਾ ਇਨਸਾਨ ਤੁਹਾਨੂੰ ਲੱਗੇ ਜਾਂ ਕਸਟਮਰ ਬਿਹੇਵ ਕਰੇ ਥੇਅਰ ਇਜ਼ ਆਲਵੇਸ ਅਵਰ ਲੈਸਨ ਤੁਹਾਨੂੰ ਕੁਝ ਸਿੱਖਣ ਨੂੰ ਜ਼ਰੂਰ ਮਿਲਦਾ ਜੀ ਆਫ ਕੌਰਸ ਤੋਂ ਅਸੀਂ ਮੋਸਟਲੀ ਆਪਣੇ ਇਸ ਇਹੀ ਕਾਰੋਬਾਰ ਵਿੱਚ ਰਹਿ ਕੇ ਇਹਨਾਂ ਬੰਦਿਆਂ ਤੋਂ ਹੀ ਅਸੀਂ ਬਹੁਤ ਕੁਝ ਸਿੱਖਿਆ ਜੀ ਤੇ ਕਾਰੋਬਾਰ ਕਰਨਾ ਬਿਜ਼ਨਸ ਕਰਨਾ ਕੋਈ ਕਦੀ ਵੀ ਆਪਦੇ ਮਾਂ ਪਿਓ ਦੇ ਕੋਲੋਂ ਸਿੱਖ ਕੇ ਨਹੀਂ ਆਂਦਾ ਜਾਂ ਆਪਦੇ ਮਾਂ ਦੇ ਢਿੱਡ ਚੋਂ ਸਿੱਖਿਆ ਹੁੰਦਾ ਤੇ ਦੁਨੀਆਦਾਰੀ ਹੀ ਤੁਹਾਨੂੰ ਦੁਨੀਆਦਾਰੀ ਸਿਖਾਉਂਦੀ ਤੇ ਕਾਰੋਬਾਰ ਸਿਖਾਉਂਦੀ। ਜੀ। ਤੋਂ ਅਸੀਂ ਸਿੱਖਿਆ ਪਰ ਸਾਡੇ ਕਸਟਮਰ ਜਿਹੜੇ ਹੁਣ ਮੈਂ ਦੇਖਿਆ 99% ਬੜੇ ਲਾਇਲ ਨੇ। ਜੀ। ਖਾਂਦੇ ਨੇ ਪੀਂਦੇ ਨੇ ਮਜ਼ਾ ਕਰਦੇ ਨੇ ਤੁਸੀਂ ਦੇ ਕੋ ਉਹਨਾਂ ਨੂੰ ਬਲੇਮ ਨਹੀਂ ਕਰਦਾ ਇਹ ਜੋ ਟੇਸਟ ਹੈ ਕਿਤੇ ਹੋਰ ਮਿਲ ਹੀ ਨਹੀਂ ਰਿਹਾ ਐਕਜੈਕਟਲੀ ਅਰਜਨ ਭਾਈ ਸੋ ਆਪ ਆਪ ਮੈਨੂੰ ਲੱਗਦਾ ਵੀ ਪਿਛਲੇ 3 ਸਾਲ ਤੋਂ ਜੀ ਵਾਸ਼ਿੰਗਟਨ ਸਟੇਟ ਵਿੱਚ ਟੌਪ ਰੇਟਡ ਰੈਸਟੋਰੈਂਟ ਦੇ ਵਿੱਚ ਨਾਲ ਅਸੀਂ ਰਹੇ ਤੇ ਸਾਨੂੰ ਸਾਡੇ ਕਾਫੀ ਅਵਾਰਡਸ ਵੀ ਸਾਨੂੰ ਮਿਲੇ ਆ ਇਸ ਰਿਗਾਰਡਿੰਗ ਜੀ ਫੂਡ ਟੇਸਟਿੰਗ ਦੇ ਉੱਤੇ ਅਸੀਂ ਅਸੀਂ ਬੜੇ ਆਨਰਡ ਆ ਕਿ ਅਸੀਂ ਕਾਈਜ਼ਰ ਪੈਰਾਮੈਂਟ ਐਮਾਜ਼ਨ ਔਰ ਸਿਟੀ ਆਫ ਆਬਰਨ ਬੜੇ ਵੱਡੇ ਨਾਮ ਨੇ ਜੀ ਹਾਂ ਜੀ ਹੁਣ ਦੋ ਦਿਨ ਤੋਂ ਆਪਣੇ ਸਪੀਕਰ ਕੋਈ ਸਿੰਘ ਕਮਿਊਨਿਟੀ ਚ ਆਇ ਸੀਗੇ ਸਿਟੀ ਆਫ ਆਬਰਨ ਨੂੰ ਅਸੀਂ 200 ਪੀਪਲ ਦਾ ਸਵੇਰੇ 200 ਪੀਪਲ ਇਵਨਿੰਗ ਸੋ ਇਦਾਂ ਬੜੀ ਕਮਿਊਨਿਟੀਆਂ ਦੇ ਵਿੱਚ ਅਸੀਂ ਉਹ ਕਰ ਜਾਂਦੇ ਆ ਤੇ ਸਾਰੇ ਕੋਆਪਰੇਟਿਵ ਵਾਲੇ ਜਿੰਨੇ ਵੀ ਹੈਗੇ ਆ ਸਾਨੂੰ ਸਪੋਰਟ ਵੀ ਕਰਦੇ ਆ ਤੇ ਅਸੀਂ ਫੂਡ ਸਰਵ ਕਰਦੇ ਕਿਉਂਕਿ ਲੋਕੀ ਸਾਨੂੰ ਪਿਆਰ ਕਰਦੇ ਸੱਚੀ ਬਹੁਤ ਨੇ ਨਹੀਂ ਨਹੀਂ ਦੱਸ ਅਮੇਜ਼ਿੰਗ ਬਾਕੀ ਭਾਜੀ ਬਿਫੋਰ ਆਈ ਲੈਟ ਯੂ ਗੋ ਇੱਕ ਲਾਸਟ ਮੇਰਾ ਕੁਐਸਚਨ ਇਹ ਹੈ ਕਿ ਪਿਛਲੇ ਇੰਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਇੱਕ ਇੰਡੀਅਨ ਬੀਸਟਰ ਵਰਗਾ ਐਡਾ ਵਧੀਆ ਰੈਸਟੋਰੈਂਟ ਹੋਰੇ ਤੋਂ ਬਾਅਦ ਹਵੇਲੀ ਤੇ ਅਗਲੇ 5 ਸਾਲ ਦੇ ਵਿੱਚ ਤੁਸੀਂ ਕੀ ਸੋਚ ਰਹੇ ਹੋ ਕੁਝ ਪਲਾਨ ਹੈ ਕੁਝ ਸੋਚਿਆ ਅਗਲੇ 5 ਸਾਲ ਦੇ ਵਿੱਚ ਅਰਜੁਨ ਭਾਜੀ ਬਹੁਤ ਵਧੀਆ ਤੇ ਵੱਡਾ ਪਲਾਨ ਹੈ ਜੀ ਤੇ ਸਮਾਂ ਇਜਾਜ਼ਤ ਦੇਊਗਾ ਉਮ ਐ ਜਿੱਦਾਂ ਦੱਸਿਆ ਕਿ ਉਹ ਪੰਜਾਬ ਦੀ ਚਲੋ ਹੁਣ ਆਪਾਂ ਗੱਲ ਕਰਦੇ ਆਂ ਤਾਂ ਮੈਨੂੰ ਦੱਸਣਾ ਪੈਣਾ ਸੱਚ ਮੈਨੂੰ ਹਨਾ ਤੇ ਮੇਰਾ ਕਨਸੈਪਟ ਹੈਗਾ ਕਿ ਇਹ ਛੋਟੇ ਕੰਮ ਵੱਡੇ ਕੰਮ ਮੈਟਰ ਨਹੀਂ ਕਰਦੇ ਪਰ ਸੋਚ ਵੱਡੀ ਹੋਣੀ ਚਾਹੀਦੀ ਬੰਦੇ ਦੀ ਤੇ ਉਹ ਪੰਜਾਬ ਚ ਜੋ ਪੰਜਾਬ ਦੀ ਹਵੇਲੀ ਦਾ ਕਨਸੈਪਟ ਹੈ ਨਾ ਜੋ ਇਹੋ ਜਿਹਾ ਕੋ ਵਧੀਆ ਕੰਮ ਹੈ ਤੇ ਉਹ ਮੈਂ ਆਪਣੇ ਸੱਭਿਆਚਾਰਕ ਜਾਂ ਉਸ ਚੀਜ਼ ਨੂੰ ਲੈ ਕੇ ਆਪਣੀ ਧਰਤੀ ਤੇ ਇਸ ਅਮਰੀਕਾ ਦੀ ਧਿਆਣਾ ਚਾਹਨਾ ਤਾਂ ਜੋ ਇੱਥੇ ਦੇ ਰਹਿਣ ਵਾਲੇ ਬੱਚੇ ਜੀ ਤਾਂ ਇੱਥੇ ਦੇ ਰਹਿਣ ਵਾਲੇ ਪਰਿਵਾਰ ਜੋ ਇੰਡੀਆ ਨਹੀਂ ਜਾ ਸਕਦੇ ਮੇਰੇ ਵਰਗੇ ਇਮੀਗ੍ਰੈਂਟਸ ਨਹੀਂ ਜਾ ਸਕਦੇ ਉਹ ਉਹੀ ਟੇਸਟ ਉਹੀ ਚੀਜ਼ ਤੇ ਉਹੀ ਕਲਚਰ ਨੂੰ ਇਸ ਧਰਤੀ ਤੇ ਮਾਣ ਸਕਣ ਸਕਣ ਨਹੀਂ ਨਹੀਂ ਅਮੇਜ਼ਿੰਗ ਭਾਜੀ ਮੈਂ ਬਾਕੀ ਦਰਸ਼ਕਾਂ ਨੂੰ ਕਹਿਣਾ ਚਾਹਨਾ ਕਿ ਪਰਮਜੀਤ ਪਾਦੀ ਵਿੱਚ ਸਿਰਫ ਇੱਕ ਨਹੀਂ ਮਨ ਲੱਗਦਾ ਕਟੋ-ਕਟ ਵੀ ਪੋਡਕਾਸਟ ਨੇ ਪਰ ਬਿਕੋਜ਼ ਇੰਨੀ ਡਿਊਰੇਸ਼ਨ ਹੋ ਚੁੱਕੀ ਹੈ ਆਈ ਵਿਲ ਰਿਕਵੈਸਟ ਕਿ ਪਰਮਜੀਤ ਪਾਜੀ ਵਾਪਸ ਇਸ ਪੋਡਕਾਸਟ ਤੇ ਆਣ ਬਾਕੀ ਤੁਸੀਂ ਇਸ ਪੋਡਕਾਸਟ ਨੂੰ ਸਾਰੇ ਜ਼ਰੂਰ ਦੇਖੋ ਤੇ ਪਾਜੀ ਦੇ ਰੈਸਟੋਰੈਂਟ ਨੂੰ ਸਪੋਰਟ ਕਰੋ ਪਾਜੀ ਦੀ ਜਰਨੀ ਨੂੰ ਸਪੋਰਟ ਕਰੋ ਮਤਲਬ ਇਨਾ ਵਧੀਆ ਇਨਾ ਹੰਬਲ ਬੰਦਾ ਮੈਂ ਮੈਨੂੰ ਲੱਗਦਾ ਨਹੀਂ ਕਿ ਅਮਰੀਕਾ ਦੇ ਵਿੱਚ ਹਲੇ ਤੱਕ ਦੇਖਿਆ ਤੇ ਥੈਂਕ ਯੂ ਵੈਰੀ ਮੱਚ ਫॉर एवरीवन ਕਿ ਤੁਸੀਂ ਪੋਡਕਾਸਟ ਦੇਖਿਆ ਤੇ ਪਰਮਜੀ ਪਾਜੀ ਥੈਂਕ ਯੂ ਤੁਸੀਂ ਆਇਓ ਥੈਂਕ ਯੂ ਥੰਕ ਯੂ ਸਾਰੇਆਂ ਦਾ ਤੇ ਥੈਂਕ ਯੂ ਅਰਜਨ ਪਾਜੀ ਤੁਸੀਂ ਮੌਕਾ ਦਿੱਤਾ ਆਈ ਹੋਪ ਆਪਾਂ ਜਲਦੀ ਮਿਲਾਂਗੇ ਜੀ ਜੀ ਆਫ ਕர்ஸ் ਥੈਂਕ ਯੂ ਸਾਰੇਆਂ ਦਾ ਵਾਂਸ ਅਗੇਨ ਸਸਕਲ ਜੀ ਥੈਂਕ ਯੂ ਪਾਜੀ ਹਾਂਜੀ एवरीवन ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਤੁਹਾਨੂੰ ਅੱਜ ਦਾ ਪੋਡਕਾਸਟ ਕਿਵੇਂ ਲੱਗਾ ਇਕ ਬੜੀ ਹੀ ਪਿਆਰੀ ਰੂ ਬੜੇ ਹੀ ਹਾਰਟਫੈਲਡ ਬੰਦੇ ਦੀ ਸਟੋਰੀ ਕਿਵੇਂ ਇੰਨੀਆਂ ਮੁਸ਼ਕਲਾਂ ਚੋਂ ਨਿਕਲ ਕੇ ਕੁਝ ਅਚੀਵ ਕੀਤਾ ਐ ਇਦਾਂ ਹੀ ਹੋਰ ਅਚੀਵਰਸ ਨੂੰ ਆਪਾਂ ਇਸ ਪੋਡਕਾਸਟ ਤੇ ਲੈ ਕੇ ਆਵਾਂਗੇ ਤੇ ਉਨੀ ਦੇਰ ਤੱਕ ਤੁਸੀਂ ਇਹਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅਸੀਂ ਲਿੰਕਸ ਜਿਹੜੇ ਨੇ ਸਾਰੇ ਈਵਨ ਜਿਹੜਾ ਪਰਮਜੀਤ ਭਾਜੀ ਦੇ ਰੈਸਟੋਰੈਂਟ ਦਾ ਇੰਸਟਾਗ੍ਰam ਦਾ ਲਿੰਕ ਐ ਅਸੀਂ ਥੱਲੇ ਪਾਵਾਂਗੇ ਉਹਨੂੰ ਵੀ ਸ਼ੇਅਰ ਕਰੋ ਉਹਨਾਂ ਨੂੰ ਫਾਲੋ ਕਰੋ ਉਹਨਾਂ ਨੂੰ ਆਪਣਾ ਪਿਆਰ ਦਿਓ ਤਾਂ ਕਿ ਉਹ ਆਪਣੀ ਜਰਨੀ ਦੇ ਵਿੱਚ ਅੱਗੇ ਵਧਦੇ ਰਹਿਣ